ਲੋ ਜੀ ਤੁਹਾਨੂੰ ਵਹਾਨੇ ਆ ਪਹਿਲਵਾਨੀ ਕਿਵੇਂ ਹੁੰਦੀ ਹੈ ਤੇ ਦਾ ਕਿਵੇਂ ਵਜਦੇ ਨੇ ਲੋ ਜੀ ਚਿਤ ਕਰੜਿਆ ਜੀ ਇਹਨੂੰ ਚੇਤਾਂਦੇ ਨੇ ਜੀ ਲੋ ਜੀ ਇਹਨੂੰ ਚੇਤਾਂਦੇ ਨੇ ਹਾਂਜੀ ਤੁਸੀਂ ਚੇਤ ਹੋ ਗਏ ਹੋ ਜੀ ਹਾਂਜੀ ਚਿਤ ਹੋ ਗਿਆ ਜੀ ਲੋ ਜੀ ਹੁਣ ਕੁੰਡਾ ਵੀ ਮਾਰ ਕੇ ਤੁਹਾਨੂੰ ਵਹਾਨੇ ਆ ਕੈਮਰੇ ਤੋਂ ਸਾਈਡ ਤੇ ਹੋ ਜੀ ਜਰਾ ਕੁੰਡਾ ਮਾਰੀਏ ਐ ਵੇਖੋ ਜੀ ਕੁੰਡਾ ਐ ਕਿਆ ਬਾਤ ਹੈ ਜੀ ਇਹ ਕੁੰਡਾ ਏ ਜੀ ਮੀਆਂ ਸ਼ਬਾਸ਼ ਸ਼ਰੀਫ ਸਾਹਿਬ ਨੇ ਜਿਹੜੀ ਮਾਰੀ ਹੀ ਪਹਿਲਵਾਨ ਸਾਹਿਬ ਨੂੰ ਟਾਕ ਐ ਟਾਕ ਵਾਹ ਜੀ ਵਾਹ ਕਲਾਪਿੰਗ ਹੋਣੀ ਚਾਹੀਦੀ ਹੈ ਜੀ ਇਹਦੀ ਮੈਦ ਇੰਜ ਲੱਗ ਰਿਹਾ ਜਿਵੇਂ ਪਹਿਲਵਾਨਾਂ ਦੀ ਕਮੈਂਟਰੀ ਕਰ ਰਿਹਾ ਵਾ ਪ੍ਰੋਗਰਾਮ ਨਹੀਂ ਬੜਾ ਮਸਾ ਆ ਰਿਹਾ ਜੇ ਯਕੀਨ ਕਰੋ ਅਸਲਾਮ ਵਾਲੇਕਮ ਮੇਰੇ ਸਜਣੋ ਬੈਲੀਓ ਤੇ ਮਿੱਤਰੋ ਮੈਂ ਆ ਤੁਹਾਡਾ ਆਪਣਾ ਹੌਸ ਸਕੰਦਰ ਮੁਗਲ ਔਰ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪ੍ਰੋਗਰਾਮ ਗੱਲਾਂ ਮੇਰੇ ਪੰਜਾਬ ਦੀਆਂ ਗੱਲਾਂ ਮੈਂ ਪੁੱਤ ਪੰਜਾਬ ਦਾ ਤੇ ਗੱਲਾਂ ਪੰਜਾਬ ਦੀਆਂ ਕਿਉਂ ਨਾ ਕਰੀਏ ਅੱਜ ਤੁਹਾਡੇ ਵਾਸਤੇ ਇੱਕ ਬੜਾ ਮਜ਼ੇਦਾਰ ਪ੍ਰੋਗਰਾਮ ਲੈ ਕੇ ਆਏ ਆ ਔਰ ਗੁਜਰਾਵਾਲਾ ਪੂਰੇ ਦੁਨੀਆ ਦੇ ਮੰਨਿਆ ਜਾਂਦਾ ਹੈ ਪਹਿਲਵਾਨਾਂ ਦਾ ਸ਼ਹਿਰ ਔਰ ਅੱਜ ਮੇਰੇ ਨਾਲ ਪਾਕਿਸਤਾਨ ਦੇ ਇੰਟਰਨੈਸ਼ਨਲ ਲੈਵਲ ਦੇ ਪਹਿਲਵਾਨ ਜਿਹੜਾ ਉਹ ਮੇਰੇ ਨਾਲ ਮੌਜੂਦ ਨੇ ਬਾਬਰ ਪਹਿਲਵਾਨ اور میں یونس اہ پہلوان کھاڑا جو ستارہ پاکستان ہے گوجرانوالہ دا اور دادے پردادے تو اے کنے 100 سال پرانا کھاڑا ہے اے بھی اج جاناں گے تے سارےوں تو پہلے تہاڈی ملاقات کرانے ہاں بابر پہلوان نال اسلام علیکم جی پہلوان جی وعلیکم السلام جی بہت مہربانی تسی ساڈے کھاڑے چائے ہو بوست ویلکم جی ਆ ਪਹਿਲਵਾਨ ਜੀ ਮਿਹਰਬਾਨੀ ਤੇ ਤੁਹਾਡੀ ਤੁਸੀਂ ਸਾਡੇ ਗੁਜਰਾਂ ਵਾਲਾ ਦਾ ਨਾਂ ਨਾ ਸਿਰਫ ਬਲਕਿ ਪੂਰੇ ਪਾਕਿਸਤਾਨ ਇੰਡੀਆ ਦੇ ਵਿੱਚ ਵੀ ਮਨਵਾ ਕੇ ਆਏ ਹੋ ਗੁਜਰਾਂ ਵਾਲਾ ਵਾਸਤੇ ਬੜਾ ਫਖਰ ਹੈ ਤੁਹਾਡੇ ਵਰਗੇ ਪਹਿਲਵਾਨ ਔਰ ਪਾਕਿਸਤਾਨ ਦਾ ਨਾਮ ਰੋਸ਼ਨ ਤੁਹਾਂ ਕੀਤਾ ਇਹ ਤੁਹਾਡੀ ਮਿਹਰਬਾਨੀ ਹੈ ਅਜਾ ਪਹਿਲਵਾਨ ਜੀ ਮੈਂ ਅੱਜ ਸਾਡੇ ਵੇਖਣ ਵਾਲੇ ਨਾਜ਼ਰੀਨ ਜਿਹੜਾ ਨਾ ਉਹਨਾਂ ਨੂੰ ਥੋੜੀ ਜੀ ਤਫਸੀਲ ਦੇ ਨਾਲ ਇਹ ਵੀ ਸਮਝਾਵਾਂਗੇ ਕਿ ਪਹਿਲਵਾਨੀ ਕੀ ਹੁੰਦੀ ਹੈ ਔਰ ਪਹਿਲਵਾਨੀ ਤੋਂ ਪਹਿਲੇ ਜਿਹੜਾ ਇਹ ਕਈ ਵਗੈਰਾ ਚਲਾਉਂਦੇ ਨੇ ਇਹ ਸਾਰੀਆਂ ਗੱਲਾਂ ਵੀ ਕਰਾਂਗੇ ਮਗਰ ਸਾਰਿਆਂ ਤੋਂ ਪਹਿਲੇ ਮੈਂ ਖਾੜੇ ਦੀ ਹਿਸਟਰੀ ਜਾਨਣਾ ਚਾਹਨਾ ਔਰ ਤੁਹਾਡੇ ਜਿਹੜੇ ਅਬਾਓ ਜਾਦਾਦ ਨੇ ਜੇ ਕਿੰਨੀ ਪੀੜੀ ਤੁਹਾਡੀ ਪਹਿਲਵਾਨੀ ਕਰ ਰਹੀ ਏ ਤੁਹਾਡੇ ਦਾਦਾ ਜੀ ਤੁਹਾਡੇ ਪਰਦਾਦਾ ਜੀ ਉਹਨਾਂ ਸਾਰਿਆਂ ਦੀ ਹਿਸਟਰੀ ਜਾਨਣਾ ਚਾਹਾਂਗਾ ਸਾਰਿਆਂ ਤੋਂ ਪਹਿਲੇ ਮੈਨੂੰ ਤੁਸੀਂ ਆਪਣੇ ਦਾਦਾ ਜੀ ਦਾ ਤਾਰਿਫ ਕਰਾਓ ਕਿ ਇਹ ਖਾੜਾ ਕਿੰਨੀ ਦੇਰ ਤੋਂ ਹੈ ਕਿੰਨਾ ਪੁਰਾਣਾ ਖਾੜਾ ਹੈ ਔਰ ਕਦੋਂ ਦਾਦਾ ਜੀ ਪਹਿਲਵਾਨੀ ਉਹਨਾਂ ਕੀਤੀ ਫਿਰ ਪਰਦਾਦਾ ਜੀ ਤੇ ਇਹ ਸਾਰੀ ਜ਼ਰਾ ਹਿਸਟਰੀ ਤੁਸੀਂ تفصیلیں ਦੱਸੋ ਜ਼ਰਾ ਬismillah ਰਹਿਮਾਨ ਨੀ ਜੀ ਸਾਡਾ ਪਹਿਲਾ ਸਾਡਾ ਪਰਦਾਦਾ ਸੀ ਉਹ ਆਇਆ ਜਿਹਨੂੰ ਹਿੰਦੁਸਤਾਨ ਵਿੱਚੋਂ ਉਹਨੇ ਆਦੀ ਬੁਨਿਆਦ ਰੱਖੀ ਸੀ ਅਬਦੁੱਲਾ ਪਹਿਲਵਾਨ ਸੀ ਫਿਰ ਸਾਡਾ ਦਾਦਾ صدیق ਪਹਿਲਵਾਨ ਫਾਟਕ ਦਾ ਖਿਤਾਬ ਉਹਨਾਂ ਨੂੰ ਮਿਲਿਆ ਸੀ ਕਬੱਡੀ ਦੇ ਵੀ ਪਹਿਲਵਾਨ ਸਨ ਉਹ ਅਸਲੀ ਫਾਟਕ ਦਾ ਖਿਤਾਬ ਮਿਲਿਆ ਸੀ ਕਿ ਜਿਹਨੂੰ ਜਾਫੀ ਸੰਤ ਜਿਹਨੂੰ ਆਤਲਾਂ ਨੇ ਅੱਗੇ ਜਿਹਦੀ ਬੂਈ ਹੁੰਦੀ ਹੈ ਜਿੱਥੋਂ ਲੱਗਣਾ ਹੋਰ ਅੱਗੇ ਅੰਜ ਖਲੋ ਜਾਂਦੇ ਹਨ ਕਹਿੰਦੇ ਹਾਂ ਭਾਈ ਜਵਾਨਾਂ ਲੰਘਦੇ ਵਹਾ ਉਹ ਕੋਈ ਲੰਘ ਨਹੀਂ ਸਕਦਾ ਸੀ ਇਸ ਲਈ ਉਹਨੂੰ ਨਾ ਪੰਜਾਬ ਦੇ ਜਿਹੜਾ ਸੀ ਉਸ ਵਕਤ ਦਾ ਜਿਹੜਾ ਇਹ ਅੰਗਰੇਜ਼ਾਂ ਦਾ ਸੀ ਚੈਪਟਰ ਉਹਨੇ ਫਾਟਕ ਦਾ ਸਤਾਬ ਦਿੱਤਾ ਸੀ ਫਿਰ ਉਸ ਤੋਂ ਬਾਅਦ ਸਾਡਾ ਤਾਇਆ ਯੂਨਸ ਪਹਿਲਵਾਨ 17 ਪਾਕਿਸਤਾਨ ਜਿਹਨੂੰ ਵਜ਼ੀਰ ਆਜ਼ਮ ਪਹਿਲਾ ਵਜ਼ੀਰ ਆਜ਼ਮ لیاقت ਅਲੀ ਖਾਨ ਨੇ 17 ਪਾਕਿਸਤਾਨ ਦਾ ਟਾਈਟਲ ਦਿੱਤਾ ਸੀ ਉਹ ਜਿਹੜੇ ਨੇ ਉਹਨਾਂ ਨੇ ਬਾਤ ਕੀਤਾ ਉਹ ਖੁੱਲੇ ਨੇ ਪੂਰੇ ਹਿੰਦ ਸਿੰਧ ਦੇ ਚ ਉਹਨਾਂ ਨੇ ਕੁਸ਼ਤੀਆਂ ਖੁੱਲੀਆਂ ਭੋਲੂ ਭਵਾਨ ਨੂੰ ਢਟਾਇਆ ਅਛੇ ਨੂੰ ਢਟਾਇਆ ਭੋਲੂ ਭਵਾਨ ਉਹ ਜਾਂ ਅਛਾ ਭਵਾਨ ਉਹ ਨੇ ਜਿਹੜੇ ਮਾਂਬਖਸ਼ ਦੇ ਪੁੱਤਰ ਤੇ ਗਾਮੇ ਭਵਾਨ ਦੇ ਭਤੀਜੇ ਹਨ ਜਿਹੜੇ ਬਿਲਾ ਸ਼ੁਭਾ ਦੁਨੀਆ ਦੇ ਉੱਤੇ ਰਾਜ ਕਰਦੇ ਹਨ ਪਲਵਾਨੀ ਤੇ ਤੇ ਸਾਡੇ ਤਾਇਏ ਨੇ ਉਹਨਾਂ ਨੂੰ ਢਟਾਇਆ ਵੀ ਏ ਫਿਰ ਉਸ ਤੋਂ ਬਾਅਦ ਜਿਹੜਾ ਨੇ ਮੇਰਾ ਚਾਚਾ ਉਸਮਤ ਪੈਲਵਾਨ ਹੋਇਆ ਚੈਂਪੀਅਨ ਪਾਕਿਸਤਾਨ ਜਿਹੜਾ ਸਾਡਾ ਜਿਹੜਾ ਸੀ ਨਾ ਜਿਵੇਂ ਇੰਡੀਆ ਪਾਕਿਸਤਾਨ ਦਾ ਹੁੰਦਾ ਨਾ ਮੈਚ ਤੇ ਇੰਜ ਜਿਹੜਾ ਸਾਡਾ ਤੇ ਉਹ ਰੁਹਾਨਦਾਂ ਦਾ ਗਮਹਾਂਦਾਂ ਦਾ ਮੁਕਾਬਲਾ ਹੁੰਦਾ ਸੀ ਨਾ ਕੁਸ਼ਤੀ ਦਾ ਉਹ ਇੰਜ ਹੀ ਹੁੰਦਾ ਸੀ ਜਿਵੇਂ ਇੰਡੀਆ ਪਾਕਿਸਤਾਨ ਦੀ ਦੁਨੀਆ ਜਿਹੜੀ ਲਾਹੌਰ ਦੀ ਦੁਨੀਆ ਸੀ ਲਾਹੌਰ ਦੇ ਜਿਹੜੀ ਆਵਾਮ ਸੀ ਉਹ ਉਹਨਾਂ ਦੇ ਪਿੱਛੇ ਹੁੰਦੀ ਸੀ ਗੁਜਾ ਦੇ ਜਿਹੜੀ ਸੀ ਉਹ ਸਾਡੇ ਪਿੱਛੇ ਹੁੰਦੀ ਸੀ ਤੇ ਫਿਰ ਇੰਜ ਮੁਕਾਬਲੇ ਹੁੰਦੇ ਦੇ ਸਾਡੇ ਚਾਚੇ ਦੇ ਵੀ ਫਿਰ ਸਾਡੇ ਮੇਰਾ ਵਾਲਦ ਸਾਹਿਬ ਹਾਜੀ ਸਾਖ ਪਹਿਲਵਾਨ ਜਿਹੜੇ ਮੇਰੇ ਐਸੇ ਸਭ ਕੁਝ ਨੇ ਮੇਰੇ ਵਾਲਦ ਸਾਹਿਬ ਮੇਰੇ ਉਸਤਾਦ ਵੀ ਨੇ ਮੇਰੇ ਰੱਬ ਵੀ ਨੇ ਮੇਰੀ ਜਿਹੜੀ ਸਮਝੋ ਜਿਨ੍ਹਾਂ ਨੇ ਮਨੂੰ ਇੱਕ ਅੱਲਾ ਤੋਂ ਬਾਅਦ ਮਨੂੰ ਉਹਨਾਂ ਨੇ زمین ਤੋਂ آسمان ਤੇ ਪਹੁੰਚਾਇਆ ਮੇਰੇ ਵਾਲਦ ਸਾਹਿਬ ਜਿਹੇ ਨੇ ਤੇ ਉਹਨਾਂ ਦੀ ਵਜ੍ਹਾ ਤੋਂ ਅੱਜ ਮੈਂ ਇਸ ਮਕਾਮ ਤੇ ਆ ਕਿ ਮੈਂ ਪੂਰੀ ਦੁਨੀਆ ਵਿੱਚ ਕੁਸ਼ਤੀਆਂ ਕੁਲਿਆਨੇ ਪੂਰੀ ਦੁਨੀਆ ਵਿੱਚ ਹਿੰਦਸਤਾਨ ਵਿੱਚ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਤੇ ਅੱਲਾ ਦੇ ਫਜ਼ਲ ਨਾਲ ਕੁਸ਼ਤੀਆਂ ਟਾਈਆਂ ਨੇ ਤੇ ਪਾਕਿਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਆਪਣੇ ਗੁਜਾਰੇ ਦਾ ਨਾਂ ਰੋਸ਼ਨ ਵੀ ਕੀਤਾ ਆਪਣੇ ਹਾਨਦਾਨ ਦਾ ਨਾਂ ਰੋਸ਼ਨ ਵੀ ਕੀਤਾ ਮੇਰੇ ਵਾਲਦ ਸਾਹਿਬ ਹੋਏ ਨੇ ਜਿਨ੍ਹਾਂ ਨੇ ਮੈਨੂੰ ਫਿਰ ਪਲਵਾਨੀ ਸ਼ੁਰੂ ਕਰਾਈ ਅੱਜ ਤੋਂ 40 ਸਾਲ ਪਹਿਲਾਂ ਉਹਨਾਂ ਨੇ ਮੇਰੇ ਤੇ ਬੜੀ ਮਿਹਨਤ ਕੀਤੀ ਤੇ ਫਿਰ ਜਦੋਂ ਸਾਡਾ ਮੁਕਾਬਲਾ ਜਦੋਂ ਆਮ ਨੇ ਵੇਖਿਆ ਕਿ ਉਹਨਾਂ ਦਾ ਜਹਾਰਾ ਖਾਨ ਦਾਲ ਭੋਲੂ ਖਾਨ ਦਾ ਨਿਚੋ ਜਿਹੜਾ ਸੀ ਇਹ ਆਬਦ ਪਹਿਲਵਾਨ ਤਿਆਰ ਕੀਤਾ ਸੀ ਉਹਨਾਂ ਦੇ ਜਹਾਰੇ ਤੋਂ ਬਾਅਦ ਤੇ ਮੇਰਾ ਤੇ ਉਹਰਾ ਮੁਕਾਬਲਾ ਹੋਇਆ ਗੁਜਾਲੇ ਦਾ ਤੇ ਲੋਰ ਦਾ ਤੇ ਇੰਡੀਆ ਤੋਂ ਲੋਕ ਕੁਸ਼ਤੀ ਵੇਖਣ ਆਏ ਸਨ ਪੂਰੇ ਪਾਕਿਸਤਾਨੇ ਚਰਚੇ ਮੱਚ ਗਏ ਹਨ ਕੁਸ਼ਤੀ ਦੇ ਕੇ ਕਿਉਂਕਿ ਦੋ ਹਾਨਦਾਨਾਂ ਦਾ 40 ਸਾਲ ਬਾਅਦ ਫੇਰ ਟਕਰਾਅ ਹੋਇਆ ਸੀ ਤੇ ਅੱਲਾ ਦੇ ਫਜ਼ਲ ਨਾਲ ਮੇਰੇ ਵਾਲਦ ਸਾਹਿਬ ਨੇ ਮੈਨੂੰ ਮਿਹਨਤ ਲਵਾਈ ਦੁਆਵਾਂ ਵੀ ਕੀਤੀਆਂ ਮੇਰੇ ਮਾਪੇ ਦੀਆਂ ਵੀ ਦੁਆਵਾਂ ਹਨ ਮੇਰੇ ਹਾਨਦਾਨ ਦੀਆਂ ਵੀ ਦੁਆਵਾਂ ਹਨ ਮੇਰੇ ਸ਼ਹਿਰ ਦੀਆਂ ਵੀ ਦੁਆਵਾਂ ਹਨ ਤੇ ਅੱਲਾ ਨੇ ਮੈਨੂੰ ਉਹ ਕੁਸ਼ਤੀ ਵਿੱਚ ਫਤਾ ਨਸੀਬ ਕੀਤੀ ਤੇ ਉਹ ਪਹਿਲੀ ਕੁਸ਼ਤੀ ਵਿੱਚ ਹੀ ਮੈਂ ਹੀਰੋ ਬਣ ਗਿਆ ਤੇ ਗੁਰਜ ਮੈਨੂੰ ਮਿਲੀ ਸ਼ੇਰੇ ਪੰਜਾਬ ਦੀ ਚਾਂਦੀ ਦੀ ਗੁਸ਼ਤੀ ਜਿਹੜੀ ਮੈਨੂੰ ਮਿਲੀ ਉਹ ਨਾਮ ਵਿੱਚ ਟਾਈਟਲ ਮਿਲਿਆ ਫਿਰ ਉਸ ਤੋਂ ਬਾਅਦ ਜਿਹੜਾ ਵੇ ਮੈਂ پاکستان ਨੇ پلان انا ਕੁਲੇਜ ਜਸ ਮੈਂ ਪਾਕੋਹੇਨ ਦਾਵੀ ਮਨੂ ਮਿਲਿਆ ਚੈਂਪ ਇੰਗਲੈਂਡ ਵਿੱਚ ਮੈਂ ਦੋ ਦਫਾ ਚੈਂਪੀਅਨ ਇੰਗਲੈਂਡ ਹੋਇਆ ਹਾਂ ਹੋਰ ਜਗ੍ਹਾ ਇੰਡੀਆ ਹੈ ਜਾਦੇ ਮੈਂ ਇੰਡੀਆ ਦੇ ਪਹਿਲਵਾਨਾਂ ਨੂੰ ਚਿਤ ਕੀਤਾ ਉਹਨਾਂ ਦੀ ਛਾਤੀ ਤੇ ਬੈਠਾ ਹਾਂ ਅੱਛਾ ਪਹਿਲਵਾਨ ਜੇ ਬਿਲਾ ਸ਼ੁਭਾ ਕੇ ਤੁਸੀਂ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਔਰ ਮੈਂ ਵੇਖ ਰਿਹਾ ਜੀ ਬਾਬਰ ਪਹਿਲਵਾਨ ਕੀ ਆਂਦੇ ਨੇ ਜੀ ਬਾਦ ਬਾਮੁਰਾ ਤੇ ਬੇਦ ਬੇਮੁਰਾ ਹਰ ਬੇਟੇ ਵਾਸਤੇ ਉਹਦਾ ਬਾਪ ਹੀ ਰੋਂਦਾ ਹੈ ਤੇ ਜਦੋਂ ਆਪਣੇ ਅੱਬਾ ਜੀ ਦਾ ਨਾਮ ਲੈ ਰਹੇ ਹਨ ਤੇ ਉਹਨਾਂ ਦੀਆਂ ਅੱਖਾਂ ਵੀ ਨਮ ਹੋਈਆਂ ਹਨ ਤੇ ਬਾਪ ਤੇ ਹਰ ਬੇਟੇ ਵਾਸਤੇ ਹੀਰੋ ਹੁੰਦਾ ਹੈ ਮਗਰ ਇਹਨਾਂ ਦੇ ਉਸਤਾਦ ਵੀ ਨੇ ਪਹਿਲਵਾਨੀ ਦੇ ਵਿੱਚ ਵੱਲ ਸਾਹਿਬ ਹੀ ਇਹਨਾਂ ਦੇ ਉਸਤਾਦ ਨੇ ਅੱਛਾ ਪਹਿਲਵਾਨ ਜੀ ਇਹ ਵੀ ਦੱਸੋ ਕਿ ਜਿਹੜੇ ਪਰਦਾਦਾ ਜੀ ਹਨ ਤੁਹਾਡੇ ਉਹਨਾਂ ਦਾ ਕੀ ਨਾਮ ਸੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ ਇਹ ਵੀ ਜਰਾ ਸਾਡੇ ਵੇਖਣ ਵਾਲੇ ਅੱਜ ਸੁੰਣਾ ਚਾਹਣਗੇ ਤੇ ਕਿੰਨੀ ਪੀੜ੍ਹੀ ਤੁਹਾਡੀ ਇਸ ਖਾੜੇ ਨੂੰ ਲੈ ਕੇ ਚੱਲਦੀ ਪਈ ਔਰ ਪਹਿਲਵਾਨੀ ਦੇ ਵਿੱਚ ਜੀ ਮੇਰੇ ਪਰਦਾਦਾ ਦਾ ਨਾਮ ਸੀ ਅਬਦੁੱਲਾ ਪਹਿਲਵਾਨ ਤੇ ਮੇਰੇ ਦਾਦਾ ਦਾ ਨਾਮ ਸੀ ਸਦੀਕ ਪਹਿਲਵਾਨ ਸਦੀਕਾ ਫਾਟਕ ਨੂੰ ਆਂਦੇ ਹਨ ਤੇ ਸਾਡੀ ਇਹ 6ਵੀਂ 7ਵੀਂ ਪੀੜੀ ਜਿਹੜੀ ਹੈ ਨਾ ਇਹ ਪਲਵਾਨੀ ਦੀ ਚੱਲ ਰਹੀ ਹੈ ਅਗੋਂ ਮੇਰਾ ਬੇਟਾ ਕਰ ਰਿਹਾ ਵੇ ਉਹ 7ਵੀਂ ਪੀੜੀ ਇੱਚ ਆ ਗਿਆ ਵੇ ਤੇ ਇਹ ਖਾੜਾ ਜਿਹੜਾ 100 ਸਾਲ ਤੋਂ ਜ਼ਿਆਦਾ ਹੋ ਗਿਆ ਇਸ ਖਾੜੇ ਨੂੰ ਜਿਹੜਾ ਇਹ ਚੱਲ ਰਿਹਾ ਤੇ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਅੱਲਾਹ ਦੇ ਫਜ਼ਰ ਨਾਲ ਜਿੰਨਾ ਤੱਕ ਮੇਰੀ ਜ਼ਿੰਦਗੀ ਹੈ ਮੇਰੀ ਅੱਗੋ ਬੱਚਿਆਂ ਦੀ ਹੈ ਮੇਰੇ ਬਾਲਸਾਮ ਨੇ ਮਨੂੰ ਜਿਹੜੇ ਮੇਰੇ ਲਈ ਸਭ ਕੁਝ ਨੇ ਉਹਨਾਂ ਨੇ ਕਿਹਾ ਸੀ ਕਿ ਪੁੱਤਰ ਕਿਹ ਅਖਾਰੇ ਨੂੰ ਜਿੱਥੇ ਵੀ ਉਹ ਮੈਂ ਜੋ ਵੀ ਆਬਾਦ ਰੱਖੀ ਤੇ ਮੈਂ ਕਰ ਰਿਹਾ ਵਾਂ ਕੋਸ਼ਿਸ਼ ਬਾਲ ਰੱਖਣ ਦੀ ਅੱਲਾ ਦੇ ਫਜ਼ਲ ਨਾਲ ਅੱਲਾ ਤਾਲਾ ਦਾ ਖਾਸ ਕਰਮ ਹੈ ਤੁਸੀਂ ਵੇਖਿਆ ਬੱਚੇ ਆ ਰਹੇ ਨੇ ਤਿਆਰੀ ਕਰ ਰਹੇ ਨੇ ਅੱਲਾ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਮੁਲਕ ਦਾ ਨਾਮ ਰੋਸ਼ਨ ਵੀ ਕਰਨ ਸ਼ਹਿਰ ਦਾ ਵੀ ਕਰਨ ਤੇ ਸਾਡੇ ਉਸਤਾਦਾਂ ਦਾ ਵੀ ਕਰਨ ਅਗੋ ਮੇਰਾ ਬੇਟਾ ਵੇ ਉਹਨੂੰ ਵੀ ਮੈਂ ਕਿਹਾ ਪੁੱਤਰ ਇਹਨੂੰ ਬਾਦ ਰੱਖੀ ਖਾੜੇ ਨੂੰ ਕਿਉਂਕਿ ਇਹ ਸਦਕਾ ਜਾਰੀਆ ਵੀ ਹੈ ਤਾਂ ਕਿ ਜਿਹੜੇ ਬੱਚੇ ਆਉਂਦੇ ਨੇ ਉਹ ਪਲਵਾਨੀ ਕਰਨ ਤੇ ਬੁਰੇ ਕਮਾਂ ਤੋਂ ਬਚਣ ਅੱਜ ਇਹ ਬਿਲਕੁਲ ਸਾਡੀ ਜਿਹੜੀ ਨਵੀਂ نسل ਹੈ ਜਿਹੜਾ ਮਸਤਕਬਲ ਹੈ ਪਾਕਿਸਤਾਨ ਦਾ ਆ ਛੋਟੇ ਛੋਟੇ ਬੱਚੇ ਮੈਂ ਵੇਖ ਰਿਹਾ ਜੀ ਇੱਥੇ ਅਗਰ ਮੇਰੇ ਪਿੱਛੇ ਦੇਖੋ ਤਾਂ ਛੋਟੇ ਛੋਟੇ ਬੱਚੇ ਜਿਹੜੇ ਨੇ ਸਾਡੇ ਪਾਕਿਸਤਾਨ ਦਾ ਸਰਮਾਇਆ ਜਿਹੜਾ ਉਹ ਵੀ ਇਸ ਪਹਿਲਵਾਨੀ ਦੇ ਵਿੱਚ ਆ ਕੇ ਆਪਣੀ ਨਾ ਸਿਰਫ ਬਲਕਿ ਜਾਨ ਬਣਾ ਰਹੇ ਨੇ ਬਾਡੀ ਬਣਾ ਰਹੇ ਨੇ ਬਲਕਿ ਇਸ ਜਿਹੜੀ ਰਵਾਇਤੀ ਸਾਡੀ ਪੰਜਾਬ ਕਲਚਰ ਦਾ ਇੱਕ ਖੇਲ ਹੈ ਜਿਹੜਾ ਮੇਲੇ ਠੇਲਿਆਂ ਤੇ ਵੀ ਤੁਸੀਂ ਵੇਖੋ ਜਿੱਥੇ ਮੇਲੇ ਠੇਲੇ ਹੁੰਦੇ ਹਨ ਉਥੇ ਕੁਸ਼ਤੀ ਕਬੱਡੀ لازਮੀ ਹੁੰਦੀ ਹੈ ਅੱਛਾ ਜੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਆ ਤੇ ਇਹ ਪਹਿਲਵਾਨ ਦੇ ਕੋਲ ਇਹ ਵੀ ਪੁੱਛਨੇ ਆ ਕਿ ਜਿਹੜੀ ਸਾਡੀ ਮਿੱਟੀ ਦੀ ਜਿਹੜੀ ਇਹ ਕੁਸ਼ਤੀ ਹੁੰਦੀ ਹੈ ਤੇ ਇੱਕ ਗੱਦੇ ਦੀ ਕੁਸ਼ਤੀ ਹੁੰਦੀ ਹੈ ਜਿੰਨੂੰ ਤਾਰਫ਼ ਕਰਵਾਇਆ ਹੈ ਅੰਗਰੇਜ਼ਾਂ ਨੇ ਉਹਦੇ ਤੇ ਇਹਦੇ ਵਿੱਚ ਕੀ ਡਿਫਰੈਂਟ ਹੈ ਔਰ ਅਗਰ ਮਿੱਟੀ ਦੀ ਕੁਸ਼ਤੀ ਹੈ ਉਹਦੇ ਵਿੱਚ ਕਿਹੜੇ ਫਾਇਦੇ ਨੇ ਤੇ ਜਿਹੜੀ ਗੱਦੇ ਦੀ ਕੁਸ਼ਤੀ ਹੈ ਉਹਦੇ ਵਿੱਚ ਕੀ ਫਾਇਦੇ ਨੇ ਇਹ ਵੀ ਪਹਿਲਵਾਨ ਜੀ ਅਸਲ ਵਿੱਚ ਪਹਿਲਾਂ ਤੇ ਜਿਹੜੀ ਸੀ ਉਹ ਮਿੱਟੀ ਦੀ ਕੁਸ਼ਤੀ ਹੁੰਦੀ ਸੀ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਇਕੱਠਾ ਸੀ ਉਥੇ ਰਾਜੇ ਮਹਾਰਾਜੇ ਹੁੰਦੇ ਹਨ ਉਹ ਪਲਵਾਨਾਂ ਨੂੰ ਸਪੋਰਟ ਕਰਦੇ ਹਾਂ ਉਹਨਾਂ ਨੂੰ ਵਜ਼ੀਫੇ ਦਿੰਦੇ ਹਾਂ ਆਪਣੀ ਜਹਤਾਂ ਰੱਖਦੇ ਹਾਂ ਜਿਹੜੀਆਂ 10 15 ਰਿਆਸਤਾਂ ਹਿੰਦੁਸਤਾਨ ਦੀਆਂ ਉਹ ਸਾਰੇ ਰਾਜੇ ਮਹਾਰਾਜਿਆਂ ਨੇ ਇਤੋਂ ਤੱਕ ਕਿ ਜਿਹੜੀਆਂ ਰਾਣੀਆਂ ਹੁੰਦੀਆਂ ਹਨ ਉਹਨਾਂ ਨੇ ਆਪਣੇ ਆਪਣੇ ਪਹਿਲਵਾਨ ਰੱਖੇ ਹੁੰਦੇ ਹਨ ਸ਼ਹਜ਼ਾਦੀਆਂ ਨੇ ਵੀ ਸ਼ਹਜ਼ਾਦੀਆਂ ਨੇ ਵੀ ਪਹਿਲਵਾਨ ਰੱਖੇ ਹੁੰਦੇ ਹਨ ਉਹ ਕੋਈ 8 10 ਦਿਨੀ ਬਾਅਦ 15 ਦਿਨੀ ਬਾਅਦ ਉਹਨਾਂ ਦਰਬਾਰ ਲਾਣਾ ਉਹਨਾਂ ਇਹ ਖੁਸ਼ੀਆਂ ਕੁਰਵਾਨੀਆਂ ਆਪਸ ਵਿੱਚ ਤੇ ਉਹਨਾਂ ਨੂੰ ਜਿਹੜੇ ਜਿੱਤਣ ਉਹਨਾਂ ਦਾ ਨਾਮ ਕ੍ਰਾਮ ਦਿੰਦੇ ਹਨ ਤੇ ਉਹ ਇਹ ਜਿਹੜੀ ਦੇਸੀ ਕੁਸ਼ਤੀ ਚੱਲਦੀ ਸੀ ਉਹ ਇਹ ਹੁਣ ਕੋਈ ਜਰੂਦਾ 올림픽 ਸਟਾਈਲ ਕੁਸ਼ਤੀ ਚੱਲੀ ਹੈ ਗੱਦੇ ਦੀ ਜਿਹਨੂੰ ਤੁਸੀਂ ਜਾਂਦੇ ਹੋ ਉਹ ਕੁਸ਼ਤੀ ਦਾ ਤੇ ਕੁਸ਼ਤੀ ਦਾ ਮੁਕਤ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਇਹ ਮਿੱਟੀ ਦੇ ਕੁਸ਼ਤੀ ਹੁੰਦੀ ਹੈ ਉਹ ਗੱਦੇ ਤੇ ਹੁੰਦੀ ਹੈ ਮੈਟ ਤੇ ਕੁਸ਼ਤੀ ਹੁੰਦੀ ਹੈ ਇਹ ਕੁਸ਼ਤੀ ਜਿਹੜੀ ਇਹ ਰਮਾਲੀ ਬੰਦੇ ਜਾਂ ਗਿਆ ਪਾਦੇ ਤੇ ਲਾਦੇ ਹੁੰਦੀ ਹੈ ਉਹ ਕੁਸ਼ਤੀ ਜਿਹੜੀ ਇਹ ਕਸਟੂਮ ਪਾਦੇ ਥੱਲੇ ਜੋਗਰ ਪਾਦੇ ਬੂਟ ਪਾਦੇ ਕੁਸ਼ਤੀ ਹੁੰਦੀ ਹੈ ਸਾਡੇ ਜਿਹੜੇ ਪਹਿਲਵਾਨ ਨੇ ਜਿਹੜੇ ਸ਼ੁਰੂ ਤੋਂ ਉਹ ਇਹ ਮਿੱਟੀ ਦੀ ਕੁਸ਼ਤੀ ਤੋਂ ਹੀ ਉਹਨਾਂ ਨੇ ਗੱਦੇ ਦੀ ਕੁਸ਼ਤੀ ਤੇ ਜਾ ਕੇ ਪੂਰੀ ਦੁਨੀਆ ਤੇ ਆਪਣਾ ਨਾਮ ਰੋਸ਼ਨ ਕੀਤਾ ਹੁਣ ਗੱਦੇ ਦਾ ਫਰਕ ਇਹ ਹੋ ਗਿਆ ਕਿ ਹੁਣ ਜਿਹੜੀ 올림픽ਸ ਟਾਈਪ ਕੁਸ਼ਤੀ ਹੁੰਦੀ ਹੈ ਉਰੇ ਵਾਸੇ ਇੱਕ ਮੈਕਮੇ ਵੀ ਜਿਹਦੇ ਨੇ ਉਹ ਕੁਸ਼ਤੀ ਦੇ ਪਹਿਲਵਾਨਾਂ ਨੂੰ ਜਾਬਾਂ ਦਿੰਦੇ ਨੇ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਉਹ ਕੁਸ਼ਤੀ ਚੱਲਦੀ ਏ ਇਹ ਜਿਹੜੀ ਦੇਸੀ ਕੁਸ਼ਤੀ ਇੱਕ ਗੱਲ ਹਲੇ ਵੀ ਲੋਕ ਪਾਕਿਸਤਾਨ ਦੇ ਇੰਡੀਆ ਦੇ ਇੱਕ ਦੇਸੀ ਕੁਸ਼ਤੀ ਨੂੰ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਤੁਸੀਂ ਗੱਦੇ ਦੀ ਕੁਸ਼ਤੀ ਤੇ ਜਿਹੜੇ ਪੂਰੇ 골 ਮੈਡਲ ਨੇ ਉਹਨਾਂ ਦਾ ਸ਼ਹਿਰ ਵਿੱਚ ਮੈਟ ਤੇ ਦੰਗਲ ਕਰਾਓ ਤੇ ਦੇਸੀ ਕੁਸ਼ਤੀ ਦੇ ਛੋਟੇ-ਛੋਟੇ ਪਹਿਲਵਾਨਾਂ ਦਾ ਦੰਗਲ ਕਰਾ ਲਓ ਤੇ ਸਾਡੀ ਦੇਸੀ ਕੁਸ਼ਤੀ ਦੇ ਆਵਾਮ ਜਿਹੜੀ ਟਿਕਟ ਵੀ ਲੱਗੀ ਹੁੰਦੀ ਹੈ ਫੇਰ ਹੀ ਆਵਾਮ ਜ਼ਿਆਦਾ ਹੁੰਦੀ ਹੈ ਅੱਛਾ ਪਹਿਲਵਾਨ ਜੀ ਇਹ ਦੱਸੋ ਜਦੋਂ ਤੁਸੀਂ ਇੰਟਰਨੈਸ਼ਨਲ ਜਾ ਕੇ ਕੁਸ਼ਤੀ ਜਿੱਤੀ ਹੈ ਔਰ ਗੁਜਰਾਲਾਂ ਦਾ ਲੋਹਾ ਮਨਵਾ ਕੇ ਆਇਓ ਪਾਕਿਸਤਾਨ ਦਾ ਸਰ ਫਖਰ ਨਾਲ ਬੁਲੰਦ ਕਰਕੇ ਆਏ ਹੋ ਤੇ ਤੁਸੀਂ ਕੀ ਮਹਿਸੂਸ ਕੀਤਾ ਉੱਥੇ ਜਾ ਕੇ ਕੀ ਤੁਹਾਨੂੰ ਹੋਇਆ ਕਿ ਮੈਂ ਅੱਜ ਗੱਦੇ ਤੇ ਉੱਥੇ ਕੁਸ਼ਤੀ ਲੜ ਰਿਹਾ ਮੈਟ ਦੇ ਉੱਤੇ ਤੇ ਮੈਂ ਤੇ ਹਮੇਸ਼ਾ ਮਿੱਟੀ ਦੇ ਆਪਣੀ ਧਰਤੀ ਦੀ ਯਾਨੀ ਖੁਸ਼ਬੂ ਦੇ ਵਿੱਚ ਕੁਸ਼ਤੀ ਲੜੀ ਏ ਤੇ ਕੀ ਸਮਝਦੇ ਹੋ ਤੇ ਤੁਹਾਨੂੰ ਕੀ ਮੁਸ਼ਕਲਾਂ ਤਾਂ ਪੇਸ਼ ਆਈਆਂ ਹਨ ਮੁਸ਼ਕਲਾਂ ਤਾਂ ਬਹੁਤ ਪੇਸ਼ ਹੁੰਦੀਆਂ ਨੇ ਕਿਉਂਕਿ ਅਸੀਂ ਡਿਫਰੈਂਟ ਪੂਰਾ ਹੀ ਲੈ ਸਾਂ ਨੰਗੀ ਪੈਰੀ ਮਿੱਟੀ ਦੇ ਉੱਤੇ ਪੈ ਜੰਦੇ ਨੇ ਉੱਥੇ ਸਲਿੱਪ ਹੁੰਦੇ ਨੇ ਗੱਦੇ ਦੇ ਉੱਤੇ ਪਰ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਸੀ ਅੱਲਾਹ ਤਾਲਾ ਨੇ ਇੱਜ਼ਤ ਰੱਖੀ ਸੀ ਜੂ ਮੈਂ ਪਹਿਲੀ ਦਫਾ ਚੈਂਪੀਅਨ ਇੰਗਲੈਂਡ ਹੋਇਆ ਅੱਲਾਹ ਨੇ ਉਦੋਂ ਵੀ ਇੱਜ਼ਤ ਰੱਖੀ ਦੂਜੀ ਦਫਾ ਆਇਆ ਉਦੋਂ ਵੀ ਅੱਲਾਹ ਤਾਲਾ ਨੇ ਇੱਜ਼ਤ ਰੱਖੀ ਹੈ ਪਰ ਜ਼ਿਆਦਾ ਖੁਸ਼ੀ ਜਾਂ ਜ਼ਿਆਦਾ ਮਜ਼ਾ ਸਾਨੂੰ ਉਦੋਂ ਆਂਦਾ ਸੀ ਜਦੋਂ ਅਸੀਂ ਇੰਡੀਆ ਦੇ ਪਲਵਾਨਾਂ ਨੂੰ ਟਾਣੇ ਹਾਂ ਕਿਉਂਕਿ ਇੰਡੀਆ ਨਾਲ ਸਮਝ ਲਓ ਕਿ ਉਹ ਐਵੇਂ ਸਾਡਾ ਬੋਤ ਹੈ ਕਿਉਂਕਿ ਇੰਡੀਆ ਦੇ ਜੀਰੋ ਸੀ ਉਹਨਾਂ ਦੀਆਂ ਛਾਤੀਆਂ ਤੇ ਜਾਦੇ ਇੰਡੀਆ ਵਿੱਚ ਮੈਂ ਦਿੱਲੀ ਵਿੱਚ ਕੋਲਾਪੁਰ ਵਿੱਚ ਬੰਬੇ ਵਿੱਚ ਉਹਨਾਂ ਦੀਆਂ ਛਾਤੀਆਂ ਤੇ ਬੈਠਾ ਵਾਂ ਉਹਨਾਂ ਨੂੰ ਜ਼ਮੀਨ ਤੇ ਚਿਤ ਕੀਤਾ ਤੇ ਉਸ ਟਾਈਮ ਨੂੰ ਬੜੀ ਖੁਸ਼ੀ ਹੁੰਦੀ ਸੀ ਇੱਕ ਤੇ ਹੈ ਕਿ ਸਾਡਾ ਸਮਝ ਲੋ ਕਿ ਜਿਵੇਂ ਸਾਡਾ ਉਹਨਾਂ ਨਾਲ ਵੈਰ ਹੀ ਸਮਝ ਲੋ ਜੋ ਵੀ ਸਮਝ ਲੋ ਦੂਸਰਾ ਹੈ ਕਿ ਮੁਸਲਮਾਨ ਦਾ ਤੇ ਕਾਫਰ ਦਾ ਵੀ ਮੁਕਾਬਲਾ ਹੁੰਦਾ ਹੀ ਤੇ ਅੱਲਾਹ ਤਾਲਾ ਜੇ ਸਾਡੇ ਕੋਈ ਕਮੀ ਕਿਤਾਈ ਹੁੰਦੀ ਵੀ ਸੀ ਤੇ ਅੱਲਾਹ ਦੂਰ ਕਰ ਦੇ ਸਾਨੂੰ ਬਰਕਤ ਪਾ ਦਿੰਦਾ ਆ ਬਿਲਕੁਲ ਜੀ ਅੱਲਾ ਦੀ ਮਦਦ ਨਾਲ ਹੋਵੇ ਤੇ ਬੰਦਾ ਹਰ ਮੈਦਾਨ ਜਿਹੜਾ ਨਾ ਉਹ ਫਤਹ ਕਰਦਾ ਹੈ ਫਿਰ ਜਿਹੜੇ ਜਜ਼ਬਾਤ ਹੁਣ ਉਹ ਵੀ ਪਹਿਲਵਾਨ ਗੁਜਰਾਵਾਲਾ ਦਾ ਹੋਏ ਤੇ ਉਹ ਇੰਡੀਆ ਦੀ ਧਰਤੀ ਤੇ ਜਾ ਕੇ ਕਿਵੇਂ ਨਾ ਪਾਕਿਸਤਾਨ ਦਾ ਨਾਮ ਰੋਸ਼ਨ ਕਰੇ ਕਿਵੇਂ ਨਾ ਉੱਥੇ ਆਪਣਾ ਝੰਡਾ ਗੜ ਕੇ ਆਏ ਔਰ ਅਹੀ ਕਿਉਂਕਿ ਇੰਡੀਆ ਦਾ ਜ਼ਿਕਰ ਹੋਇਆ ਹੈ ਤੇ ਪਹਿਲਵਾਨਾਂ ਨੂੰ ਪੁੱਛਾਂਗੇ ਕਿ ਇੱਕ ਸਾਡੇ ਸਾਡੀ ਹੋਸ਼ ਤੋਂ ਪਹਿਲੇ ਵੀ ਗੁੰਗਾ ਪਹਿਲਵਾਨ ਤੁਸਾਂ ਵੀ ਸੁਣਿਆ ਹੋਇਆ ਹੈ ਤੇ ਉਹ ਦੱਸਦੇ ਨੇ ਜੀ ਉਧਰ ਉਹਦੀ ਪੂਜਾ ਕੀਤੀ ਜਾਂਦੀ ਹੀ ਉਹਨਾਂ ਨੇ ਪਹਿਲਵਾਨ ਜੀ ਤੁਸੀਂ ਇਹਦੇ ਬਾਰੇ ਚ ਜਲ੍ਹਾ ਰੋਸ਼ਨੀ ਪਾਓ ਗੋਂਗੇ ਪਹਿਲਵਾਨ ਜੀ ਮੈਂ ਗੁੰਗਾ ਪਹਿਲਵਾਨ ਵਾਹਿਦ ਪਹਿਲਵਾਨ ਵੇਖਿਆ ਹੈ ਬੜੇ ਬੜੇ ਪਹਿਲਵਾਨਾਂ ਦੇ ਉੱਤੇ ਨਾਂ ਹੋਏ ਨੇ امام ਸ਼ਰੀਮ ਪਹਿਲਵਾਨਸ ਯੂਨਸ ਪਹਿਲਵਾਨ ਪੋਲੂ ਪਹਿਲਵਾਨ ਪਰ ਜੋ ਮੈਂ ਕੋਲਾਪੁਰ ਦੇ ਵਿੱਚ ਗੁੰਗੇ ਪਹਿਲਵਾਨ ਦੀ ਪੂਜਾ ਵੇਖੀ ਉਹ ਕਿਸੇ ਪਹਿਲਵਾਨ ਦੀ ਨਹੀਂ ਵੇਖੀ ਮੈਂਨੇ ਖੁਦ ਵੇਖਿਆ ਮੈਂ ਉੱਤੇ ਹਿੰਦਨੀਆਂ ਮਰਾਠਾ ਜਿਹੜਿਆ ਨੇ ਉਹਨਾਂ ਨੇ ਆਪਣੇ ਘਰਾਂ 'ਚ ਉਹ ਗੁਰੂ ਹਨੂਮਾਨ ਹੁੰਦਾ ਜਿਹਨੂੰ ਉਹ ਤਾਕਤ ਦਾ ਦੇਵਤਾ ਮੰਨਦੇ ਨੇ ਉਹਦੀ ਪੂਜਾ ਕਰਦੀ ਹੁੰਦੇ ਨੇ ਥਾਲੀ ਨਾਲ ਆਰਤੀ ਉਤਾਰਦੀ ਹੁੰਦੇ ਨਾਲ ਗੂੰਗੇ ਪਹਾਣ ਦੀ ਫੋਟੋ ਲਾਈਏ ਉਹ ਗੂੰਗੇ ਪਹਾਣ ਦੀ ਵੀ ਆਰਤੀ ਕਰਦੇ ਨੇ ਉਹਦੀ ਵੀ ਪੂਜਾ ਕਰਦੇ ਨੇ ਗੂੰਗੇ ਪਹਾਣ ਨੂੰ ਵੀ ਉਹ ਤਾਕਤ ਦਾ ਦੇਵਤਾ ਮੰਨਦੇ ਨੇ ਗੂੰਗੇ ਪਹਾਣ ਦੇ ਨਾਂ ਦੇ ਉੱਤੇ ਮੈਂ ਪੂਰੇ ਹਿੰਦੁਸਤਾਨ ਵਿੱਚ ਵਾਧ ਗੂੰਗਾ ਪਹਾਣ ਹੋਇਆ ਜਿਹਦੇ ਨਾਂ ਦੇ ਉੱਤੇ ਸ਼ੋਹ ਮਹਾਰਾਜ ਕੋਲਾਪੁਰ ਦਾ ਜਿਹੜਾ ਰਾਜਾ ਸੀ ਬਾਦਸ਼ਾਹੀ ਉਹਨੇ ਉਹਦੇ ਨਾਂ ਦੇ ਉੱਤੇ ਇੱਕ ਖਾੜਾ ਤਿਆਰ ਕੀਤਾ ਹੈ ਉਹਦੇ ਉੱਤੇ ਕਮਰੇ ਬਣਾਏ ਨੇ ਕਿ ਜੇਰਾ ਵੀ ਉਹ ਗੂੰਗੇ ਨੂੰ ਆਂਦਾ ਸੀ ਕਿ ਮੇਰਾ ਪਹਿਲਵਾਨ ਹੈ ਰਾਣੀਆਂ ਆਂਦੀ ਸੀ ਮੇਰਾ ਪਹਿਲਵਾਨ ਹੈ ਰਾਜਾਂ ਆਂਦਾ ਸੀ ਮੇਰਾ ਪਹਿਲਵਾਨ ਹੈ ਤੇ ਆਪਸੇ ਲੜਦੇ ਹੁੰਦੇ ਹਨ ਉਹਨੂੰ ਪੁੱਛਦੇ ਹਾਂ ਗੂੰਗੇ ਨੂੰ ਕਿ ਤੂੰ ਕਿਹੜਾ ਪਹਿਲਵਾਨ ਹੈ ਆਂਦੀ ਆਂਦੀ ਸੀ ਤੂੰ ਮੇਰਾ ਪਹਿਲਵਾਨ ਨੇ ਉਹ ਆਂਦਾ ਆਂਦਾ ਹੀ ਮੈਂ ਤੂੰ ਆਂਦਾ ਹੀ ਪਹਿਲਵਾਨ ਆ ਗੂੰਗਾ ਪਹਿਲਵਾਨ ਵੇਖੋ ਜੀ ਉਹ ਵੀ ਸਾਡੇ ਗੁਜਰਾਵਾਲੇ ਦਾ ਸਿਆਲਕੋਟ ਦੀ ਧਰਤੀ ਨੇ ਉਹ ਪੁੱਤਰ ਨੂੰ ਜਨਮ ਦਿੱਤਾ ਹੈ ਔਰ ਤੁਹਾ ਸੁਣਿਆ ਵੀ ਹੈ ਇਹ ਤੁਹਾਡੇ ਵਾਸਤੇ ਅਜੀਬ ਹੁਣਾ ਹੈ ਕਿ ਮੁਸਲਮਾਨ ਹੋ ਕੇ ਗੁੰਗਾ ਪਹਿਲਵਾਨ ਔਰ ਉਥੇ ਹਿੰਦੂ ਜਿਹੜੇ ਨੇ ਉਹਦੀ ਪੂਜਾ ਕਰਦੇ ਨੇ ਉਹਦੀ ਤਾਕਤ ਦੀ ਪੂਜਾ ਕਰਦੇ ਨੇ ਜਿਵੇਂ ਕਿ ਪਹਿਲਵਾਨਾਂ ਨੇ ਦੱਸਿਆ ਹੈ ਕਿ ਉਹ ਇਹਨਾਂ ਦਾ ਹਨੂਮਾਨ ਹੁੰਦਾ ਜਿਹਦੇ ਪਿੱਛੇ ਇੱਕ ਪੁਸ਼ਲ ਜੀ ਹੁੰਦੀ ਹੈ ਤੇ ਗੁਰੂ ਨੇ ਫੜਿਆ ਹੁੰਦਾ ਤੇ ਉਹਨੂੰ ਮੰਨਦੇ ਨੇ ਤਾਕਤ ਦਾ ਬੇताज ਬਾਦਸ਼ਾ ਇੰਜ ਹੀ ਗੁੰਗੇ ਪਹਿਲਵਾਨ ਦੀ ਨਾਲ ਤਸਵੀਰ ਉਹਨਾਂ ਲਈਏ ਔਰ ਗੁੰਗੇ ਪਹਿਲਵਾਨ ਨੂੰ ਵੀ ਤਾਕਤ ਦਾ ਬੇताज ਬਾਦਸ਼ਾ ਮੰਨਿਆ ਜਾਂਦਾ ਹੈ ਗੁੰਗੇ ਪਹਿਲਵਾਨ ਦੀਆਂ ਤੇ ਗੱਲਾਂ ਕਹਾਣੀਆਂ ਚ ਅਸੀਂ ਬਚਪਨ ਜੀ ਵੀ ਸੁਣਦੇ ਆ ਰਹੇ ਆ ਔਰ ਇਹ ਗੱਲਾਂ ਸੁਣਦੇ ਆ ਹੀ ਜਵਾਨ ਹੋ ਰਹੇ ਆ ਪਹਿਲਵਾਨ ਜੀ ਤੁਸੀਂ ਇਹ ਦੱਸੋ ਜਰਾ ਇਹ ਜਿਹੜੇ ਲੜਕੇ ਆਪਣੇ ਪਹਿਲੇ ਖਾੜੇ ਦੇ ਵਿੱਚੋਂ ਕਈ ਦਿਨਾਂ ਨਾਲ ਉਹ ਮਿੱਟੀ ਪੋਲੀ ਕਰਦੇ ਨੇ ਮਿੱਟੀ ਪੁੱਟਦੇ ਨੇ ਉਸ ਤੋਂ ਬਾਅਦ ਫਿਰ ਤੇਲ ਮਲਦੇ ਨੇ ਤੇਲ ਮਲਨ ਤੋਂ ਬਾਅਦ ਇਹ ਖਾੜੇ ਦੇ ਵਿੱਚ ਜਾਂਦੇ ਨੇ ਫਿਰ ਸਾਰਿਆਂ ਤੋਂ ਪਹਿਲੇ ਆਪਣੇ ਜਿਸਮ ਦੇ ਉੱਤੇ ਮਿੱਟੀ ਮਲਦੇ ਨੇ ਇਹਦੇ ਬਾਰੇ ਚ ਜ਼ਰਾ ਸਾਡੇ ਵੇਖਣ ਵਾਲਿਆਂ ਨੂੰ ਰੋਸ਼ਨੀ ਪਾਓ ਜ਼ਰਾ ਦੱਸੋ ਜੀ ਇਹ ਜਿਹੜੇ ਪਹਿਲਵਾਨ ਆਉਂਦੇ ਨੇ ਸਾਰਨਾ ਪਹਿਲਾਂ ਤੇਲ ਮਲਦੇ ਨੇ ਜਿਸਮ ਨੂੰ ਨਰਮ ਕਰਨ ਵਾਸਤੇ ਫਿਰ ਉਸ ਤੋਂ ਬਾਅਦ ਖਾੜਾ ਘੋੜਦੇ ਨੇ ਸਾਡੀ ਕਸਰਤ ਜਿਹੜੀ ਸਾਡੀ ਮਿਹਨਤ ਉਹਦਾ ਆਗਾਜ਼ ਖਾੜੇ ਤੋਂ ਹੁੰਦਾ ਹੈ ਇਹ ਖਾੜਾ ਬੜੀ ਅੱਛੀ ਮਿਹਨਤ ਹੈ ਇਹ ਪੂਰੇ ਜਿਸਮ ਨੂੰ ਪੈਰਾਂ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਜ਼ੋਰ ਲੱਗਦਾ ਹੈ ਇਹ ਕਈ ਜਿਹੜੀ ਬੜੀ ਅੱਛੀ ਮਿਹਨਤ ਹੈ ਫਿਰ ਉਹ ਤੋਂ ਬਾਅਦ ਜਦੋਂ ਇਹ ਪਲਵਾਰ ਬਾਹਰ ਨਿਕਲਦੇ ਡੰਡ ਬੈਠਕਾਂ ਲਾਉਂਦੇ ਨੇ ਜ਼ੋਰ ਕਰਦੇ ਨੇ ਫਿਰ ਖੀਤ ਤੋਂ ਟੋਇਆ ਇੱਕ ਕੱਢਦੇ ਉਹਨੇ ਚਾਬ ਲੇਟ ਜਾਂਦੇ ਨੇ ਉੱਤੇ ਮੂੰਹ ਬਾਹਰ ਤੇ ਪੈਰ ਬਾਹਰ ਤੇ ਹੱਥਾਂ ਦੀਆਂ ਤਲੀਆਂ ਬਾਹਰ ਰੱਖਦੇ ਉੱਤੇ ਮਿੱਟੀ ਪਵਾਉਂਦੇ ਨੇ ਤਾਂ ਕਿ ਗਰਮੀਆਂ ਵਿੱਚ ਤਾਂ ਕਿ ਮਿੱਟੀ ਜਰੀਏ ਅਸੀਂ ਨੂੰ ਸਮਝ ਨੇ ਬੜੀ ਸਾਡੀ پاک ਠੜਦੀ ਏ ਐਵੇਂ ਜੀ ਅਸੀਂ ਬੜੀ ਫਾਜ਼ਤ ਕਰਨੇ ਆ ਕੋਈ ਅਸੀਂ ਪਲੀਤ ਇਹਦੇ ਵਿੱਚ ਨਹੀਂ ਵੜਨੇ ਆ ਕੋਈ ਜੁੱਤੀ ਲੈ ਆ ਇਹਦੇ ਵਿੱਚ ਨਹੀਂ ਵੜਨੇ ਆ ਗੰਦਗੀ ਨਹੀਂ ਖਲਾੜਨੇ ਆ ਅਸੀਂ ਸਮਝਨੇ ਆ ਕਿ ਇਹਦੇ ਚੋਂ ਹੀ ਅਸੀਂ ਸਾਰਾ ਕੁਝ ਸਾਨੂੰ ਇਹਦੇ ਤੋਂ ਮਿਲਿਆ ਸ਼ੌਹਰਤ ਦੌਲਤ ਇੱਜ਼ਤ ਤਾਕਤ ਸਾਨੂੰ ਇਹ ਮਿੱਟੀ ਤੋਂ ਮਿਲੀ ਹੈ ਇਹ ਮਿੱਟੀ ਸਾਡੇ ਵਾਸਤੇ ਬੜੀ ਮੁਕੱਦਸ ਹੈ ਤੇ ਉਹ ਇਹਦੇ ਚ ਸ਼ਫਾ ਰੱਖੀ ਹੈ ਅੱਲਾਹ ਤਾਲਾ ਨੇ ਇਹ ਮਿੱਟੀ ਇਹ ਚ ਇਹ ਬੱਚੇ ਨੇੜ ਦੇ ਆਪਣੇ ਉੱਤੇ ਅਸੀਂ ਇਹਨੇ ਮਿੱਟੀ ਪਾਉ ਤਾਂ ਕਿ ਜਿਸਮ ਦੀ ਸਾਰੀ ਗਰਮੀ ਜਿਗਰ ਗੁਰਦੇ ਅੰਦਰ ਦੀ ਸਾਰੀ ਗਰਮੀ ਉਹ ਚ ਹੁਸਲਦੀ ਹੈ ਮਿੱਟੀ ਹਾਲਾਂਕਿ ਇਹ ਹੂਣ ਤੇ ਅਸੀਂ ਇੰਗਲੈਂਡ ਮੈਂ ਜਾਣਾ ਵਾ ਉੱਥੇ ਗੋਰਿਆਂ ਨੇ ਵੀ ਆਪਣੇ ਜਿਹੜੇ ਕੋਈ ਬਾਹ ਲਾਣ ਬਣਾਏ ਜਿੱਥੇ ਅੱਗੇ ਉਹਨਾਂ ਨੇ ਘਾਹ ਪਾਇਆ ਹੁੰਦਾ ਸੀ ਲਾਇਆ ਹੁੰਦਾ ਸੀ ਉਹਨਾਂ ਨੇ ਥੋੜੀ ਜਿਹੀ ਉੱਥੇ ਮਿੱਟੀ ਸਤਾਲੀਏ ਸਾਇੰਸ ਵੀ ਆਂਦੀ ਏ ਕਿਆ ਮਿੱਟੀ ਸਾਫ ਸੁੱਸੀ ਦਾ ਖੋਦੇ ਇਹਦੇ ਸ਼ਿਫਾ ਆਵੇ ਇਹਦੇ ਚ ਸੈਨਸਾਂ ਦੀ ਡਾਕਟਰ ਆਉਂਦੇ ਨੇ ਕਿ ਇਹਦੇ ਚ ਜੋ ਜਿੰਨ ਕੋਈ ਗਰਮੀ ਹੋਈਏ ਕੋਈ ਦਾਣੇ ਨਿਕਲੇ ਨੇ ਮਿੱਟੀਏ ਲੇਟੇ ਮਿੱਟੀ ਆਪਣੇ ਚੋਂ ਮਲੇ ਉਹਨੂੰ ਸ਼ਿਫਾ ਮਿਲਦੀ ਅਸੀਂ ਤੇ ਇਹਦੇ ਚ ਤੇ ਸਾਡੇ ਬੱਚੇ ਜਿਹਨਾਂ ਨੇ ਰੋਜ਼ ਦੇ ਤਰੀ 40 50 ਤੇਲ ਮਲਦੇ ਵਿੱਚ ਇਹ ਪਸੀਨੇ ਹੁੰਦੇ ਨੇ ਸ਼ਰਦਾਈਆਂ ਪੀਤੀਆਂ ਹੋਈਆਂ ਨੇ ਗੁਸ਼ ਖਾਦੇ ਨੇ ਉਹਦਾ ਸਾਰਾ ਸਾਰਾ ਇਹਦੇ ਵਿੱਚ ਜਾਂਦਾ ਉਹ ਮਿੱਟੀ ਉਹਨਾਂ ਹੀ ਤੇ ਨੀਰੀ ਮਿੱਟੀ ਹੁੰਦੀ ਹੈ ਸਾਡੀ ਤੇ ਮਿੱਟੀ ਵਿੱਚ ਕੰਨਾਂ ਦੇ ਹਾਮਨਾ ਤੇਲ ਏ ਨਾ ਹਸਾਂ ਨਾ ਪਸੀਨੇ ਸ਼ਰਦਾਈਆਂ ਦੇ ਯਖਨੀਆਂ ਦੇ ਦੁੱਧਾਂ ਦੇ ਸ਼ਰਦਾਈਆਂ ਦੇ ਨੇ ਮੱਖਣਾ ਦੇ ਨੇ ਵੈਰੀ ਗੁੱਡ ਜੀ ਇਹ ਵਾਕਈ ਸਾਂਸ ਆਂਦੀ ਏ ਅੱਜ ਕੱਲ ਹੀ ਅਗਰ ਗੱਲ ਕਰੀਏ ਆਪਣੇ ਬੱਚਿਆਂ ਦੀ ਤਹੀ ਘਰਬਾੜ ਟੈਲ ਵਾਈਏ ਪੱਥਰ ਲਵਾਏ ਆ ਔਰ ਕੋਈ ਚੀਜ਼ ਨਹੀਂ ਨੰਗੀ ਪੈਰੀ ਆਹੀ ਬੱਚੇ ਨੂੰ ਨਹੀਂ ਸਾਂਸ ਆਂਦੀ ਏ ਕਿ ਬੱਚੇ ਨੂੰ ਕਮ ਸੇ ਕਮ ਕਮ ਸੇ ਕਮ 10 ਤੋਂ 15 ਮਿੰਟ ਨੰਗੀ ਪੈਰ ਮਿੱਟੀ ਦੇ ਉੱਤੇ ਜਾ ਕੇ ਖੇਡਣਾ ਚਾਹੀਦਾ ਕਿ ਜਿਹੜੀ ਤਲੀਆਂ ਦੇ ਵਿੱਚੋਂ ਇਹਦੀ ਗਰਮੈਸ਼ ਹੈ ਜਿਹੜੀ ਗਰਮੀ ਹੈ ਦਿਮਾਗ ਤੱਕ ਉਹ ਚੂਸਦੀ ਹੈ ਮਿੱਟੀ ਮਿੱਟੀ ਦੇ ਵਿੱਚ ਬੜੀ شفਾ ਅੱਲਾਹ ਪਾਕ ਨੇ ਰੱਖੀ ਹੈ ਅੱਛਾ ਪਹਿਲਵਾਨ ਜੀ ਆ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਨੇ ਆ ਤੇ ਤੁਹਾਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਪਾਕਿਸਤਾਨ ਦੇ ਵਿੱਚ ਇੱਕ ਬੜਾ ਅੱਛਾ ਨਾਮ ਕਮਾਇਆ ਕੋਈ ਐਸੀ ਕੁਸ਼ਤੀ ਦੱਸੋ ਜਿਹਦੇ ਤੇ ਤੁਹਾਨੂੰ ਵੀ ਫਖਰ ਹੋਏ ਤੇ ਤੁਹਾਡੇ ਬੇਟੇ ਨੂੰ ਤੇ ਫਖਰ ਹੋਣਾ ਹੀ ਹੈ ਤੁਹਾਡੀ ਹਰ ਕੁਸ਼ਤੀ ਤੇ ਬੇਟਾ ਵੀ ਤੁਹਾਡਾ ਮੈਨੂੰ ਲੱਗਦਾ ਕਿ ਤੁਹਾਡਾ ਹੀ ਸ਼ਾਗਿਰਦ ਹੈ ਤੇ ਕੋਈ ਐਸੀ ਕੁਸ਼ਤੀ ਦੱਸੋ ਕਿ ਜਿਹਦੇ ਤੁਹਾਨੂੰ ਫਖਰ ਹੋਏ ਕਿ ਅੱਜ ਆ ਮੈਂ ਕੁਸ਼ਤੀ ਇੰਡੀਆ ਦੀ ਤੇ ਤੁਸੀਂ ਜਿੱਤ ਕੇ ਆਏ ਹੋ ਤੇ ਉਹ ਤੇ ਇੱਕ ਹੋਣਾ ਹੀ ਹੈ ਫਖਰ ਕਿ ਮੈਂ ਇੰਡੀਆ ਦੇ ਵਿੱਚ ਚਿੱਟ ਚਿਤ ਕਰਕੇ ਆਇਆ ਹਾਂ ਉੱਥੇ ਦੇ ਪਹਿਲਵਾਨ ਨੂੰ ਕੋਈ ਐਸੀ ਕੁਸ਼ਤੀ ਦੱਸੋ ਕਿ ਜਿਹੜੀ ਅੱਜ ਤੱਕ ਤੁਹਾਨੂੰ ਹੋਏ ਫਖਰ ਤੇ ਕਿ ਮੈਂ ਕੁਸ਼ਤੀ ਜਿੱਤ ਕੇ ਤੇ ਮੈਨੂੰ ਬੜਾ ਅੱਛਾ ਲੱਗਾ ਹੈ ਜੀ ਉਹ ਤੇ ਸਨ ਪਹਿਲੀ ਗੱਲ ਜੀ ਮੈਂ ਸਮਝੋ ਕਿ ਜੇਰਾ ਕੋਈ ਕਿਸੇ ক্রিকেট ਕੋ ਪੁੱਛੋ ਦੇ ਉਹ ਕਹੇਦਾ ਜੀ ਮੈਂ ਇੰਡੀਆ ਨਾਲ ਜਿਹਨੂੰ ਮੈਚ ਸੈਂਚਰੀ ਕਰਾਂ ਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਬੜੀ ਸ਼ੋਹਰਤ ਮਿਲਦੀ ਹੈ ਕੋਈ ਬਾਲਰ ਆਂਦਾ ਮੈਂ ਵਿਕਟਾਂ ਲਾਂਦਾ ਮੈਨੂੰ ਇੰਜ ਸਾਡਾ ਵੀ ਜਿਹੜਾ ਗਾਮਾ ਹਾਂ ਦਾ ਨੇ ਮਾਮਬਖ ਖਾਨਦਾਨ ਭੋਲੂ ਹਾਂ ਦਾ ਲੋਹੜ ਦਾ ਜਿਨ੍ਹਾਂ ਨਾਲ ਸਾਡੇ ਉਸਤਾਦ ਅਜ ਤੋਂ 150 ਸਾਲ ਦੀ ਜੰਗ ਸ਼ਿਰੀ ਹੋਈ ਹੈ ਉਹਨਾਂ ਨਾਲ ਕੁਸ਼ਤੀਆਂ ਸਾਡੀਆਂ ਹੁੰਦੀਆਂ ਸਾਡੇ ਖਾਨਦਾਨ ਦੇ ਤਿਆਰ ਹੁੰਦੇ ਹਾਂ ਉਹਨਾਂ ਦਾ ਖਾਨਦਾਨ ਤਿਆਰ ਹੁੰਦੇ ਹਨ ਕਦੀ ਓਟਾ ਲੈਂਦੇ ਹਾਂ ਕਦੀ ਅਸੀ ਟਾ ਲੈਂਦੇ ਹਾਂ ਕਦੀ ਬਰਾਬਰ ਆ ਜਾਂਦੀ ਸੀ ਉਹਨਾਂ ਨਾਲ ਸਾਡੀ ਕੁਸ਼ਤੀ ਦੇ ਉੱਤੇ ਪੂਰੀ ਦੁਨੀਆ ਨੂੰ ਵੀ ਮਤੌਜੋ ਹੁੰਦੀ ਸੀ ਪੂਰਾ ਹਿੰਦ-ਸਿੰਧ ਹੁੰਦਾ ਸੀ ਪਹਿਲੀ ਕੁਸ਼ਤੀ ਜਿਹੜੀ ਮੇਰੀ ਹੋਈ ਸੀ ਗਾਮੇ ਭਵਾਨ ਦੇ ਪੋਤਰੇ ਨਾਲ ਮਾਂਬਖਸ਼ ਦੇ ਪੋਤਰੇ ਨਾਲ ਭੋਲੂ ਦੇ ਭਤੀਜੇ ਨਾਲ ਜਹਾਰੇ ਦੇ ਭਾਈ ਨਾਲ ਛੋਟੇ ਨਾਲ ਉਹ ਕੁਸ਼ਤੀ ਜਿਹਨੂੰ ਮੈਂ ਟਾਈ ਸੀ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਕਿਉਂਕਿ ਮੇਰੀ ਮੇਰੇ ਖਾਨਦਾਨ ਦੀ ਤੇ ਉਹਨਾਂ ਦੀ ਇੱਜ਼ਤ ਬਿਛਤੀ ਦਾਤ ਲੱਗੀ ਹੋਈ ਸੀ ਜਿਸ ਬੱਚੇ ਨੇ ਜਿਹਨੂੰ ਅੱਲਾਹ ਤਾਲਾ ਨੇ ਫਤਹ ਨਸੀਬ ਬੰਨੀ ਸੀ ਉਹਨੇ ਹੀ ਹੀਰੋ ਬੰਨਾ ਸੀ ਉਹਦੀ ਵੀ ਪਹਿਲੀ ਕੁਸ਼ਤੀ ਸੀ ਮੇਰੀ ਵੀ ਪਹਿਲੀ ਕੁਸ਼ਤੀ ਸੀ ਉਹਦੀ ਵੀ 19 ਸਾਲ ਉਮਰ ਸੀ ਮੇਰੀ ਵੀ 19 ਸਾਲ ਉਮਰ ਸੀ ਉਹਦਾ ਵੀ ਪੂਰਾ ਖਾਨਦਾਨ ਉਹਦੇ ਪਿੱਛੇ ਜਿਹੜਾ ਸੀ ਉਹਨੂੰ ਮਿਹਨਤ ਕਰਾ ਰਿਹਾ ਸੀ ਦਿਨ ਰਾਤ ਮੇਰੇ ਮੇਰੇ ਪਿੱਛੇ ਵੀ ਮੇਰਾ ਖਾਨਦਾਨ ਮੇਰਾ ਸਾਰਾ ਮਿਹਨਤ ਕਰ ਰਹੀ ਪਰ ਮੈਂ ਸਮਝਣਾ ਵਾਂ ਕਿ ਮਿਹਨਤ ਉਹਨੇ ਵੀ ਬੜੀ ਕੀਤੀ ਹੈ ਕਿਉਂਕਿ ਬੜੇ ਵੱਡੇ ਪਹਿਲਵਾਨਾਂ ਦਾ ਪੁੱਤਰ ਸੀ ਬੜਾ ਅੱਛਾ ਪਹਿਲਵਾਨ ਸੀ ਮਾਂ ਵੀ ਕੀਤੀ ਹੈ ਪਰ ਮੈਨੂੰ ਜਿਹੜਾ ਬੈਨੀਫਿਟ ਮਿਲਿਆ ਸਮਝੋ ਕਿ ਮੇਰੇ ਬਾਪ ਮੇਰੀ ਮਾਂ ਦੀਆਂ ਦੁਆਵਾਂ ਦਾ ਫਰਕ ਪੈ ਗਿਆ ਵਿੱਚ ਉਹਦੇ ਮਾਂ ਬਾਪ ਨੇ ਇੱਕ ਘੱਟ ਦੁਆਵਾਂ ਕੀਤੀਆਂ ਹੁੰਦੀਆਂ ਮੇਰੇ ਮਾਪੇ ਨੇ ਮੇਰੇ ਖਾਸ ਕਰਕੇ ਬਾਪ ਨੇ ਬਹੁਤ ਜ਼ਿਆਦਾ ਮੇਰੇ ਵੱਲੋਂ ਸੇ ਦੁਆਵਾਂ ਕੀਤੀਆਂ ਨੇ ਅੱਧੀ ਅੱਧੀ ਰਾਤ ਨੂੰ ਉਹ ਕੁਸ਼ਤੀ ਜਿਹੜੀ 3 ਮਹੀਨੇ ਟਾਈਮ ਮੈਨੂੰ ਮਿਲਿਆ ਸੀ ਮਨੋ ਲੈ ਤੱਕ ਯਾਦ ਹੈ ਮੈਂ ਜਿਹੜਾ ਨੂੰ ਸੁੱਤੇ ਕਰੋੜ ਬਦਲਦਾ ਹੈ ਤਾਂ ਧਿਆਨ ਕਰਦੇ ਤੇ ਮੇਰਾ ਬਾਪ ਬੈਹ ਦੇਣਾ ਮੰਜੀ ਦੇ ਉੱਤੇ ਮੇਰੇ ਸਾਹਮਣੇ ਦੁਆਵਾਂ ਹੀ ਕਰਦਾ ਹੁੰਦਾ ਸੀ ਕਿ ਯਾ ਅੱਲਾ ਮੇਰੇ ਪੁੱਤਰ ਨੂੰ ਫਤਹ ਨਸੀਬ ਕਰੀ ਯਾ ਅੱਲਾ ਮੇਰੇ ਪੁੱਤਰ ਨੂੰ ਫਤਹ ਨਸੀਬ ਕਰੀ ਮਨੂੰ ਮੈਂ ਸਮਝ ਨਾ ਉਹਦੇ ਬਾਪ ਕੋ ਐਨੀਆਂ ਦੁਆਵਾਂ ਨਹੀਂ ਹੋ ਸਕੀਆਂ ਨੇ ਹੋ ਸਕਦਾ ਮੇਬੀ ਅਗਰ ਮੇਰਾ ਬਾਪ ਵੀ ਆਨੀਆਂ ਦੁਆਵਾਂ ਨਾ ਕਰਦਾ ਤੇ ਹੋ ਸਕਦਾ ਉਹਨੂੰ ਮਿਲ ਜਾਂਦੀ ਇੱਜ਼ਤ ਪਰ ਮੇਰੇ ਬਾਪ ਦੀਆਂ ਦੁਆਵਾਂ ਨੇ ਮੈਨੂੰ ਉਹ ਕੁਸ਼ਤੀ ਜਿਤਾਈ ਤੇ ਮੈਂ ਹੀਰੋ ਬਣ ਗਿਆ ਜ਼ਮੀਨ ਤੋਂ ਆਸਮਾਨ ਤੇ ਪਹੁੰਚ ਗਿਆ ਅੱਜ ਇਹ ਕੀ ਖੂਬ ਕਹਿ ਇਜ਼ਤ ਮੰਤਸ਼ਾ ਵਲ ਜ਼ਿਲ ਮੰਤਸ਼ਾ ਅੱਲਾ ਜਿਸੇ ਚਾਹੇ ਇੱਜ਼ਤ ਦੇ ਅੱਲਾ ਨੇ ਜਿਹਨੂੰ ਚਾਹਨੀ ਹੀ ਇੱਜ਼ਤ ਤੁਨਵਾਦਨਾ ਹੀ ਔਰ ਇਹ ਜਿਹੜੀ ਗੱਲ ਸੁਣਾ ਰਹੇ ਨੇ ਨਾ ਇਹਨਾਂ ਦੀ ਖਾਨਦਾਨੀ ਇੱਕ ਕੁਸ਼ਤੀਆਂ ਦਾ ਇੱਕ ਮੁਕਾਬਲੇ ਦਾ ਜਿਹੜਾ ਗੁਜਰਾਵਲੇ ਦਾ ਖਾਨਦਾਨ ਹੈ ਤੇ ਇੱਕ ਲਾਹੌਰ ਦਾ ਇਹਨਾਂ ਦੀ ਕੁਸ਼ਤੀਆਂ ਦਾ سلسلہ ਜਾਰੀ ਹੀ ਕਦੀ ਉਹ ਇਹਨਾਂ ਨੂੰ ਢਾ ਜਾਂਦੇ ਹੁੰਦੇ ਹਨ ਫਿਰ ਇਹਨਾਂ ਦੀ ਇੱਕ ਵਰਤਨ ਪੈਂਦੀ ਹੈ ਕਿ ਨਹੀਂ ਹਾਂ ਹੁਣ ਤਿਆਰ ਹੋ ਕੇ ਉਹਨਾਂ ਨੂੰ ਢਾਣਾ ਹੈ ਦੁਬਾਰਾ ਮੁਕਾਬਲਾ ਹੋਣਾ ਹੈ ਤੇ ਲਾਹੌਰ ਵਾਲਾ ਜਿਹੜਾ ਉਹ ਲਾਹੌਰ ਦੇ ਪਹਿਲਵਾਨ ਹਨ ਉਹਨਾਂ ਨੂੰ ਢਾਣਾ ਹੈ ਤੇ ਇਹ ਵਾਕਈ ਇੱਕ ਬੜਾ ਅੱਛਾ ਤੇ ਬੜਾ ਵੱਡਾ ਇਹਨਾਂ ਦਾ ਮੁਕਾਬਲਾ ਹੈ ਇਹ ਵੀ ਜਾਣਨੇ ਆ ਕਿਉਂਕਿ ਇੱਥੇ ਗੱਲਾਂ ਹੁੰਦੀਆਂ ਨੇ ਨੰਗੀਆਂ ਤੇ ਸਿੱਧੀਆਂ ਪ੍ਰੋਗਰਾਮ 'ਚ ਇਹ ਵੀ ਜਾਣਨੇ ਆ ਕਿ ਇਹਨਾਂ ਦੇ ਕੋਲ ਪਹਿਲਵਾਨ ਰਹਾਨੇ ਐਸ ਵੇਲੇ ਉਹਨਾਂ ਦੇ ਵਰਤਨ ਇਹਨਾਂ ਤੇ ਵੇ ਜਾਂ ਇਹਨਾਂ ਦੀ ਵਰਤ ਕਿਹੜੇ ਜਿਹੜਾ ਖਾਨਦਾਨੀ ਉਹ ਜਿੱਤੇ ਹੈ ਕੁਸ਼ਤੀ ਜਿਹੜਾ ਉਹ ਆਖਰੀ ਕੁਸ਼ਤੀ ਜਿਹੜੀ ਜਿੱਤੇ ਹੈ ਉਹ ਕਿਹੜਾ ਖਾਨਦਾਨ ਹੈ ਤੇ ਅੱਗੂ ਆਨ ਵਾਲੀਆਂ ਜਿਹੜੀਆਂ ਨਸਲਾਂ ਨੇ ਇਹਨਾਂ ਦਾ ਬੇਟਾ ਇੱਕ ਪਹਿਲਵਾਨ ਤਿਆਰ ਹੋ ਰਿਹਾ ਜਿਹੜਾ ਉਹਨਾਂ ਦਾ ਵੀ ਕੋਈ ਬੱਚਾ ਤਿਆਰ ਹੋ ਰਿਹਾ ਹੋਵੇਗਾ ਤੇ ਆਈਏ ਇਹਦੇ ਬਾਰੇ ਤੇ ਵੀ ਜਾਣੇ ਇਹਦੇ ਬਾਰੇ ਚ ਦੱਸੋ ਜੀ ਜੀ ਹਲੇ ਤੱਕ ਤੇ ਅੱਲਾਹ ਤਾਲਾ ਨੇ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਅੱਲਾਹ ਤਾਲਾ ਸਦਾ ਮੈਂ ਤੇ ਦੁਆਵਾਂ ਕਰਨਾ ਕਿਉਂਕਿ ਮਿਹਨਤ ਤੇ ਜਿਹੜਾ ਵੀ ਕੋ ਮੁਕਾਬਲੇ ਤੇ ਆਂਦਾ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਮਿਹਨਤ ਜ਼ਿਆਦਾ ਕਰਾਂ ਇਹ ਤੇ ਅੱਲਾਹ ਤਾਲਾ ਵਿੱਚ ਉਹਨੂੰ ਨਵਾਜ਼ਦਾ ਜਿਹਦੇ ਤੇ ਅੱਲਾਹ ਤਾਲਾ ਦੀ ਮਿਹਰਬਾਨੀ ਹੁੰਦੀ ਏ ਤੇ ਹਲੇ ਤੱਕ ਤੇ ਸਾਡਾ ਪਲੜਾ ਭਾਰੀ ਏ ਆਹਰੀ ਕੁਸ਼ਤੀ ਮੈਂ ਉਹਨਾਂ ਕੋ ਜਿੱਤਿਆ ਆਵਾ ਇਹ ਸਮਝੋ ਕਿ 35 36 ਸਾਲ ਹੋ ਗਏ ਨੇ 36 ਸਾਲ 36 ਸਾਲ ਤੱਕ ਸਾਡਾ ਖਾਨਦਾਨ ਅੱਲਾਹ ਨੇ ਸਾਨੂੰ ਇੱਜ਼ਤ ਰੱਖੀ ਏ ਅਸੀਂ ਹੁਣ ਉਹਨਾਂ ਦਾ ਬੇਟਾ ਵੀ ਪਹਿਲਵਾਨੀ ਕਰ ਰਿਹਾ ਇੱਕ ਆਬਦ ਪਹਿਲਵਾਨ ਦਾ ਬੇਟਾ ਤੇ ਮੇਰਾ ਬੇਟਾ ਵੀ ਕਰ ਰਿਹਾ ਤੇ ਜੇ ਤੇ ਅੱਲਾਹ ਨੂੰ ਮਨਜ਼ੂਰ ਹੋਇਆ ਇਹਨਾਂ ਦਾ ਜੋੜ ਪਿਆ ਤੇ ਫਿਰ ਕੈਂਪ ਲੱਗ ਜਾਂਦੇ ਫਿਰ ਦੁਆਵਾਂ ਦੇ ਅਸੀਂ ਤੇ ਫੇਰ ਸ਼ੁਰੂ ਹੋ ਜਾਣਾ ਦਿਨ ਰਾਤ ਇਹ ਫੇਰ ਆ ਬੱਚਿਆਂ ਤੇ ਡਿਪੈਂਡ ਕਰੇ ਦਾ ਅਸੀਂ ਤੇ ਆਨੇ ਸਾਡੇ ਬੱਚੇ ਨੂੰ ਚਾਹੀਦਾ ਕਿ ਉਹਨੂੰ ਅਸੀਂ ਸੁਣਾਨੇ ਆ ਕਿਸੇ ਕਿ ਪੁੱਤਰ ਅਸੀਂ ਹਾਨਦਾਨ ਦੀ ਇੱਜ਼ਤ ਵਾਸਤੇ ਦਿਨ ਰਾਤ ਤਿੰਨ ਮਹੀਨੇ ਨਾ ਰਾਤ ਨੂੰ ਸੁੱਤੇ ਹਾਂ ਤੇ ਨਾ ਦਿਨ ਨੂੰ ਸੁੱਤੇ ਹਾਂ ਨਾ ਚੈਨ ਅਸੀਂ ਕੀਤਾ ਹੀ ਤੇ ਅੱਲਾ ਨੇ ਉਹ ਰਿਜ਼ਤ ਰੱਖੀ ਸੀ ਸਾਡੀ ਇੱਜ਼ਤ ਰੱਖੀ ਸੀ ਤੇ ਅੱਲਾ ਨੇ ਸਾਨੂੰ 36 ਸਾਲ ਤੋਂ ਸਾਨੂੰ ਅੱਲਾ ਨੇ ਸਾਡਾ ਪੱਲਾ ਭਾਰੀ ਕੀਤਾ ਹੈ ਤੇ ਅਸੀਂ ਅੱਲਾ ਕੀ ਦੁਆ ਵੀ ਕਰਨਾ ਹੈ ਕਿ ਯਾ ਅੱਲਾ ਸਦਾ ਸਾਡਾ ਪੱਲਾ ਭਾਰੀ ਰੱਖੀ ਤੇ ਕਿਉਂਕਿ ਅਸੀਂ ਸਮਝੋ ਕਿ ਸਾਡੇ ਗੁਜਰਾਲੇ ਦੀ ਵੀ ਦੁਆਵੇ ਸਾਡੇ ਗੁਜਰਾਲਾ ਵੀ ਚੰਦਾ ਹੈ ਕਿ ਕੋਈ ਵੀ ਇਸ ਸ਼ਹਿਰ ਦਾ ਬੰਦਾ ਉਹ ਉਹਨਾਂ ਕੋਲ ਜਿਹੜਾ ਨਾ ਉਹਨਾਂ ਕੋਲ ਜਿੱਤੇ ਹੀ ਕਿ ਬਿਲਕੁਲ ਜੀ ਪਹਿਲਵਾਨ ਅਰਾਨੇ ਠੀਕ ਕਿਹਾ ਹੈ ਕਿ ਹਰ ਬੰਦਾ ਉਹ ਸਾਡਾ ਸ਼ਹਿਰ ਹੈ ਗੁਜਨਾਲਾ ਤਹੀ ਦੇ ਕਹਿੰਦੇ ਕਿ ਸਾਡਾ ਜਿਹੜਾ ਪਹਿਲਵਾਨ ਨੇ ਜਾਂ ਕਿਸੇ ক্রিকেট ਚ ਜਾਂਦਾ ਜਾਂ ਕਿਸੇ ਵੀ ਗੇਮ ਚ ਤੇ ਆਹ ਕਹਿੰਦੇ ਕਿ ਗੁਜਨਾਲਾ ਜਿੱਤੇ ਗੁਜਨਾਲੇ ਦੀ ਫਤਹਾ ਹੋਏ ਠੀਕ ਹੈ ਕਿਉਂਕਿ ਆਪਣਾ ਘਰ ਆਪਣਾ ਸ਼ਹਿਰ ਆਪਣਾ ਪਿੰਡ ਆਪਣਾ ਮhalla ਆਪਣੀ ਗਲੀ ਆਪਣੇ ਬੱਚੇ ਚੰਗੇ ਲੱਗਦੇ ਆ ਤੇ ਇਹ ਪਹਿਲਵਾਨਾਂ ਦੀ ਗੱਲ ਹੈ ਅੱਛਾ ਪਹਿਲਵਾਨ ਜੀ ਇਹ ਵੀ ਦੱਸੋ ਕਿ ਤੁਹਾਡੀ ਕੋਈ ਗੁਫਤਗੋ ਚੱਲੀ ਹੋਏ ਉਹਨਾਂ ਦੇ ਨਾਲ ਕਿ ਤੁਹਾਡਾ ਬੱਚਾ ਪਹਿਲਵਾਨੀ ਕਰ ਰਿਹਾ ਹੈ ਸਾਡਾ ਵੀ ਕਰ ਰਿਹਾ ਹੈ ਅਗੋਂ ਕੋਈ ਮੈਚ ਰੱਖਿਆ ਹੋਏ ਦੰਗਲ ਰੱਖਿਆ ਹੋਏ ਇਹਦੇ ਬਾਰੇ ਚ ਇਹ ਜੀ ਜਿਰੂ ਹਲੇ ਤੇ ਕੁਝ ਸਾਲ ਡੇਸ ਸਾਲ ਹੋ ਗਿਆ ਕੋਰੋਨਾ ਦੀ ਵਜ੍ਹਾ ਤੋਂ ਸਾਰੀਆਂ ਜਿਹੜੇ ਸਰਗਰਮੀਆਂ ਹਨ ਸਪੋਰਟਸ ਦੀਆਂ ਉਹ ਬੰਦ ਸਨ ਹੁਣ ਥੋੜਾ ਇਹਨਾਂ ਖੁਲਿਆ ਲੈ ਤਾਂ ਕਿ ਬਸ ਇਹ ਅਸਲੀ ਬੰਦੇ ਸ਼ਹਿਰ ਜਿਹੜਾ ਸਾਡੇ ਸ਼ਹਿਰ ਵਿੱਚ ਵੀ ਲੋਕ ਜਿਹੜੇ ਨੇ ਆਪਸ ਇੱਕ ਜਿਵੇਂ ਚਾਗਮੂਆਂ ਸ਼ੁਰੂ ਹੋ ਗਈਆਂ ਜੀ ਉਹਨਾਂ ਦਾ ਬੱਚਾ ਵੀ ਤਿਆਰ ਹੋ ਰਿਹਾ ਇਹਨਾਂ ਦੇ ਹੋ ਰਿਹਾ ਕੁਸ਼ਤੀ ਵੇਖਣੀ ਚਾਹੀਦੀ ਹੈ ਇਹ ਕੁਸ਼ਤੀ ਹੋਣੀ ਚਾਹੀਦੀ ਹੈ ਬੜੀ ਐ ਪਪੂਲਰ ਕੁਸ਼ਤੀ ਹੋਈ ਦੀ ਪਹਿਲਾ ਗੱਲਾਂ ਹੁੰਦੀਆਂ ਨੇ ਜਿਵੇਂ ਸ਼ਾਦੀ ਕਰਨੀ ਹੋਵੇ ਪਹਿਲਾ ਆਪਸ ਹੋ ਜਾਂਦਾ ਜਿਸਤੇ ਵੇਖਦੇ ਨੇ ਫਿਰ ਉਹ ਗੱਲਾਂ ਹੁੰਦੀਆਂ ਫਿਰ ਮੰਗਣੀ ਹੁੰਦੀ ਹੈ ਫਿਰ ਦੰਗਲ ਹੁੰਦਾ ਤੇ ਅੱਲਾ ਦੇ ਫਜ਼ਲ ਨਾਲ ਅੱਲਾ ਨੂੰ ਮਨਜ਼ੂਰ ਹੋਇਆ ਤੇ ਹੋ ਜਾਂਦਾ ਇਹ ਦੰਗਲ ਅਸੀਂ ਤਾਂ ਬੜਾ ਬੇਚੈਨੀ ਨਾਲ ਆਨੇ ਆ ਦੰਗਲ ਹੋਵੇ ਕਿਉਂਕਿ ਜਿੰਨਾ ਤਾਂ ਅਸੀਂ ਸਾਡਾ ਕੰਮ ਹੀ ਆਇਆ ਹੋਵੇ ਸਾਡਾ ਹੋਰ ਕੀ ਸਾਡਾ ਸਮਝੋ ਪੇਸ਼ਾ ਹੀ ਆਇਆ ਹੋਵੇ ਇਹਦੇ ਨਾਲ ਹੀ ਸਾਡੀ ਇੱਜ਼ਤ ਹੈ ਇਹਦੇ ਨਾਲ ਹੀ ਸਾਡੀ ਸ਼ੋਹਰਤ ਹੈ ਇਹ ਨਾਲ ਹੀ ਸਾਨੂੰ ਰੁਪਈਏ ਅੱਲਾਹ ਤਾਲਾ ਸਾਡਾ ਕਾਰੋਬਾਰ ਲਾਇਆ ਹੈ ਅਸੀਂ ਤੇ ਅੱਨਾ ਕੱਲ ਹੋਣਾ ਅੱਜ ਹੋਵੇ ਇਹਦੇ ਪਹਿਲਵਾਨ ਜੀ ਉਹਨਾਂ ਦੀ ਖੁਆਇਸ਼ ਹੋਏਗੀ ਕਿਉਂਕਿ ਪਲੜਾ ਹਲੇ ਤੁਹਾਡਾ ਭਾਰੀ ਹੈ ਇਹ ਤੇ ਉਹਨਾਂ ਦੇ ਅੰਦਰ ਜਿਹੜਾ ਲਾਵਾ ਪੱਕ ਰਿਹਾ ਜਾਂ ਜੋ ਤਿਆਰ ਹੋ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਹਾਂ ਗੇਮ ਜਿੱਤਣੀ ਹੈ ਆਹਾਂ ਆਪਣੇ ਘਾਰੇ ਪਲੜਾ ਜਿਹੜਾ ਜਿੱਤਦਾ ਸੇਰਾ ਜਿਹੜਾ ਇਹ ਜਿੱਤਦਾ ਢੋਲ ਜਿਹੜਾ ਸਾਡੇ ਦਰ ਤੇ ਵੱਜੇ ਤੇ ਇਹ ਪਲੜਾ ਹਾਂ ਦੁਬਾਰਾ ਹੀ ਆਪਣੇ ਖਾਨਦਾਨ ਦਾ ਲੈ ਕੇ ਆਉਣਾ ਇਹਦੇ ਉਹਨਾਂ ਨੂੰ ਜ਼ਿਆਦਾ ਯਾਨੀ ਕਿ ਜਦੋਂ ਜਿਹੇ ਹੋਏਗੀ ਜ਼ਿਆਦਾ ਉਹਨਾਂ ਦੇ ਉਹ ਜਨੂਨ ਹੋਏਗਾ ਕਿ ਹਾਂ ਦੁਬਾਰਾ ਇਹ ਦੰਗਲ ਲਾਣਾ ਹੈ ਤੇ ਤੂੰ ਤੋਹੀ ਵੀ ਆਪਣੇ ਬੇਟੇ ਦੇ ਵਾਸਤੇ ਤਿਆਰੀ ਫੋਲ ਕਰਾ ਰਹੇ ਹੋ ਬਿਲਕੁਲ ਜੀ ਅਸੀਂ ਕਿਉਂ ਨਹੀਂ ਕਰਾ ਰਹੇ ਹਾਂ ਲੈ ਵੀ ਕਰਾ ਰਹੇ ਆ ਇਹ ਤਾਂ ਬੱਚੇ ਤੇ ਡਿਪੈਂਡ ਕਰਦਾ ਨਾ ਉਹ ਜਿਵੇਂ ਆਂਦੇ ਨੇ ਕਿ ਉਸਤਾਦ ਤੇ ਦੱਸਦੇ ਨੇ ਜਾਂ ਖਲੋਂਦੇ ਨੇ ਇਹ ਬੱਚੇ ਨੂੰ ਆਪ ਵੀ ਜਨੂਨ ਹੋਣਾ ਚਾਹੀਦਾ ਜਿਵੇਂ ਮੰਨੂ ਸੀ ਮੇਰਾ ਬਾਪ ਨੂੰ ਦੋ ਟਾਈਮ ਮਿਹਨਤ ਕਰਾਂਦਾ ਸੀ ਸਵੇਰ ਦੁਪਹਿਰ ਸੜਦੀਆਂ ਹਨ ਸਵੇਰ ਕਰਾਂਦਾ ਹੀ ਤਜਰ ਟਾਈਮ ਤੇ ਸ਼ਾਮ ਪਿਛਲੇ ਟਾਈਮ ਕਰਾਂਦੇ ਹਾਂ ਦੁਪਹਿਰ ਨੂੰ ਮੈਂ ਆਪ ਰਾਤ ਨੂੰ 9 ਵਜੇ ਸ਼ਾਮ ਦੀ ਨਮਾਜ਼ ਪੜ੍ਹਦੇ ਮੈਂ ਖੁਦ ਮਿਹਨਤ ਆਪਣੀ ਲਾਣਾ ਹਾਂ ਕਿ ਇਸ ਵਜ੍ਹਾ ਤੋਂ ਕਿ ਮੁੰਨੂ ਉਹ ਫੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਪਲੜਾ ਉਦੋਂ ਹੋਲਾ ਸੀ ਉਹ ਮੈਂ ਪੱਲੇ ਨੂੰ ਬਰਾਬਰ ਕਰਨ ਵਾਸਤੇ ਉੱਤੇ ਆਣਾ ਸੀ ਮੈਂ ਦਿਨ ਰਾਤੇ ਕੀਤਾ ਸੀ ਮੈਂ ਆਪ ਜੋ ਮੇਰੇ ਮਹਾਵਤ ਮੇਰੇ ਉਸਤਾਦ ਮੇਰਾ ਬਾਪ ਆਂਦਾ ਸੀ ਕਿ ਬਸ ਬੜੀ ਐਨੀ ਮਿਹਨਤ ਮੈਂ ਔਰਤੋਂ ਵੀ ਵੱਧ ਲਾਣਾ ਹਾਂ ਇਸ ਵਜ੍ਹਾ ਤੋਂ ਮੈਂ ਨਾ ਕਿਤੇ ਕੋਈ ਕਮੀ ਨਾ ਰਹਿ ਜਾਏ। ਇਹੀ ਜੀ ਪਹਿਲਵਾਨ ਜੀ ਪ੍ਰੋਗਰਾਮ ਦੇ ਵਿੱਚ ਹੀ ਫਿਰ ਕੋਸ਼ਿਸ਼ ਕਰਾਂਗੇ ਤੁਹਾਡੇ ਬੇਟ ਨਾਲ ਵੀ ਗੁਫ਼ਤਗੋ ਕਰੀਏ ਤੁਹਾਡੇ ਸ਼ਗਿਰਦਾਂ ਨਾਲ ਵੀ ਕਿਉਂਕਿ ਇਹ ਸ਼ਗਿਰਦਾਂ ਨੂੰ ਬੜਾ ਫਖਰ ਹੋਏਗਾ ਕਿ ਇਹ ਤੁਹਾਡੇ ਜ਼ੇਰੇ ਨਿਗਰਾਨੀ ਪਹਿਲਵਾਨੀ ਸਿਹਰੇ ਨੇ ਇੱਕ ਪਾਕਿਸਤਾਨ ਦਾ ਨਾਮਵਰ ਕੋਈ ਵੀ ਖਿਡਾਰੀ ਹੋਏ ਕਿਸੇ ਖੇਲ ਦਾ ਵੀ ਤੇ ਜਦੋਂ ਉਹ ਪਾਕਿਸਤਾਨ ਇੰਟਰਨੈਸ਼ਨਲ ਲੈਵਲ ਤੇ ਹੋਏ ਤੇ ਹਰ ਬੰਦੇ ਦਾ ਇੱਕ ਫਖਰ ਹੁੰਦਾ ਜੀ ਮੈਂ ਫਲਾਣੇ ਉਸਤਾਦ ਦਾ ਜੂਨੀਅਰਾਂ ਫਲਾਣੇ ਉਸਤਾਦ ਦਾ ਸ਼ਿਰਦਾ ਤੇ 100 ਸਾਲ ਤੋਂ ਤੇ ਇਹ ਖੜਾ ਹੈ ਤੇ ਇੱਥੇ ਜਿਹੜੇ ਬੱਚੇ ਸਾਡੇ ਆ ਰਹੇ ਨੇ ਸਾਡਾ ਮੁਤਕਬਿਲ ਗੁਜਰਾਹਾਂ ਵਾਲਾ ਦਾ ਜਿਹੜਾ ਫਿਊਚਰ ਹੈ ਸਾਡੇ ਪਾਕਿਸਤਾਨ ਦਾ ਜਿਹੜਾ ਫਿਊਚਰ ਹੈ ਉਹ ਬੱਚੇ ਇੱਥੇ ਆ ਕੇ ਨਾ ਸਿਰਫ ਗੇਮ ਲਾ ਰਹੇ ਨੇ ਬਲਕਿ ਪਹਿਲਵਾਨੀ ਸਿਖ ਰਹੇ ਨੇ ਪਹਿਲਵਾਨੀ ਦੇ ਨਾਲ-ਨਾਲ ਜਿਹੜੇ ਮੇਨ ਚੀਜ਼ੇ ਦਾ ਹੁੰਦੇ ਨੇ ਕੇ ਜ਼ੋਰ ਦੇ ਨਾਲ ਨਾਲ ਦਾਲਾ ਨੇ ਜ਼ਰੂਰੀ ਹੁੰਦੇ ਨੇ ਆਪਣਾ ਦਫਾ ਕਰਨਾ ਜ਼ਰੂਰੀ ਹੁੰਦਾ ਹੈ ਉਹ ਇਹਨਾਂ ਤੋਂ ਬਿਹਤਰ ਕੌਣ ਇਹਨਾਂ ਨੂੰ ਦੱਸ ਸਕਦਾ ਹੈ ਅੱਛਾ ਪਹਿਲਵਾਨ ਜੀ ਮੈਨੂੰ ਥੋੜੀ ਜੀ ਇਹਦੇ ਤੇ ਵੀ ਰੋਸ਼ਨੀ ਪਾਓ ਸਾਡੇ ਵੇਖਣ ਵਾਲੇ ਨਾਜ਼ਰੀਨ ਵੀ ਜਾਣਨਗੇ ਇਹ ਜਿਹੜਾ ਕੀ ਉਹਨੂੰ ਆਂਦੇ ਪਛਾੱਕੀ ਜਿਹੜਾ ਬੰਦੇ ਨੇ ਪਹਿਲਵਾਨ ਰਮਾਲੀ ਜਿਹੜੀ ਹੈ ਇਹਦੇ ਬਾਰੇ ਚ ਵੀ ਦੱਸੋ ਕਿ ਇਹ ਰਮਾਲੀ ਜਿਹੜੀ ਇਹ ਬੰਦੇ ਨੇ ਤੇ ਉੱਥੇ ਉਹ ਪੂਰਾ ਲਿਬਾਸ ਹੁੰਦਾ ਉਹਨਾਂ ਨੇ ਉਹ ਜੋਗਰ ਵਗੈਰਾ ਤੁਸੀਂ ਦੱਸਿਆ ਇਹਦੇ ਜਿੱਤੇ ਉਹਦੇ ਚ ਕੀ ਡਿਫਰੈਂਟ ਹੈ ਰਮਾਲੀ ਕਿਉਂ ਬਣੀ ਜਾਂਦੀ ਹੈ ਦੁਮਹਾਲੀ ਜਿਹੜੀ ਸਾਡੀ ਜਿਹੜੀ ਹੈ ਦੇਸੀ ਕੁਸ਼ਤੀ ਹੈ ਚ ਸਕਾਫਤ ਹੈ ਸਾਡੀ ਦੁਮਹਾਲੀ ਬੰਦੇ ਨੇ ਉੱਤੇ ਬਾਅਦ ਜਿਹਨੂੰ ਮਿਹਨਤ ਲਾਉਂਦੇ ਨੇ ਫੇਰ ਜਦੋਂ ਅਸੀਂ ਜ਼ੋਰ ਵਿੱਚ ਕਰਨੇ ਆ ਉਹਦੋਂ ਉੱਤੇ ਅਸੀਂ ਇੱਕ ਅੱਛਾ ਪਾਉਂਦੇ ਆ ਜੰਗ ਜਾਂ ਜਲੂਆ ਦੇ ਨੇ ਉਹ ਐਨਾ ਖੁੰਦਾ ਹੈ ਉਹ ਸਾਡਾ ਐਵੇਂ ਕਿਉਂਕਿ ਉਹਨੇ ਛੱਤ ਪਾਣੇ ਹੁੰਦੇ ਨੇ ਟਾਣਾ ਸੇ ਜੰਗ ਨੂੰ ਫਾੜਦੇ ਧੌਣ ਤੇ ਗੋਟਾ ਰੱਖਦੇ ਹੋਰ ਉਹ ਜਿਹੜੀ ਕੁਸ਼ਤੀ ਹੈ ਗੱਦੇ ਦੀ ਕੁਸ਼ਤੀ ਹੋਰ ਇਹ ਕਿ ਤੁਸੀਂ ਕਿਸੇ ਨੂੰ ਉਹ ਉਹ ਜਿਹੜਾ ਕਸਟੂਮ ਆ ਉਹਨੂੰ ਹੱਥ ਨਹੀਂ ਲਾ ਸਕਦੇ ਉਹ ਹੱਥ ਲਾਓ ਤੇ ਫੌਲ ਗਿਣਿਆ ਜਾਏਗਾ ਇਸ ਵਜ੍ਹਾ ਤੋਂ ਕਸਟੂਮ ਹੁੰਦੀ ਹੈ ਇਹ ਜਿਹੜੀ ਜੰਗ ਹੁੰਦਾ ਸੀ ਇਹਦੇ ਦੇਸੀ ਕੁਸ਼ਤੀ ਜੰਗ ਜਾਂ ਫਾੜਦੇ ਤੁਸੀਂ ਦਾਅ ਮਾਰ ਸਕਦੇ ਹੋ ਉਹਨੂੰ ਉਲਟਾ ਸਕਦੇ ਹੋ ਜਿਵੇਂ ਧੌਣ ਤੇ ਗੋਟਾ ਰੱਖਦੇ ਪਿੱਛੇ ਜੰਗ ਆ ਪਾ ਦੇ ਉਲਟਾ ਦਿਓ ਜੇ ਨੌਂਦਰ ਕੱਢਦੇ ਧੌਣ ਤੇ ਗੋੜਾ ਰੱਖਦੇ ਗੋਟ ਕੱਢਦੇ ਪਿਛੋ ਚਾਂਗਿਆ ਪਰਦੇ ਉਲਟਾ ਦਿਓ ਐਸ ਲਈ ਇਹਦੇ ਚ ਜੰਗਿਆ ਪਾਈਦਾ ਰਮਾਲੀ ਦੇ ਉੱਤੇ ਉਹਦੇ ਕਸਟੂਮ ਹੁੰਦੇ ਕਿਉਂਕਿ ਉਹਦੇ ਤੁਸੀਂ ਹੱਥ ਨਹੀਂ ਲਾ ਸਕਦੇ ਫੌਲ ਨਹੀਂ ਆ ਜਾਏਗਾ ਅੱਛਾ ਠੀਕ ਹੋ ਗਿਆ ਜੀ ਦੂਸਰਾ ਪਹਿਲਵਾਨ ਜੀ ਮੈਨੂੰ ਇਹ ਗੱਲ ਦੱਸੋ ਜਰਾ ਕਿ ਸਾਡੇ ਗੁਜਰਾਵਾਲਾ ਦੇ ਵਿੱਚ ਤੁਸੀਂ ਸੀਐਮ ਪੰਜਾਬ ਜਿਹੜਾ ਮੀਆਂ ਸ਼ਬਾਸ਼ ਸ਼ਰੀਫ ਹੈ ਇੱਥੇ ਸਟੇਡੀਅਮ ਦੇ ਵਿੱਚ ਇੱਕ ਜਲਸਾ ਆਇਆ ਸੀ ਉਹਦੇ ਵਿੱਚ ਮੀਆਂ ਸ਼ਬਾਸ਼ ਸ਼ਰੀਫ ਨੇ ਤੁਹਾਨੂੰ ਦਾ ਮਾਰਕਟ ਆਇਆ ਸੀ ਉਹਦੇ ਬਾਰੇ ਵਿੱਚ ਕੀ ਆਂਦੇ ਹੋ ਉਹ ਜੀ ਚਲੋ ਜੀ ਸਾਡਾ ਸੀਐਮ ਸੀ ਉਦੋਂ ਪੂਰੇ ਮੁਲਕ ਦਾ ਪੰਜਾਬ ਦਾ ਤੇ ਉਹ ਆਏ ਸਨ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਦਸਤਾਰ ਬੰਦੀ ਕਰਨੀ ਹੈ ਤੇ ਮੈਂ ਉਹਨਾਂ ਦੀ ਦਸਤਾਰ ਬੰਦੀ ਕਰਨ ਗਿਆ ਉਹ ਉੱਥੇ ਮੈਨੂੰ ਇੰਜ ਮਿਲੇ ਨੇ ਉਹਨਾਂ ਨੂੰ ਮੈਂ ਜਿਵੇਂ ਜੱਫਾ ਮਾਰਦੇ ਉਹਨਾਂ ਨੇ ਪਹਿਲਾਂ ਹੀ ਤੇਲੇ ਸੋਚਿਆ ਸੀ ਕਿ ਮੈਂ ਪਹਿਲਵਾਨ ਨੂੰ ਜਿਹੜਾ ਨਾ ਧਾਕ ਮਾਰਦੇ ਥੋੜਾ ਜਿਹਾ ਸਿੱਧਾ ਘੱਟਦੇ ਤੇ ਆਪਣੀ ਬੱਲੇ ਬੱਲੇ ਕਰਾਣੀ ਹੈ ਤੇ ਅਸੀਂ ਆਖਿਆ ਕੋਈ ਗੱਲ ਨਹੀਂ ਹੈ ਜੀ ਸੋਰੀ ਸਾਡਾ ਸੀਐਮ ਕੱਲ ਇਹ ਵੀ ਜਿਹੜਾ ਵੇ ਕੱਲ ਉਹ ਵੀ ਰਾਜ਼ੀ ਹੋ ਲੈ ਕੋਈ ਗੱਲ ਨਹੀਂ ਅਸੀਂ ਪਹਿਲਵਾਨ ਤੇ ਰਾਜ਼ੀ ਕਰਨ ਤੇ ਹੀ ਪੈਸਾ ਆਇਆ ਸੀ ਤੇ ਚਾਹਨੇ ਆ ਕਿ ਕੋਈ ਗਾਨੀ ਹੈ ਜਿਵੇਂ ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਦੇ ਨaik ਪਲਵਾਨ ਸੀ ਅੱਛਾ ਪਲਵਾਨ ਸਾਡੇ ਸ਼ਹਿਰ ਦਾ ਹੀ ਅੱਲਾਹ ਤਾਲਾ ਉਹਨੂੰ ਜਨਰਲ ਰਸੀਵ ਕਰੇ ਉਹ ਇੱਕ ਵਾਰੀ ਆਪਣੇ ਸਕੂਟਰ ਤੇ ਆਂਦਾ ਪਿਆ ਸੀ ਤੇ ਇੱਕ ਟਾਂਗੇ ਵਾਲਾ ਜਾਂਦਾ ਪਿਆ ਸੀ ਤੋਂ ਟਾਂਗੇ ਦਾ ਬੱਬੂ ਉਹਨੂੰ ਲੱਗਿਆ ਤੇ ਉਹ ਦੇਖ ਪਿਆ ਅੱਛਾ ਪਲਵਾਨ ਲੋਖਾਂ ਕਿ ਓਏ ਤੂੰ ਅੱਛੇ ਪਲਵਾਨ ਨੂੰ ਦੇ ਉਹਨੂੰ ਵਾ ਉਹ ਵਿਚਾਰਾ ਟਾਂਗਾ ਛੱਡ ਤੇ ਭੱਜ ਗਿਆ ਤੇ ਉਹ ਅੱਛਾ ਪਲਵਾਨ ਉੱਠਿਆ ਉਹਨੇ ਕਿਹਾ ਬੁਲਾਓ ਉਹਨੇ ਕਿਹਾ ਯਾਰ ਕੋਈ ਗਾਨੀ ਮੈਂ ਤੇ ਕੋ ਮਾਫੀ ਚਾਹਨਾ ਵਾਂ ਕਿ ਯਾਰ ਤੇਰਾ ਤੇ ਤੂੰ ਮੈਨੂੰ ਮੇਰੀ ਵਜ੍ਹਾ ਤੋਂ ਤੇਨੂੰ ਨੁਕਸਾਨ ਤੇ ਨਹੀਂ ਕੋਈ ਆ ਕਿ ਇਸ ਲਈ ਉਹ ਸਾਡਾ ਸੀਐਮਸੀ ਜੀ ਉਹ ਇੱਥੇ ਆਇਆ ਸੀ ਉਹਨਾਂ ਮੈਂ ਸਮਝਣਾ ਜਿਹੜਾ ਉਹਨਾਂ ਨੇ ਮੈਨੂੰ ਦਾਅ ਮਾਰਿਆ ਸੀ ਮੈਂ ਤਾਂ ਸਮਝਾ ਉਹ ਸਹੀ ਪਰਫੈਕਟ ਦਾਅ ਸੀ ਉਹ ਕੋਈ ਸਹੀ ਪ੍ਰੋਫੈਸ਼ਨ ਪਲਵਾਨ ਨਹੀਂ ਮਾਰ ਸਕਦਾ ਨਹੀਂ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਸਾਡਾ ਜਿਹੜਾ ਸਾਬਕਾ ਸੀਐਮ ਰਹਿ ਚੁੱਕਿਆ ਹੈ ਮੀਆਂ ਸ਼ਬਾਸ਼ ਸ਼ਰੀਫ ਉਹ ਜਿਹੜਾ ਉਹਨਾਂ ਦਾਅ ਮਾਰ ਰਿਹਾ ਸੀ ਉਹਨਾਂ ਦੇ ਜ਼ੋਰ ਦੇ ਵਿੱਚ ਔਰ ਉਹਨਾਂ ਦੇ ਦਾਅ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਕੋਈ ਪਹਿਲਵਾਨੀ ਹੈ ਉਹਨਾਂ ਕਿਸੇ ਪਹਿਲਵਾਨ ਕੋਲੋਂ ਟ੍ਰੇਨਿੰਗ ਲਈ ਹੋਏਗੀ ਮੈਂ ਦਾਵਾ ਕਰਦਾ ਕਿ ਜਿਹੜਾ ਉਹਨਾਂ ਨੇ ਦਾਅ ਮਾਰਿਆ ਸੀ ਮੈਂ ਸੁਪਰ ਹੈਵੀ ਦਾ ਪਹਿਲਵਾਨ ਹਾਂ ਮਨੂ ਉਹਨਾਂ ਨੇ ਪੂਰਾ ਪਰਫੈਕਟ ਦਾਅ ਮਾਰਿਆ ਸੀ ਤੇ ਨਾਲ ਉਹਨਾਂ ਨੇ ਮੈਨੂੰ ਰੋਕ ਲਿਆ ਸੀ ਨਹੀਂ ਤੇ ਹੋ ਸਕਦਾ ਜਿਹੜੇ ਬੈਂਚ ਤੇ ਮੈਂ ਡਿੱ ਗਿਆ ਹਾਂ ਉਹ ਬੈਂਚ ਹੀ ਨਾ ਟੁੱਟ ਜਾਂਦਾ ਉਹਨਾਂ ਨੇ ਮੈਨੂੰ ਪੂਰੀ ਢਾਕ ਮਾਰਦੇ ਤੇ ਥੱਲੇ ਨਾਲ ਅੱਗੇ ਹੱਥ ਰੱਖਦੇ ਰੋਕ ਲਿਆ ਸੀ ਤਾਂ ਉਹਨਾਂ ਨੇ ਪੂਰੀ ਢਾਕ ਉਹਨੂੰ ਆਂਦੇ ਨੇ 사ਸੀ ਵੀ ਆਨੇ ਆਪਣੇ ਬੱਚਿਆਂ ਨੂੰ ਔਰ ਜਿਹਨੇ ਬਗਲਾ ਪੜੇ ਕੋਈ ਪਿੱਛੇ ਤੁਹਾਡੇ ਚਿਹਰੇ ਬਗਲਾ ਪੜੇ ਉਹਨੂੰ ਅੱਗੋਂ ਢਾਕ ਮਾਰੋ ਮੈਂ ਇੰਜ ਬਗਲਾ ਜਿਵੇਂ ਜਫਾ ਮਾਰੇ ਲਗਾਉਣਾ ਮਰੀ ਪੂਰੀ ਢਾਕ ਮਾਰਦੇ ਉਹਨਾਂ ਨੇ ਕਿਹਾ ਲੋ ਜੀ ਪਹਿਲਵਾਨ ਜੀ ਮੈਂ ਫਿਰ ਉਹਨਾਂ ਨੂੰ ਜੁੜ ਚੁੱਕਿਆ ਮਮਿਜ਼ ਆਉਟਲਾਈਨ ਆ ਚੜ ਖਾਮਾਰਾ ਉਹਨਾਂ ਕਾ ਪੁਲਵਾਨ ਜੀ ਇੱਥੇ ਅਸੀਂ ਨਾ ਨਾਜ਼ਰੀ ਨੂੰ ਥੋੜੀ ਜੀ ਫੁਟੇਜ ਬਹਾਨਨੇ ਆ ਤੁਹਾਡੀ ਚੁੱਕਨ ਦੀ ਔਰ ਉਹਨਾਂ ਜਿਵੇਂ ਤੁਹਾਨੂੰ ਦਾਮ ਆ ਰਿਹਾ ਨਾਜ਼ਰੀ ਤੁਹਾਨੂੰ ਫੁਟੇਜ ਦਿਹਾਨਨੇ ਆ ਫਿਰ ਪੁਲਵਾਨਾ ਨੂੰ ਪੁੱਛਨੇ ਆ ਕਿ ਨਾ ਚੁੱਕਿਆ ਕਿਵੇਂ ਹਾਂਜੀ ਤੁਹਾਂ ਫੁਟੇਜ ਦੇਖੀ ਹੈ ਉਹ ਮੈਨੂੰ ਦੱਸੋ ਜਿਹੜਾ ਤੁਸੀਂ ਚੁੱਕ ਕੇ ਉੱਤੇ ਕੀਤਾ ਮੀਆਂ ਸਾਹਿਬ ਨੂੰ ਕੀ ਉਹਨਾਂ ਨੂੰ ਕਿਦਾਰੇ ਲੱਗਦੀ ਦਰ ਤੇ ਨਹੀਂ ਤੁਹਾਂ ਕੱਢੜੀ ਉਹ ਫਾਈਨਾ ਉਹ ਜਿਹੜੇ ਆਲੇ ਦੁਆਲੇ ਐਮਐਨਏ ਵਜ਼ੀਰ ਬੈਠੇ ਸਾਲ ਉਹਨਾਂ ਨੇ ਕਿਹਾ ਪੁਲਵਾਨ ਜੀ ਕਿਤੇ ਐਨੇ ਲੱਖ ਦੀ ਦਰ ਪਰ ਉਹਨਾ ਮੀਆਂ ਸਾਹਿਬ ਨੇ ਮੈਨੂੰ ਕਿਹਾ ਉਹਨਾਂ ਨੇ ਕਿਹਾ ਪੁਲਵਾਨ ਜੀ ਹੱਥ ਜੋੜੀ ਹੋਈਏ ਉਹ ਤੁਹਾਡਾ ਮੇਰਾ ਮੁਕਾਬਲਾ ਲਾਹੌਰ ਹੋਏਦਾ ਫਾਈਨਲ ਕੁਸ਼ਤੀ ਲਾਹੌਰ ਹੋ ਜਾਂਦੀ ਵੈਰੀ ਗੁੱਡ ਜੀ ਵੈਰੀ ਗੁੱਡ ਆ ਜੀ ਸਾਡੇ ਗੁਜਰਾਂ ਵਾਲੇ ਨੂੰ ਹੀ ਇਹ ਸਾਰਾ ਕ੍ਰੈਡਿਟ ਜਾਂਦਾ ਹੈ ਔਰ ਗੁਜਰਾਂ ਵਾਲਾ ਦੇ ਹੀ ਇਹ ਬੇ ਅੱਛਾ ਪلوان ਜੀ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਜਿਹੜੀਆਂ ਕੁਸ਼ਤੀਆਂ ਜਿੱਤੀਆਂ ਨੇ ਉਦੇ ਵਿੱਚ ਜਿਹੜੀ ਹਕੂਮਤੇ ਵਕਤ ਇਹਨੇ ਤੁਹਾਨੂੰ ਕਿਹੜੇ ਕਿਹੜੇ ਨਾਮ ਤੋਂ نوازਿਆ ਹੈ ਕਿਹੜੇ ਕਿਹੜੇ ਇਨਾਮ ਤੇ ਜੀ ਇੱਕ ਮਿੱਟੀ ਵੀ ਚੁੱਕ ਕੇ ਦੇ ਦੇਉ ਤੇ ਇਨਾਮ ਹੀ ਇਨਾਮ ਹੁੰਦਾ ਹੈ ਤੇ ਕਿਹੜੀ ਕਿਹੜੀ ਕੁਸ਼ਤੀ ਤੁਹਾਂ ਜਿੱਤ ਕੇ ਤੇ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਹਕੂਮਤੇ ਵਕਤ ਕਿਹੜੇ ਕਿਹੜੀ ਹਕੂਮਤ ਦੇ ਵਿੱਚ ਕਿਹੜੀ ਕਿਹੜੀ ਤੁਹਾਂ ਕੁਸ਼ਤੀ ਲੜੀਏ ਔਰ ਕਿਹੜਾ ਦੰਗਲ ਜਿਹੜਾ ਤੁਸੀਂ ਜਿੱਤ ਕੇ ਤੇ ਇਨਾਮ ਹਾਸਲ ਕੀਤਾ ਜੀ ਸਭ ਤੋਂ ਪਹਿਲਾਂ ਸਾਡੇ ਖਾਨਦਾਨ ਨੂੰ ਹੈ ਫਖਰ ਹੈ ਸਾਡੇ ਕੋਲ ਚਾਰ ਟਾਈਟਲ ਨੇ ਜਿਹੜੇ ਸਰਕਾਰੀ ਨੇ ਪਹਿਲਾ ਟਾਈਟਲ ਹੈ ਮੇਰੇ ਤਾਇਆ ਯੂਨਸ ਪਰ 17 ਪਾਕਿਸਤਾਨ ਜਿਨ੍ਹਾਂ ਨੂੰ ਵਜ਼ੀਰ ਆਜ਼ਮ ਪਹਿਲੇ ਵਜ਼ੀਰ ਆਜ਼ਮ ਲਖਤ ਅਲੀ ਖਾਨ ਨੇ ਸਾਰਾ ਪਾਕਿਸਤਾਨ ਦਾ ਟਾਈਟਲ ਦਿੱਤਾ ਹੀ ਦੂਜਾ ਜਿਹੜਾ ਤਗਮਾ ਇਮਤਿਆਜ਼ ਮੇਰੇ ਦੂਜੇ ਤਾਇ ਯਕੂਬ ਪਹਿਲਵਾਨ ਨੂੰ ਤਗਮਾ ਇਮਤਿਆਜ਼ ਸਦਰ ਸਾਖ ਨੇ ਦਿੱਤਾ ਸੀ ਤੀਜਾ ਜਿਹੜਾ ਵੇ ਇਹ ਇਹ ਤਾਇ ਸਾਡੇ ਨੂੰ ਹਿੰਦੁਸਤਾਨ ਐਰਾ ਸੌਰੀ ਅਫਗਾਨਿਸਤਾਨ ਦਾ ਬਾਦਸ਼ਾਹ ਜ਼ਾਹਿ ਸ਼ਾਹ ਸੀ ਉੱਥੇ ਸਾਡੇ ਤਾਇ ਨੇ ਢਾਈ ਕੁਛ ਦੀ ਤੋਂ ਨੂੰ ਰੁਸਤ ਮੈਂ ਅਫਗਾਨਿਸਤਾਨ ਦਾ ਦਿੱਤਾ ਸੀ ਚੌਥਾ ਮਨੂ ਨਵਾਜ਼ ਸ਼ੀਮ ਨੇ ਸ਼ੇਰੇ ਪੰਜਾਬ ਦੀ ਗੁਰਜ ਦਿੱਤੀ ਸੀ ਲਾੜੇ ਜਿਵੇਂ ਯੱਲਾ ਪੰਜਾਬ ਸਾ ਉਹਨਾਂ ਨੇ ਚਾਰ ਟਾਈਟਲ ਸਾਨੂੰ ਖਾਨਦਾਨ ਨੂੰ ਮਿਲੇ ਮੈਂ ਰਸਮੇ ਪਾਕੋਂ ਹਿੰਦਵੀਆਂ ਇੰਡੀਆ ਦੇ ਪੁਲਵਾਨਾਂ ਨੂੰ ਮੈਂ ਜਿਹੜੇ ਉੱਥੋਂ ਦੇ ਹਿੰਦਕੇ ਸੀ ਨੇ ਸਮਝੋ ਜਿਵੇਂ ਸਾਡੇ ਰਸਮੇ ਪਾਕਿਸਤਾਨ ਹੁੰਦਾ ਉਹਨਾਂ ਨੂੰ ਠਾਇਆ ਹੈ ਚੈਂਪੀਅਨ ਇੰਗਲੈਂਡ ਵੀ ਆ ਚੈਂਪੀਅਨ ਪਾਕਿਸਤਾਨ ਵੀ ਆ ਸ਼ੇਰ ਪੰਜਾਬ ਵੀ ਆ ਹੋਰ ਭੜੇ ਜਿਹੜੇ ਨੇ ਕੁਸ਼ਤੀਆਂ ਜਿਹੜੇ ਨੇ ਫੁਲਿਆਇਟ ਆ ਜ਼ਿਆਦਾ ਮਨ ਨੂੰ ਜੋ ਜਿਹੜਾ ਮੈਂ ਸਮਝਦਾ ਵਾਂ ਕਿ ਮਨ ਨੂੰ ਖੁਸ਼ੀ ਹੈ ਉਹ ਮੈਂ ਇੰਡੀਆ ਦੇ ਪੁਲਵਾਨਾਂ ਨੂੰ ਜਿਹੜੀ ਠਾਈ ਹੈ ਨਾ ਉਹਨੂੰ ਜ਼ਿਆਦਾ ਖੁਸ਼ੀ ਹੈ ਉਥੋਂ ਜਿਹੜਾ ਮਿਲਿਆ ਮੈਨੂੰ ਉਹ ਜ਼ਿਆਦਾ ਲਾਇਕ ਮੈਂ ਕਰਨਾ ਹਾਂ ਇੱਕ ਕਿਹੜੇ ਸਾਲ ਦੇ ਵਿੱਚ ਇੰਡੀਆ ਦੇ ਵਿੱਚ ਤੁਸੀਂ ਉਹ ਪਹਿਲਵਾਨਾਂ ਨੂੰ ਢਾ ਕੇ ਆਏ ਹੋ 89 ਵਿੱਚ ਜੀ 89 ਵਿੱਚ ਤੇ ਜਦੋਂ ਮੀਆਂ ਨਵਾਸ਼ ਸ਼ਰੀਫ ਵਜ਼ੀਰ ਆਲਾ ਹਨ ਉਹ ਕਿਹੜੇ ਦੌਰ ਦੇ ਵਿੱਚ ਔਰ ਕਿੱਥੇ ਤੁਹਾਂ ਕੁਸ਼ਤੀ ਲੜੀ ਸੀ ਤੇ ਉਹ ਆਏ ਹਨ ਉਥੇ ਇਹ ਲਾਹੌਰ ਹੋਈ ਸੀ 88 ਵਿੱਚ ਫੋਰਟਸ ਸਟੇਡੀਅਮ ਵਿੱਚ ਅੱਛਾ ਜੀ ਵਜ਼ੀਰ ਆਲਾ ਪੰਜਾਬ ਸਨ ਉਥੋਂ ਜਿਹੜੂ ਵਜ਼ੀਰ ਆਲਾ ਪੰਜਾਬ ਸਨ ਉਹ ਅ ਦੇਖਿਆ ਜੀ ਤੁਸੀਂ ਪ੍ਰੋਗਰਾਮ ਔਰ ਹਿਸਟਰੀ ਵੀ ਜਾਣੀ ਹੈ ਅੱਛਾ ਇੱਥੇ ਹੀ ਨਵੇਂ ਯੰਗ ਬੱਚਿਆਂ ਵਾਸਤੇ ਕੋ ਮੈਸੇਜ ਪਹਿਲਵਾਨ ਨੂੰ ਕਾਂਗੇ ਕੋ ਮੈਸੇਜ ਦਿਓ ਉਸ ਤੋਂ ਬਾਅਦ ਫਿਰ ਹੀ ਪਹਿਲਵਾਨ ਸਾਹਿਬ ਦੇ ਬੇਟੇ ਜਿਹੜੇ ਅਗੋਂ ਪਹਿਲਵਾਨੀ ਚ ਤਿਆਰ ਹੋ ਰਹੇ ਉਹਨਾਂ ਨਾਲ ਵੀ ਗੁਫ਼ਤਗੂ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਜੀ ਤੁਸੀਂ ਆਪਣੇ ਅੱਬਾ ਜੀ ਦੇ ਆਪਣੇ ਉਹਨਾਂ ਦੇ ਉਸਤਾਦ ਵੀ ਨੇ ਕਿ ਇਹਨਾਂ ਦੇ ਵਿਜ਼ਨ ਨੂੰ ਇਹਨਾਂ ਦੇ ਇਸ ਜਿਹੜੀ ਇਹਨਾਂ ਦੀ ਰਵਾਇਤ ਇਹਨੂੰ ਕਿਵੇਂ ਅੱਗੇ ਲੈ ਕੇ ਚਲੋਗੇ ਤੇ ਇਹਦੇ ਵਿੱਚ ਪਹਿਲਵਾਨ ਜੀ ਤੁਹਾਡੇ ਇੱਕ ਤੇ ਸਭ ਤੋਂ ਪਹਿਲੇ ਦੱਸੋ ਕਿ ਇਹ ਜਿਹੜਾ ਪਹਿਲਵਾਨੀ ਹੈ ਇਹ ਦਿਨ-ਬਦਨ ਪਿੱਛੇ ਕਿਉਂ ਜਾ ਰਹੀ ਹੈ ਔਰ ਕਿਉਂ ਇਨਾ ਯਾਨੀ ਕਿ ਇਹਨੂੰ ਪਹਿਲਵਾਨੀ ਨੂੰ ਜਿਹੜੇ ਪਹਿਲਵਾਨ ਨੇ ਹੁਣ ਸਾਡਾ ਗੁਜਰਾਵਾਲਾ ਜਿਹੜਾ ਕਿਸੇ ਜਗ੍ਹਾ ਤੇ ਵੀ ਜਾਓ ਤੇ ਇਹ ਆਂਦੇ ਨੇ ਜੀ ਪਹਿਲਵਾਨ ਦੇ ਸ਼ਹਿਰ ਤੋਂ ਆਇਓ ਬੜੀ ਖੁਸ਼ੀ ਹੁੰਦੀ ਹੈ ਅਸੀਂ ਸਿੰਧ ਜਾਈਏ ਅਸੀਂ ਬਾਹਰ ਕਿਹ ਮਲਹ ਚਲੀਏ ਉਹਨੂੰ ਦੱਸਿਆ ਨਾ ਗੁਜਰਾਵਾਲੇ ਤੋਂ ਆਂਦੇ ਨੇ ਯਾਰ ਤੁਸੀਂ ਪਹਿਲਵਾਨ ਦੇ ਸ਼ਹਿਰ ਤੋਂ ਤੇ ਅਸੀਂ ਕਿਉਂ ਪਿੱਛੇ ਇੰਨਾ ਆ ਗਏ ਆਪਣੀ ਇਹ ਜਿਹੜੀ ਸਾਡਾ ਕਲਚਰ ਹੈ ਇਹਦੇ ਤੋਂ ਮੇਨ ਸਾਡੀ ਇਹ ਕੁਸ਼ਤੀ ਜਿਹੜੀ ਸੀ ਕਬੱਡੀ ਕੁਸ਼ਤੀ ਇਹ ਬੜੀ ਯਾਨੀ ਕਿ ਮੰਨੀ ਜਾਂਦੀ ਸੀ ਤੇ ਅਸੀਂ ਕਿਉਂ ਪਿੱਛੇ ਆ ਗਏ ਆ ਅਸਲ ਗੱਲ ਹੈ ਵੇਖ ਕੇ ਇਹ ਪਲਵਾਨੀ ਫਨ ਜਿਹੜਾ ਨਾ ਬਹੁਤ ਮਹਿੰਗਾ ਹੋ ਗਿਆ ਹੈ ਇੱਕ ਪਲਵਾਨਾਂ ਸੇ ਆਮ ਆਦਮੀ ਜਿਹੜਾ ਹੁੰਦਾ ਉਹਦੇ ਨਾਲ ਕੋਈ 4-5 ਗੁਣਾ ਜ਼ਿਆਦਾ ਪਲਵਾਨ ਖੁਰਾਕ ਖਾਂਦਾ ਬਸ ਆਮ ਆਦਮੀ ਅਗਰ 1 ਕਿਲੋ ਦੁੱਧ ਪੀਂਦਾ ਤੇ ਪਲਵਾਨ ਨੂੰ 4-5 ਕਿਲੋ ਚਾਹੀਦਾ ਆਮ ਆਦਮੀ ਪਾਕੋਸ਼ੇ ਖਾਂਦਾ ਪਲਵਾਨ ਨੂੰ ਕਿਲੋ ਚਾਹੀਦਾ ਮੱਖਣ ਯਹਨੀਆਂ ਘਿਓ ਦੁੱਧ ਪੀਨੇ ਅਸੀਂ ਜਿਹੜਾ ਹੁੰਦੇ ਸ਼ੌਕਟ ਹੀ ਆ ਅਸੀਂ ਬੱਚੇ ਨੂੰ ਖਰਾ ਰਿਆ ਮੈਨੂੰ ਪਤਾ ਹੈ ਕਿ ਕਮ ਸੇ ਕਮ ਕਮ ਸੇ ਕਮ ਬੜਾ ਵੀ ਘਾਟ ਤੋਂ ਘਾਟਾ ਕਰ ਤੁਸੀਂ ਆਪਣੇ ਬੱਚੇ ਨੂੰ ਪ੍ਰੋਫੈਸ਼ਨ ਪਲਵਾਨੀ ਖਰਾਣੀ ਹੈ ਇੰਟਰਨੈਸ਼ਨਲ ਲੈਵਲ ਦੀ ਤੇ 4 ਤੋਂ 5000 ਰੁਪਏ ਖਰਚਾ ਰੋਜ਼ ਦਾ ਡੇਲੀ ਸਮਝੋ ਕਿ ਡੇਢ ਕੁ ਲੱਖ ਰੁਪਏ ਖਰਚਾ ਮਹੀਨੇ ਦਾ ਤੇ ਹੁਣ ਤੁਹਾਨੂੰ ਵੀ ਪਤਾ ਕਾਰੋਬਾਰੀ ਹੋ ਜੇ ਨੇ ਆਮਦਨਾਂ ਕੀ ਨੇ ਤੇ ਅਗੋਂ ਕਿਥੋਂ ਬੱਚਿਆਂ ਨੂੰ ਐਨਾ ਕੋਈ ਖਵਾਵੇ ਚਲੋ ਅਸੀਂ ਤਾਂ ਫੋਰਡ ਕਰਨੇ ਆ ਸਮਝ ਨਾ ਕਰ ਸਾਡੀ ਤਾਂ ਸਮਝੋ ਫਸੀ ਨੂੰ ਪੜਕਣ ਅਸੀਂ ਤਾਂ ਗੋਖ ਮਾਨੇ ਵੀ ਨੇ ਕਈ ਐਸੇ ਬੱਚੇ ਨੇ ਮੈਂ ਸਮਝਣਾ ਵਾਂ ਕਿ ਜਿਹੜੇ ਖਾਨ ਹਥੋਂ ਪੁਲਵਾਨ ਨਹੀਂ ਬਣ ਸਕਦੇ ਨੇ ਮਿਹਨਤ ਵਿਚਾਰੇ ਲਾਂਦੇ ਨੇ ਅੱਗੋਂ ਖੁਰਾਕ ਨਹੀਂ ਮਿਲਦੀ ਏ ਤੋ ਅੱਗੇ ਨਹੀਂ ਜਾ ਸਕਦੇ ਉਹ ਬੱਚੇ ਬੜੇ ਵੀ ਐਸੇ ਐਸੇ ਬੱਚੇ ਨੇ ਮੇਰੇ ਕੋ ਐਸੇ ਐਸੇ ਬੱਚੇ ਨੇ ਅਗਰ ਖੂਮਤ ਉਹਨਾਂ ਦੀ ਸਰਪ੍ਰਸਤੀ ਕਰੇ ਸਾਨੂੰ ਨਾ ਪੈਸੇ ਦੇਵੇ ਖਾੜੇ ਆਵੇ ਡੀਸੀ ਸਾਹਿਬਾਨ ਆਜ ਕਹਿਣ ਜੀ ਪਲਵਾਨ ਜੀ ਦੱਸੋ ਤੁਹਾਡੇ ਕੋ ਕਿਹੜੇ ਮੁੰਡੇ ਨੇ ਜਿਹੜੇ ਅੱਗੇ ਜਾ ਸਕਦੇ ਨੇ ਇੰਟਰਨੈਸ਼ਨਲ ਲੈਵਲ ਤੇ ਜਾ ਸਕਦੇ ਨੇ ਅਸੀਂ ਉਹਨਾਂ ਨੂੰ ਦਸੀਏ ਕਿਉਂਕਿ ਮੈਨੂੰ ਪਤਾ ਹੈ ਜਿੱਤਰੀ ਪੁਵਾਨ ਹੈ ਤੇ ਖਲੋਤੇ ਨੇ 40 ਖਲੋਤੇ ਨੇ ਮੈਨੂੰ ਪਤਾ ਹੈ ਕਿ ਇਹ ਕਪੈਸਿਟੀ ਹੈਗੀ ਏ ਅੱਗੇ ਜਾ ਸਕਦਾ ਅਗਰ ਉਹਦੀ ਸਰਪ੍ਰਸਤੀ ਕੀਤੀ ਜਾਏ ਸਾਨੂੰ ਨਾ ਕੁਛ ਦੇ ਉਹ ਬੱਚੇ ਦੇ ਹੱਥੇ ਚ ਮਹਾਨਾ ਕੋਈ ਵਜ਼ੀਫਾ ਦੇ ਨੇ ਕਮ ਸੇ ਕਮ 10-20 ਹਜ਼ਾਰ ਹੀ ਦੇ ਦੇ ਤਾਂ ਕਿ ਉਹ ਆਪਣਾ ਦੁੱਧ ਹੀ ਪੀ ਦੇ ਪਲਵਾਨੀ ਕਰ ਸਕੇ ਇਹ ਗੱਲ ਠੀਕ ਹੈ ਜੀ ਇਹ ਹਕੂਮਤੇ ਵਕਤ ਨੂੰ ਚਾਹੀਦਾ ਹੈ ਇਹ ਸਾਡੀ ਹਕੂਮਤ ਨੂੰ ਚਾਹੀਦਾ ਜੀ ਏ ਹੜਾ ਜਿਹੜਾ ਮਸਤਕਬਿਲ ਹੈ ਸਾਡੇ ਜਿਹੜੇ ਜਵਾਨ ਨੇ ਆ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਜਿਹੜੇ ਇਹ ਬੱਚੇ ਵੀ ਨੇ ਤੇ ਪਹਿਲਵਾਨ ਜਿਹੜੇ ਤਿਆਰ ਹੋ ਯੰਗ ਲੜਕੇ ਵੀ ਤਿਆਰ ਹੋਏ ਨੇ ਇਹਨਾਂ ਵਾਸਤੇ ਗੱਲ ਬਹੁਤ ਅੱਛੀ ਕੀਤੀ ਕਿ ਅੱਜ ਕੱਲ ਜਿਹੜਾ ਦੌਰ ਜਾ ਰਿਹਾ ਸ਼ਾਮ ਨੂੰ ਰੋਟੀ ਜਿਹੜੀ ਉਹ ਬਹੁਤ ਮੁਸ਼ਕਲ ਪੂਰੀ ਹੁੰਦੀ ਹੈ ਆਂਢੀ ਜਿਹੜੀ ਉਹ ਬੜੀ ਮੁਸ਼ਕਲ ਪੂਰੀ ਹੁੰਦੀ ਹੈ ਖਾਨਦਾਨ ਦੀ ਤੇ ਇਹ ਪਹਿਲਵਾਨ ਜਿਹੜੇ ਨੇ ਇਹ ਵਾਕਈ ਇਹਨਾਂ ਨੂੰ ਖੁਰਾਕ ਚਾਹੀਦੀ ਹੁੰਦੀ ਹੈ ਸਾਰਾ ਦਿਨ ਜ਼ੋਰ ਲਾਣਾ ਜਸੇ ਦੇ ਵਿੱਚੋਂ ਪਸੀਨਾ ਨਿਕਲਦਾ ਸਾਰਾ ਮਾਮਲਾ ਤੇ ਉਹਨਾਂ ਵਾਸਤੇ ਖੁਰਾਕ ਜ਼ਰੂਰੀ ਹੈ ਤੇ ਹਕੂਮਤ ਨੂੰ ਚਾਹੀਦਾ ਹੈ ਹਕੂਮਤ ਵਾਸਤੇ ਮੈਂ ਕਹਾਂਗਾ ਕਿ ਲੰਬਿਆ ਲੰਬਾ ਫਿਕਰੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਪਹਿਲਵਾਨਾਂ ਵਾਸਤੇ ਕੋਈ ਐਸੇ ਵਜ਼ੀਫੇ ਲਾਣ ਸਾਡੇ ਜਿਹੜੇ ਡੀਸੀ ਗੁਜਰਾਵਾਲਾ ਨੇ ਉਹਨਾਂ ਨੂੰ ਚਾਹੀਦਾ ਇਹਦੇ ਉੱਤੇ ਕੰਮ ਕਰਨ ਵੈਸੇ ਤੇ بڑا ਕੰਮ ਕਰ ਰਹੀ ਹੈ ਹੜੇ ਪੰਜਾਬ ਹਕੂਮਤ ਜੀ ਅਹੇ ਇਹਦੇ ਤੇ ਕੰਮ ਕਰ ਰਹੇ ਆ ਕਲਚਰ ਤੇ ਕੰਮ ਕਰ ਰਹੇ ਆ ਫਲਾਣੇ ਕੰਮ ਕਰ ਰਹੇ ਆ ਮਗਰ ਪਹਿਲਵਾਨ ਅੱਲੇ ਵੀ ਜਿਹੜਾ ਨਾ ਉਹ ਮਾਇੂਸ ਨੇ ਕਿ ਹਕੂਮਤ ਇਹਨਾਂ ਨੂੰ ਕੋਈ ਐਸੀ ਫੈਸਿਲਿਟੀ ਨਹੀਂ ਦੇ ਰਹੀ ਕੋਈ ਐਸੇ ਮਾਮਲੇ ਨਹੀਂ ਕਰ ਰਹੀ ਇਹ ਹਕੂਮਤ ਨੂੰ ਚਾਹੀਦਾ ਹੈ ਕਿ ਪਹਿਲਵਾਨਾਂ ਵਾਸਤੇ ਕੋਈ ਐਸੀ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਜਾਏ ਕਿ ਜਿਹੜੇ ਪਹਿਲਵਾਨ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਜਿਹੜੇ ਬੱਚੇ ਅੱਗੇ ਜਾਣਾ ਚਾਹੁੰਦੇ ਨੇ ਜਿਹੜੇ ਬੱਚੇ ਇਸ ਫੀਲਡ 'ਚ ਅੱਗੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਵਸੀਫਾ ਲਵਾਇਆ ਜਾਏ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਕੋਈ ਪੈਸੇ ਤੇ ਲੈਨੇ ਉਹ ਹਕੂਮਤ ਨੂੰ ਚਾਹੀਦਾ ਹੈ ਕਿ ਫੋਰਡ ਕਰਨ ਤਾਂ ਕਿ ਉਹ ਬੱਚੇ ਅੱਗੇ ਜਾਣ ਆਪਣਾ ਡਿਸਹਾਡ ਹੋ ਕੇ ਪਰੇਸ਼ਾਨ ਹੋ ਕੇ ਪਿੱਛੇ ਘਰ ਹੀ ਨਾ ਬਹਿ ਜਾਣ ਉਹਨ ਪਹਿਲਵਾਨੀ ਇੱਥੇ ਸਾਰਾ ਦਿਨ ਬੱਚੇ ਕਰਨ ਉਹ ਜ਼ੋਰ ਵੀ ਲਾਨ ਤੇ ਸ਼ਾਮ ਨੂੰ ਢੇਡ 'ਚ ਕੱਖ ਨਾ ਪਾਣ ਉਹਨਾਂ ਬੱਚਿਆਂ ਨੇ ਕੀ ਜ਼ੋਰ ਕਰਨਾ ਹੈ ਜ਼ੋਰ ਕਰਨ ਵਾਸਤੇ ਪਹਿਲਵਾਨੀ ਕਰਨ ਵਾਸਤੇ ਖੁਰਾਕ ਜ਼ਰੂਰੀ ਹੈ ਪਹਿਲੇ ਹੀ ਵੇਨੇ ਹਾਂ ਖਾੜਿਆਂ ਜਿਵੇਂ ਸਰਦਾਈ ਸਾਰੇ ਬਦਾਮ ਦੇ ਢੇਰ ਲੱਗੇ ਹੁੰਦੇ ਨੇ ਸਰਦਾਈ ਕੋਟ ਰਹੀ ਏ ਉਹ ਪੀ ਰਹੇ ਨੇ ਦੁੱਧ ਜਿਹੜਾ ਨਾ ਉਹ ਗੋਸ਼ ਜਿਹੜੀ ਹੈ ਹੱਲੇ ਵੀ ਪਹਿਲਵਾਨਾਂ ਦਾ ਅਹੀ ਕਿਉਂਕਿ ਇਹ ਪਹਿਲਵਾਨਾਂ ਨੂੰ ਵੇਖਿਆ ਕਿ ਈਦ ਦੇ ਉੱਤੇ ਵੀ ਕਈ ਵਾਰੀ ਇਹਨਾਂ ਦੀ ਡਾਕੂਮੈਂਟਰੀ ਬੰਦੀ ਹੈ ਤੇ ਖਾਪਿਆਂ ਦੇ ਇਹ ਖਾਪੇ ਕਰ ਰਹੇ ਨੇ ਗੋਸ਼ਤ ਜਿਹੜਾ ਨਾ ਪੂਲੀਆਂ ਨਲੀਆਂ ਪਕੀਆਂ ਨੇ ਤੇ ਖਾ ਰਹੇ ਨੇ ਪਹਿਲਵਾਨ ਜਿਹੜਾ ਉਹਨਾਂ ਨੂੰ ਖਾਣਾ ਚਾਹੀਦਾ ਹੁੰਦਾ ਤੇ ਬਿਲਕੁਲ ਹਕੂਮਤ ਨੂੰ ਇਹਦੇ ਉੱਤੇ ਕੋਈ ਅਮਲੀ ਕੰਮ ਕਰਨਾ ਚਾਹੀਦਾ ਹਾਲੀ ਦਾਅਵੇ ਨਹੀਂ ਅੰਬਲੀ ਕੰਮ ਕਰਨਾ ਚਾਹੀਦਾ ਹੈ ਪਹਿਲਵਾਨ ਜੀ ਅਹੀ ਇੱਕ ਛੋਟਾ ਜਿਹਾ ਵਕਫਾ ਲੈਨੇ ਹੋ ਤਾਂ ਬਾਅਦ ਤੁਹਾਡੇ ਬੇਟੇ ਨਾਲ ਵੀ ਗੁਫ਼ਤਗੋ ਕਰਨੇ ਆ ਫਿਰ ਤੁਹਾਡੇ ਜਿਹੜੇ ਸ਼ਗਿਰਦ ਨੇ ਇੱਥੇ ਪਹਿਲਵਾਨ ਉਹਨਾਂ ਨਾਲ ਵੀ ਥੋੜੀ ਜਿਹੀ ਗੁਫ਼ਤਗੋ ਕਰਨੇ ਆ ਆ ਜਾਨਾ ਨਹੀਂ ਜੀ ਪ੍ਰੋਗਰਾਮ ਤੁਹਾਡਾ ਵੇਖਣਾ ਹੈ ਮੈਨੂੰ ਥੋੜੀ ਦੇਰ ਵਾਸਤੇ ਇਜਾਜ਼ਤ ਦਿਓ ਤੇ ਮੈਂ ਦੁਬਾਰਾ ਹਾਜ਼ਰ ਹੋਣਾ वेलकम बैक जी मेरे सजनो बेलियों ਤੇ ਮਿੱਤਰੋ ਮੈਂ ਪੁੱਤ ਪੰਜਾਬ ਦਾ ਤੇ ਤੁਹਾਡੇ ਵਾਸਤੇ ਪ੍ਰੋਗਰਾਮ ਵੀ ਲੈ ਕੇ ਆਇਆ ਗੱਲਾਂ ਮੇਰੇ ਪੰਜਾਬ ਦੀਆਂ ਇਸ ਵਕਤ حمزہ شاہد ਜਿਹੜੇ ਬਾਬਰ ਪਹਿਲਵਾਨ ਨੇ ਉਹਨਾਂ ਦੇ ਸਾਬਜ਼ਾਦੇ ਹੈ ਉਹਨਾਂ ਨੇ ਹਾਨੂੰ ਜੁਆਇਨ ਕੀਤਾ ਹੈ ਸਾਡੇ ਨਾਲ ਬੈਠੇ ਨੇ ਅਸੀਂ ਇਹਨਾਂ ਕੋਲ ਜਾਣਾਗੇ ਕਿ حمزہ ਕੋਲੋਂ ਮੈਂ ਪੁੱਛਣਾ ਚਾਹਾਂਗਾ ਸਾਡੇ ਨਾਜ਼ਰੀਨ ਵੀ ਪੁੱਛਣਾ ਚਾਹਣਗੇ حمزہ ਪਹਿਲਵਾਨ ਜੀ ਇਹ ਦੱਸੋ ਕਿ ਤੁਸੀਂ ਜਿਵੇਂ ਤੁਹਾਡੇ ਵੱਲ ਸਾਹਿਬ ਨੇ ਦੱਸਿਆ ਕਿ ਇੱਕ ਜਿਹੜੀ ਉਹ ਲਾਹੌਰ ਤੁਹਾਡੀ ਖਾਨਦਾਨੀ ਇੱਕ ਕੁਸ਼ਤੀ ਚੱਲ ਰਹੀ ਹੈ ਦੰਗਲ ਚੱਲ ਰਿਹਾ ਹੈ ਜਿਦਾ ਤੁਹਾਡੇ ਵਾਲਦ ਸਾਹਿਬ ਇਸ ਵੇਲੇ ਜਿੱਤੇ ਨੇ ਉਹਦੇ ਬਾਰੇ ਚ ਉਹਨਾਂ ਦੱਸਿਆ ਜਦੋਂ ਮੇਰੇ ਵਾਲਦ ਸਾਹਿਬ ਮਿਹਨਤ ਕਰਾਉਂਦੇ ਹਨ ਰਾਤਾਂ ਨੂੰ ਉੱਠ-ਉੱਠ ਕੇ ਮੈਂ ਵੇਨਾ ਹਾਂ ਤੇ ਮੇਰੇ ਵਾਲਦ ਸਾਹਿਬ ਸਰਾਣੇ ਸੁੱਤੇ ਬੈਠੇ ਹੁੰਦੇ ਹਨ ਮੈਂ ਸੁੱਤਾ ਹੁੰਨਾ ਤੇ ਉਹ ਮੇਰੇ ਵੇ دعاਵਾਵਾਂ ਕਰਦੇ ਹੁੰਦੇ ਨਾਲੇ ਵੇਖ-ਵੇਖ ਕੇ ਮੈਨੂੰ ਹੁਸ਼ ਹੁੰਦੇ ਹਨ ਤੇ ਤੁਸੀਂ ਆਪਣੇ ਦਾਦਾ ਜੀ ਦੀ ਜਿਹੜੀ ਰਵਾਇਤ ਹੈ ਜਾਂ ਆਪਣਾ ਖਾਨਦਾਨੀ ਇੱਕ ਖਾੜਾ ਹੈ ਇਹਦੇ ਬਾਰੇ ਚ ਦੱਸੋ ਕਿ ਕਿਵੇਂ ਤੁਹਾਡੇ ਸਾਰਿਆਂ ਤੋਂ ਪਹਿਲੇ ਇਹ ਵੀ ਦੱਸਣਾ ਹੈ ਕਿ ਉਸਤਾਦ ਕਿਹੜੇ ਨੇ ਔਰ ਤੁਸੀਂ ਇਸ ਜਿਹੜਾ ਤੁਹਾਡਾ ਖਾਨਦਾਨੀ ਇਹ ਖਾੜਾ ਚੱਲ ਰਿਹਾ ਹੈ ਇਹਨੂੰ ਕਿਵੇਂ ਅੱਗੇ ਲੈ ਕੇ ਚਲੋਗੇ ਸਭ ਤੋਂ ਪਹਿਲਾਂ ਤੇ ਮੇਰੇ ਉਸਤਾਦ ਜਿਹੜੇ ਨੇ ਉਹ ਮੇਰੇ ਵਾਲਦ ਸਾਹਿਬ ਹੀ ਨੇ ਤੇ ਮੇਰਾ ਫਖਰ ਨੇ ਮੇਰਾ غرور ਨੇ ਤੇ ਵਾਕਿਆ ਗੱਲ ਸਹੀ ਏ ਕਿ ਖਾੜੇ ਨੂੰ ਜਿਹੜਾ ਚਲਾ ਰਹੇ ਨੇ ਟਾਈਮ ਦੇ ਰਹੇ ਨੇ ਉਸ ਤੋਂ ਬਾਅਦ ਮੈਂ ਕਰ ਰਿਹਾ ਪਹਿਲਵਾਨੀ ਤੇ ਮੇਰਾ ਵੀ ਮਿਸ਼ਨ ਹੈ ਕਿ ਰੁਸ ਮੈਂ ਪਾਕਿਸਤਾਨ ਦਾ ਬਣਾ ਤੇ ਮੇਰਾ ਮੁਕਾਬਲਾ ਜੋ ਰਹਾ ਤੇ ਮੇਰੀ ਸਭ ਤੋਂ ਦਿਲੀ ਖੁਆਇਸ਼ ਹੈ ਕਿ ਮੇਰੀ ਮੁਕਾਬਲਾ ਹੋਏ ਜਾਰੇ ਪਹਿਲਵਾਨ ਦੀ ਫੈਮਿਲੀ ਨਾਲ ਤੇ ਮੈਂ ਇਨਸ਼ਾਅੱਲਾ ਉਹਨੂੰ ਵਿਨ ਕਰਾਂ ਤੇ ਆਪਣੇ ਵਾਲਦ ਦੀ ਦੁਆਵਾਂ ਨਾਲ ਤੇ ਆਪਣੇ ਵਾਲਦ ਦੀ ਮਿਹਨਤ ਨਾਲ ਤੇ ਆਪ ਮਿਹਨਤ ਕਰਾਂ ਤੇ ਉਹਨੂੰ ਵਿਨ ਕਰਾਂ ਮੁਕਾਬਲੇ ਵਿੱਚ ਹਮਜ਼ਾ ਜੀ ਮੈਨੂੰ ਇਹ ਵੀ ਦੱਸੋ ਕਿ ਮਾਸ਼ਾਅੱਲਾ ਜਿਹੜੇ ਤੁਹਾਡੇ ਵਾਲਦ ਸਾਹਿਬ ਨੇ ਇਹ ਇਹਨਾਂ ਦੇ ਵਾਲਦ ਸਾਹਿਬ ਇਹਨਾਂ ਦੇ ਉਸਤਾਦ ਹਨ ਤੇ ਜਿਹੜੇ ਦਾਦਾ ਜੀ ਨੇ ਉਹ ਨਾਲੇ ਦਾਜਾ ਦਾਦਾ ਜੀ ਨੇ ਤੇ ਨਾਲੇ ਤੁਹਾਡੇ ਜਿਹੜਾ ਨਾ ਉਹ ਦਾਦਾ ਉਸਤਾਦ ਵੀ ਹੋ ਗਏ ਤੇ ਇਹਦੇ ਚ ਤੇ ਬੜੀ ਜਦੋਂ ਦੋ ਦੋ ਉਸਤਾਦ ਹੋ ਜਾਣ ਘਾਰ ਦੇ ਬਾਪ ਵੀ ਤੇ ਬਾਪ ਦਾ ਬਾਪ ਵੀ ਤੇ ਉਹ ਫਿਰ ਮੈਂ ਤੇ ਇਹਨਾਂ ਕੋਈ ਵੀ ਮદાન ਉਹਦੇ ਵਾਸਤੇ ਮੁਸ਼ਕਲ ਨਹੀਂ ਰਹਿੰਦਾ ਅੱਲਾ ਪਾਕਿਸਤਾਨ ਦੇ ਨਾਲ ਮਿਹਨਤ ਕਰ ਰਹੇ ਆ ਅੱਲਾ ਨਾਲ ਦੁਆਵਾਂ ਵੀ ਕਰ ਰਹੇ ਆ ਇਨਸ਼ਾਅੱਲਾ ਪੂਰੀ ਆਵਾਮ ਕੋ ਵੀ ਦੁਆ ਦੀ ਅਪੀਲ ਕਰਨੇ ਆ ਕਿ ਦੁਆਵਾਂ ਕਰਨ ਤੇ ਇਨਸ਼ਾਅੱਲਾ ਅੱਲਾ ਇਸ ਤਾਂ ਦੇਗਾ ਅੱਜ ਅਹੀ ਹਮਜ਼ਾ ਕੋਲੋਂ ਕਿਉਂਕਿ ਯੰਗ ਪਹਿਲਵਾਨ ਨੇ ਇਹਨਾਂ ਨੂੰ ਕਵਾਂਗੇ ਕਿ ਆਪਣੇ ਜਿਹੜੇ ਯੰਗ ਜਿਹੜੇ ਵੀਰ ਨੇ ਗੱਬਰੂ ਪੰਜਾਬ ਦੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਔਰ ਹਕੂਮਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਜੀ ਹਮਜ਼ਾ ਮੇਰਾ ਤਾਂ ਹਕੂਮਤ ਕੋਲੋਂ ਸਭ ਤੋਂ ਪਹਿਲਾਂ ਇਹ ਦਰਖਾਸਤ ਹੈ ਕਿ ਜ਼ਿਆਦਾ ਜ਼ਿਆਦਾ ਪਹਿਲਵਾਨੀ ਨੂੰ ਸਪੋਰਟ ਕੀਤੀ ਜਾਏ ਐਨਐਸੇ ਇੱਕ ਬਜਟ ਮੁਖਤਸ ਕੀਤਾ ਜਾਏ ਜਿਵੇਂ ਦੂਜੀ ਗੇਮਾਂ ਸੇ ਹੁੰਦਾ ਕ੍ਰਿਕਟ ਸੇ ਹੁੰਦਾ ਹਾਕੀ ਸੇ ਹੁੰਦਾ ਐਨਜੀ ਐਨਜੀ ਐ ਪਹਿਲਵਾਨੀ ਇਸੇ ਵੀ ਇੱਕ ਬਜਟ ਮੁਕਤ ਕੀਤਾ ਜਾਏ ਤੇ ਮੇਰੀ ਨੌਜਵਾਨਾਂ ਸੇ ਅਪੀਲ ਵੀ ਇਹ ਕਿ ਆ ਬਹੁਤ ਚੰਗੀ ਗੇਮ ਹੈ ਇਹਨੂੰ ਜੁਆਇਨ ਕਰਨ ਤੇ ਬੰਦਾ ਵੇਸਟ ਹੋਣ ਤੋਂ ਵੀ بچ ਜਾਂਦਾ ਹੈ ਤੇ ਤਗੜਾ ਵੀ ਹੋ ਜਾਂਦਾ ਆ ਗੱਲ ਬਿਲਕੁਲ ਠੀਕ ਹੈ ਜੀ ਆ ਪੰਜਾਬ ਕਲਚਰ ਦੇ ਅਗਰ ਗੱਲ ਕੀਤੀ ਜਾਏ ਮੈਂ ਪਹਿਲਵਾਨੀ ਤੋਂ ਅੱਡ ਕੇ ਇੱਕ ਸਵਾਲ ਕਰਾਂਗਾ ਬਾਬਰ ਪਹਿਲਵਾਨ ਨਾਲ ਪਹਿਲਵਾਨ ਜੀ ਪੰਜਾਬ ਕਲਚਰ ਜਿਹੜਾ ਹੈ ਉਹਦੇ ਤੋਂ ਅਸੀਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਦਿਨ-ਬਦਨ ਦੂਰ ਹੁੰਦੇ ਜਾ ਰਹੇ ਹਾਂ ਪਹਿਲੇ ਅਸੀਂ ਵੇਖੋ ਨਾ ਮੈਂ ਅਗਰ ਆਪਣੀ ਗੱਲ ਕਰਾਂ ਕੋ 10-15 ਸਾਲ ਮੈਂ ਪਿੱਛੇ ਚਲੇ ਜਾ ਕਿਉਂਕਿ ਜਿਹੜਾ ਜੀ ਅਸੀਂ ਕਹਿੰਨੀ ਆ ਨਾ ਲਾਹੌਰ ਸ਼ਹਿਰ ਹੈ ਗੁਜਰਾਂ ਵਾਲਾ ਸ਼ਹਿਰ ਹੈ ਫਲਾਣਾ ਸ਼ਹਿਰ ਹੈ ਬੇਸਿਕ ਸਾਰੇ ਪਿੰਡ ਹੀ ਨੇ ਇੱਥੇ ਸਾਰੇ ਜਿੰਨੇ ਆ ਕੇ ਵਸੇ ਨੇ ਪਿੰਡਾਂ ਦੇ ਲੋਕ ਹੀ ਵਸੇ ਨੇ ਇਹ ਗੁਜਰਾਂ ਵਾਲਾ ਵੀ ਪਿੰਡ ਹੀ ਹੁੰਦਾ ਸੀ ਠੀਕ ਹੈ ਤੇ ਪਿੰਡ ਤੋਂ ਅਸੀਂ ਅੱਜ ਕਿਧਰੇ ਜਾਣੇ ਤੇ ਅਸੀਂ ਜਾ ਕੇ ਕਹੀਏ ਨਾ ਜੀ ਅਸੀਂ ਪਿੰਡ ਦੇ ਰਹਿਣ ਵਾਲੇ ਆ ਪਿੰਡੂ ਨਾ 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 ਇਹ ਫਖਰ ਨਾਲ ਕਹਨੇ ਕਿ ਅਹੀ ਪਿੰਡ ਦੇ ਰਹਿਣ ਵਾਲੇ ਆ ਗੱਲਬਾਤ ਇਹ ਤੇ ਪਿੰਡ ਦਾ ਜਿਹੜਾ ਕਲਚਰ ਏ ਪੰਜਾਬ ਬੇਸਿਕ ਪੂਰਾ ਪਿੰਡ ਏ ਤੇ ਸਾਡਾ ਪੰਜਾਬ ਕਲਚਰ ਜਿਹੜਾ ਨਾ ਉਹ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਆ ਪਰ ਪ੍ਰੋਣ ਜੀ ਇਹਦੀ ਕੀ ਤੁਸੀਂ ਕੀ ਆਪਣੇ ਸਮਝ ਦਿਓ ਕਿ ਕੀ ਰੀਜ਼ਨ ਹੈ ਕਿਉਂ ਅਹੀਂ ਪੰਜਾਬ ਕਲਚਰ ਚ ਪਹਿਲੇ ਮੇਲੇ ਠੇਲੇ ਲੱਗਦੇ ਹੁੰਦੇ ਹਨ ਇਦਾਂ ਦੇ ਉੱਤੇ ਪਿੰਗਾ ਪੈ ਜਾਂਦੀਆਂ ਹੁੰਦੀਆਂ ਹਨ ਬੱਚਿਆਂ ਦੇ ਯਾਨੀ ਕਿ ਨਾ ਬੜਾ ਮਾਹੌਲ ਹੁੰਦਾ ਹੈ ਰੰਗ ਬਰੰਗੇ ਕੱਪੜੇ ਪਾਏ ਜਾਂਦੇ ਹਨ ਤੇ ਪੰਜਾਬ ਕਲਚਰ ਪੰਜਾਬ ਕਲਚਰ ਦੀਆਂ ਖੇਲਾ ਇਹ ਜਿਹੜੀਆਂ ਹਾਡੀਆਂ ਹਨ ਇਹਨਾਂ ਤੋਂ ਵੀ ਅਸੀਂ ਦੂਰ ਹੁੰਨੇ ਆ ਪੇ ਕਲਚਰ ਤੋਂ ਦੂਰ ਇਹਦੇ ਬਾਰੇ ਕੀ ਕਹਿੰਦੇ ਹੋ ਸਾਨੂੰ ਪਹਿਲੀ ਗੱਲ ਹੈ ਵੇਖ ਕੇ ਜਿਹੜੇ ਜਿਹੜੇ ਅੱਜ ਕੱਲ ਦੇ ਮਾਂ ਪਿਓ ਨੇ ਨਾ ਮੈਂ ਸਮਝਣਾ ਵਾਂ ਉਹਨਾਂ ਦਾ ਵੀ ਬੜਾ ਅਮਲ ਤਹਲੇ ਕਿ ਇੱਕ ਵਕਤ ਹੁੰਦਾ ਸੀ ਜਿਹੜੂ ਸਾਡੇ ਵਕਤ ਹੈ ਜਾਂ ਸਾਡੇ ਤੋਂ ਪਹਿਲਾਂ ਅਸੀਂ ਵੇਖਿਆ ਕਿ ਬਾਪ ਜਿਹੜਾ ਹੁੰਦਾ ਸੀ ਸਵੇਲੇ ਸਵੇਲੇ ਜਾਨਾ ਫਤੂਟਦਾ ਸੀ ਨਮਾਜ਼ਾਂ ਪੜਦਾ ਸੀ ਬੱਚੇ ਨੂੰ ਨਾਲ ਜਿਹੜੇ ਦੋ ਬੱਚੇ ਨੇ ਦੋਹਾਂ ਨੂੰ ਉਹਨੇ ਚਰਮਾਲ ਤੇ ਲਾਇਕ ਬਣਾਇਆ ਹੋਣਾ ਉਹਦੇ ਚਰਮਾਲੀ ਤੇ ਰੱਖਿਆ ਹੋਣਾ ਤਾਂ ਉਹਨਾਂ ਦੀ ਉਂਗਲ ਫੜੀ ਹੋਣੀ ਤੇ ਖਾੜੇ ਲਿਆ ਦੇ ਆਣਾ ਉਹਨਾਂ ਨੂੰ ਮਿੱਟੀ ਲਾਣੀ ਤੇ ਟੀਲ ਲਾਣਾ ਤਗੜਿਆ ਕਰਨਾ ਮਾਵਾਂ ਨੇ ਵੀ ਪਿੱਛੋਂ ਸ਼ਰਦਾਈ ਦਾ ਗੜਦੀ ਤਾਂ ਉਹਨਾਂ ਨੂੰ ਆਂਦੇ ਤੇ ਫਲਾਣਾ ਅੱਜ ਕੱਲ੍ਹ ਦੀਆਂ ਮਾਵਾਂ ਜਿਹੜੀਆਂ ਨੇ ਉਹ ਵੀ ਆਂਦੀਆਂ ਨੇ ਇਹ ਕਿਹੜਾ ਕੰਮ ਹੈ ਜੀ ਮਿੱਟੀ ਲਾਂਦੇ ਹੋ ਜਾਦੇ ਪਰ ਇਹ ਨਹੀਂ ਸੋਚਦੀਆਂ ਨੇ ਕਿ ਹੁਣ ਤੇ ਡਾਕਟਰ ਕਹਿ ਲਾ ਪੈਂਦੇ ਮਿੱਟੀ ਹੈ ਸ਼ਿਭਾਵੇ ਮਿੱਟੀ ਵਿੱਚ ਬੰਦੇ ਦੀਆਂ ਬਿਮਾਰੀਆਂ ਦੂਰ ਕਰਦੇ ਨੇ ਇਹ ਮੈਂ ਸਮਝ ਨਾ ਬੱਚਿਆਂ ਨੂੰ ਮੋਬਾਈਲ ਲਿਆ ਦੇ ਦਿੰਦੇ ਨੇ ਕਿ ਨੌਜੀ ਉਹ ਸਾਰੀ ਰਾਤ ਕਮਰੇ ਵਖਰੇ ਨੇ ਉਹ ਸਾਰੀ ਰਾਤ ਮੋਬਾਈਲ ਨਾਲ ਲੱਗੇ ਰਹਿੰਦੇ ਨੇ ਤੇ ਸਵੇਰੇ ਉੱਠਦੇ ਨੇ ਸੌਂਦੇ ਨੇ ਜਾਨ ਦਾ ਟਾਈਮ ਹੁੰਦਾ ਨਹੀਂ ਕਰਦੇ ਨਮਾਜ਼ ਪੜ ਲਈਏ ਉਸ ਵਕਤ ਉਸ ਸ਼ਤਾਨ ਉਹਨਾਂ ਦਾ ਸਮਝੋ ਫਿਰ ਉੱਠ ਕੇ 11 ਵਾਰ ਅਸਲੀ ਤੂ ਬੱਚਿਆਂ ਨੂੰ ਅੱਜ ਕੱਲ ਦੇ ਵੇਖੋ ਨਾ ਸਾਰੇ ਦੀਆਂ ਅੱਖਾਂ ਵਿੱਚ ਵੜੀਆਂ ਆਈਆਂ ਨੇ ਚਿਹਰੇ ਪੁੱਸੇ ਨੇ ਪੁਰਾਣੇ ਵੇਖ ਲਓ ਤੁਸੀਂ ਆਪਣੇ ਵੱਡੇ ਸਾਡੇ ਵੱਡੇ ਉਹਨਾਂ ਦੇ ਚਿਹਰੇ ਵੇਖ ਲਓ ਜਿਹੜੇ ਉਹ ਸਨ ਮੈਂ ਸਮਝਦਾ ਹੈ ਕਲਚਰ ਤੋਂ ਦੂਰ ਹੋਣ ਦੀ ਵਜ੍ਹਾ ਸਾਡੇ ਆਪਣਾ ਵੀ ਸਾਡੀ ਵੀ ਇੱਕ ਇਹਦੇ ਚ ਅਮਲ ਤਹਰੇ ਨੀਰੇ ਬੱਚੇ ਨਹੀਂ ਬੱਚਿਆਂ ਤੇ ਜਿੱਦ ਅਸੀਂ ਲਾਵਾਂ ਦੇ ਮੇਰੇ ਕੋਲ ਇੱਥੇ ਕਈ ਬੱਚੇ ਆਉਂਦੇ ਨੇ ਛੋਟੇ ਛੋਟੇ ਤੁਸੀਂ ਵੇਖੋ ਦੇ ਉਹਨਾਂ ਦੇ ਬਾਪ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਪਹਿਲਵਾਨ ਜੀ ਨੂੰ ਮੈਂ ਸਭ ਨਾਲ ਬੜਾ ਛੱਕ ਆ ਰਹੇ ਨੇ ਵੈਸੇ ਹੁਣ ਥੋੜਾ ਹੀ ਨਾ ਸਾਡੀ ਪਹਿਲਵਾਨੀ ਦਾ ਟ੍ਰੇਨ ਬਦਲਦਾ ਪਿਆ ਹੁਣ ਜਿਹੜੇ ਨੇ ਨਾ ਬਾਪ ਉਹ ਸਮਝਦੇ ਪੈਨੇ ਕਿ ਨਹੀਂ ਅਚੀ ਚੀਜ਼ ਇਹ ਕੋਸ਼ਿਸ਼ ਇਹ ਸਮਝ ਲਓ ਰੁਪਈਆ ਵੀ ਆ ਗਿਆ ਮਹਿਕਮੇ ਜਵਾਬ ਦੇ ਦੇ ਨੇ ਬੱਚੇ ਪੜੇ ਲਿਖੇ ਨੇ ਟੂਰ ਹੋ ਰਹੇ ਨੇ ਬਾਹਰ ਦੇ ਮੁਲਕਾਂ ਦੇ ਓਰੀ ਲਾਲਚ ਇਹ ਸਮਝ ਲਓ ਕਿ ਬੱਚੇ ਵੀ ਆਂਦੇ ਨੇ ਜੀ ਅਸੀਂ ਜਾਵਾਂ ਦੇ ਇੰਗਲੈਂਡ ਮੇਮਾਂ ਵੇਖਾਂਦੇ ਸਮਝ ਲਓ ਜੋ ਵੀ ਗੱਲ ਇਹ ਗੱਲ ਜੀ ਮੇਮਾਂ ਵੇਖਣ ਵਾਸਤੇ ਜਿਹੜੀ ਇਹ ਗੱਲ ਜਲਦੀ ਸਮਝ ਆਏਗੀ ਸਾਡੇ ਇਹਨਾਂ ਬੱਚਿਆਂ ਨੂੰ ਮੈਂ ਜਿਹੜੋ ਪਹਿਲੀ ਦਫਾ ਇੰਗਲੈਂਡ ਗਿਆ ਹਾਂ 90 94 ਵਿੱਚ ਤੇ ਮੈਂ ਵੀ ਸਾਡੇ ਵੀ ਜੇ ਨੇ ਚੋਦੂ ਆਇਆ ਸੀ ਕਿ ਅਸੀਂ ਵੀ ਉੱਥੇ ਕਦਾਫੀ ਸੈਰੀ ਮੈਂ ਸਾਡਾ ਕੈਂਪ ਲੱਗਾ ਆ ਸੀ ਤੇ ਅਸੀਂ ਜ਼ੋਰ ਕਰਦੇ ਗੱਦੇ ਦੇ ਇਸ ਟਾਈਮ ਡੇਟ ਦੇ ਜਿਹੜਾ ਜਹਾਜ਼ ਉੱਤੋਂ ਲੰਘਦਾ ਸੀ ਕਹਿੰਦਾ ਜਹਾਜ਼ ਤੇ ਬੈਦ ਸਿਨ ਲੈਂ ਜਾਣਾ ਵੇ ਇਹ ਸਾਡਾ ਇੱਕ ਮੈਂ ਕਹਿਣਾ ਵਾਂ ਕਿ ਜਿਹੜੀਆਂ ਕੌਮਾਂ ਆਪਣਾ ਅਸਲ ਪੁੱਲਦਿਆ ਨੇ ਆਪਣਾ ਕਲਚਰ ਪੁੱਲਦਿਆ ਨੇ ਆਪਣਾ ਅਸਲ ਪੁੱਲਦਿਆ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ ਮੈਂ ਪਿੱਛੇ ਜਪਾਨ ਜੀਆ ਜਪਾਨ ਗਿਆ ਆ ਤਾਂ ਉੱਥੇ ਉਹਨਾਂ ਦੀ ਗੇਮ ਬੇਸਬਾਲ ਦੀ ਤੇ ਮੈਂ ਨੇ ਮੈਂ ਖੁਦ ਵੇਖਿਆ ਦਾਦੇ 8 ਵਜੇ ਨੇ ਤੇ ਬੱਚੇ 8 ਸਾਲ ਦੇ 7-7 ਸਾਲ ਦੇ 9-9 ਸਾਲ ਦੇ 10 ਸਾਲ ਦੇ ਬੱਚੇ ਤੱਕ ਉਹਨਾਂ ਨੂੰ ਕੋਚ ਜਿਹੜੇ ਨੇ بیسਬਾਲ ਦੀ ਟ੍ਰੇਨਿੰਗ ਕਰਾ ਰਹੇ ਨੇ ਮੈਂ ਪੁੱਛਿਆ ਆਪਣੇ ਦੋ ਜਨਨਾਜ਼ ਉਹਨਾਂ ਨੇ ਕਿਹਾ ਬੱਚੇ ਜਿਹੜੇ ਨੇ ਤਿਆਰ ਕਰ ਰਹੇ ਨੇ ਉਹ ਜਾਪਾਨ ਦੀ بیسਬਾਲ ਦੀ ਕੋਮੀ ਟੀਮ ਵਾਸਤੇ 8 ਸਾਲ ਤੋਂ ਸ਼ੁਰੂ ਹੋ ਜਾਂਦੇ ਤਿਆਰ ਕਰਨਾ ਤੇ ਸਾਡੇ ਇੱਥੇ ਜਿਹੜੇ ਨੇ ਤੁਹਾਨੂੰ ਪਤਾ ਹੀ ਕੁਝ ਗੌਰਮੈਂਟ ਨੂੰ ਚਾਹੀਦਾ ਜਿਵੇਂ ਅੱਗੇ ਮੈਂ ਤੁਹਾਨੂੰ ਕਿਹਾ ਸੀ ਕਿ ਗੌਰਮੈਂਟ ਨੂੰ ਚਾਹੀਦਾ ਕਿ ਬੱਚਿਆਂ ਨੂੰ ਮਹਿੰਗਾਈ ਭੜੀ ਹੈ ਚਲੋ ਵਿੱਚ ਪਰ ਖਾਸ ਕਰ سرمایہ ਦਾ ਤਬਕਾ ਤੇ ਪਾਸੇ ਆਂਦਾ ਹੀ ਨਹੀਂ ਹੈ ਨਾ ਉਹ ਤੇ ਆਂਦੇ ਨੇ ਸਾਢ ਕੋ ਰੁਪਿਆ ਬੜਿਆ ਸੀ ਤੇ ਰੁਪਿਆ ਦੀ ਮਸ਼ੀਨ ਰੁਪਈਏ ਹੀ ਬਣਾਈ ਜਿਹੜਾ ਕੋਈ ਮਾਰਾ ਦੁਬੜਾ ਬੱਚਾ ਹੁੰਦਾ ਹੈ ਮਾਰਾ ਬੰਦਾ ਹੁੰਦਾ ਹੈ ਉਹ ਇਹਨੂੰ ਇਹ ਤੇ ਫਾਨੇ ਲੈਂਦਾ ਉਹ ਵਿਚਾਰਾ ਕੀ ਕਰੇ ਕਮ ਸੇ ਕਮ ਜਿਵੇਂ ਕਿਸੇ ਵੀ ਕਸਿਆ ਹੈ ਕਿ ਪਲਵਾਨੀਆਂ ਸੇ ਫਰਾਗ ਚਾਹੀਦੀ ਹੈ ਕਮ ਸੇ ਕਮ 2-3 ਕਿਲੋ ਦੁੱਧ ਚਾਹੀਦਾ ਕੋਈ ਅਧਾ ਕਿਲੋ ਗੋਸ਼ਤ ਚਾਹੀਦਾ ਕੋਈ ਸ਼ਰਦਾਈ ਚਾਹੀਦੀ ਹੈ ਉਹ ਬੱਚਿਆਂ ਨੂੰ ਮਿਲੇ ਉਹ ਚਾਰੇ ਬੱਚੇ ਸਵੇਲੇ ਸਾਰਾ ਦਿਨ ਕੰਮ ਕਰਦੇ ਨੇ ਇਸ ਟਾਈਮ ਆਂਦੇ ਨੇ ਕਿ ਵਿਚਾਰੇ ਜਿਹਨੇ ਕਾਹ ਜਾ ਦੇ ਜੋ ਥੋੜਾ ਬਤਾ ਮਿਲਦਾ ਉਹ ਫੇਰ ਖਾ ਲੈਂਦੇ ਓਏ ਜੀ ਰੁੱਖੀ ਸੁਖੀ ਖਾ ਕੇ ਤੇ ਪਹਿਲਵਾਨੀ ਕਰਨੀ ਹੈ ਇਹ ਵੀ ਬੜੀ ਗੱਲ ਹੈ ਜੀ ਇਹਨਾਂ ਦਾ ਕੰਮ ਵੀ ਕਰਨਾ ਸ਼ਾਮ ਨੂੰ ਆ ਕੇ ਅ ਖਾੜੇ ਦੇ ਵਿੱਚ ਜ਼ੋਰ ਵੀ ਲਾਣਾ ਪਹਿਲਵਾਨੀ ਵੀ ਕਰਨੀ ਤੇ ਸ਼ਾਮ ਨੂੰ ਜੋ ਮਿਸਲੋਨੀ ਪੱਕੀ ਹੈ ਉਹ ਖਾਣਾ ਤੇ حکومت ਨੂੰ ਚਾਹੀਦਾ ਔਰ ਪਹਿਲਵਾਨ ਨੇ ਬੜਾ ਅੱਛਾ ਮੈਸੇਜ ਦਿੱਤਾ ਹੈ ਕਿ ਸਾਡੇ ਵਿੱਚ ਅਹੀ ਜਿਹੜਾ ਆਪਣੇ ਕਲਚਰ ਤੋਂ ਦੂਰ ਹੋਣੇ ਦੇ ਵਿੱਚ ਸਭ ਤੋਂ ਜ਼ਿਆਦਾ ਕਸੂਰ ਮੈਂ ਵੀ ਇਹ ਕਾਂਗਾ ਕਿ ਵਲਦਾਂ ਦਾ ਅਹੀ ਆਪਣੇ ਬੱਚਿਆਂ ਨੂੰ ਜੋ ਦੱਸਣਾ ਹੈ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਹਾਂ ਪਾਣਾ ਹੈ ਬੱਚਿਆਂ ਨੇ ਉਹੀ ਕਰਨਾ ਹੈ ਤੇ ਬੱਚਿਆਂ ਨੂੰ ਆਪਣੇ ਪੰਜਾਬ ਕਲਚਰ ਆਪਣੇ ਕਲਚਰ ਦੇ ਬਾਰੇ ਵਿੱਚ ਲਾਜ਼ਮੀ ਦੱਸੋ ਉਹਨਾਂ ਨੂੰ ਇਹ ਨਾ ਦੱਸੋ ਕਿ ਤੇਰੇ ਜਿਹੜਾ ਨਾ ਫਲਾਣਾ ਬੰਦਾ ਜਾ ਰਿਹਾ ਦੇਖੋ ਅਹੀ ਸੈਂਟਰ 'ਚ ਲਟਕੇ ਆ ਆਪਣੇ ਆਪਣਾ ਕਲਚਰ ਵੀ ਪੜ ਰਹੇ ਆ ਤੇ ਅਗਲੇ ਦਾ ਵੀ ਪੂਰਾ ਨਹੀਂ ਆਪਣਾ ਰਹੇ ਨਾ ਹੀ ਅਗਲੇ ਘੜ ਦੇ ਨਾ ਪਿਛਲੇ ਦੇ ਆ ਠੀਕ ਹੈ ਆਪਣਾ ਕਲਚਰ ਜਿਹੜਾ ਨਾ ਉਹਨੂੰ ਪੂਰਾ ਬੱਚਿਆਂ ਨੂੰ ਦੱਸੋ ਕਿ ਇਹ ਕਲਚਰ ਹੈ ਬੇਟਾ ਤੇਰਾ ਇਹ ਪਲਵਾਨੀ ਸਾਡਾ ਜਿਹੜਾ ਨਾ ਮੇਨ ਸਾਡਾ ਕਲਚਰ ਹੈ ਇਥੋਂ ਦਾ ਔਰ ਰੈਣਾ ਸੈਨਾ ਇਥੇ ਦਾ ਜ਼ੋਰ ਕੀਤਿਆਂ ਐਂਜ ਹੋਏਗਾ ਤੂੰ ਜ਼ੋਰ ਕਰੇਗਾ ਤੇਰਾ ਜਿਸਮ ਠੀਕ ਹੋਏਗਾ ਤੇਰੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੂੰ ਸਟਰੋਂਗ ਹੋਏਗਾ ਮਜ਼ਬੂਤ ਹੋਏਗਾ ਇਹ ਬੱਚਿਆਂ ਨੂੰ ਦੱਸਨਾ ਚਾਹੀਦਾ ਹੈ ਅਹੀ ਪਲਵਾਨ ਜੀ ਹੁਣ ਮੈਂ ਵੀ ਜੁੱਤੀ ਲਾ ਲੈਣਾ ਕਿਉਂਕਿ ਖਾੜੇ ਦੇ ਵਿੱਚ ਚੰਦਾ ਤੇ ਜ਼ਰਾ ਆਪਣੇ ਜਿਹੜੇ ਸ਼ਾਗਿਰਦ ਨੇ ਉਹਨਾਂ ਦੇ ਨਾਲ ਇੱਕ ਦੋ ਉਹਨਾਂ ਦੇ ਕੋਲ ਕੋਈ ਗੱਲ ਪੁੱਛੀਏ ਤੁਹਾਡੇ ਬਾਰੇ ਚ ਤੇ ਆਓ ਜੀ ਅਸੀਂ ਖਾੜੇ ਦੇ ਵਿੱਚ ਜ਼ਰਾ ਜਾਣੇ ਆ ਆ ਲਓ ਜੀ ਸਜਣੋ ਬੇਲੀਓ ਮਿੱਤਰੋ ਅਸੀਂ ਹੁਣ ਖਾੜੇ ਦੇ ਵਿੱਚ ਆ ਗਏ ਆ ਖਾੜੇ ਦੀ ਮਿੱਟੀ ਮੈਂ ਵੀ ਇਸ ਵੇਲੇ ਖਾੜੇ 'ਚ ਖਲੋਤਾ ਯਕੀਨ ਕਰੋ ਇੰਨਾ ਕੋ ਮਜ਼ਾ ਆ ਰਿਹਾ ਹੈ ਪੈਰਾਂ ਨੂੰ ਔਰ ਸਕੂਨ ਆ ਰਿਹਾ ਹੈ ਤੇ ਇਸ ਵੇਲੇ ਹੀ ਖਾੜੇ 'ਚ ਤੇ ਇੱਥੇ ਜਿਹੜੇ ਪਹਿਲਵਾਨ ਨੇ ਅਸੀਂ ਉਹਨਾਂ ਦੇ ਕੋਲੋਂ ਜਾਣੇ ਆ ਕਿ ਉਹ ਪਹਿਲਵਾਨੀ ਕਰਕੇ ਇਸ ਖਾੜੇ ਦੇ ਵਾਸਤੇ ਔਰ ਆਪਣੇ ਉਸਤਾਦ ਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਨੇ ਜੀ ਸਲਾਮ ਵਾਲੇਕਮ ਵਾਲੇਕਮ ਸਲਾਮ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਤੇ ਮੂਰ ਹੈ ਜੀ ਕਿੰਨੀ ਦੇਰ ਤੋਂ ਪਹਿਲਵਾਨੀ ਕਰ ਰਹੇ ਹੋ ਮੈਂ ਪਛਮਨ ਤੋਂ ਹੀ ਕਰ ਰਿਹਾ ਜੀ ਅੱਛਾ ਜੀ ਇੱਥੇ ਕਿੰਨੀ ਦੇਰ ਤੋਂ ਇਸ ਖਾੜੇ ਚ ਕਰ ਮੈਂ ਖਾੜੇ ਜੀ ਥੋੜੀ ਦੇਰੀ ਹੋਈ ਹੈ 2 ਸਾਲ ਹੋ ਗਏ ਆ ਅੱਛਾ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਖਾੜੇ ਦੇ ਬਾਰੇ ਵਿੱਚ ਆਪਣੀ ਪਹਿਲਵਾਨੀ ਦੇ ਬਾਰੇ ਵਿੱਚ ਔਰ ਆਪਣਾ ਉਸਤਾਦ ਕਿਹੜਾ ਹੈ ਤੁਹਾਡਾ ਉਹਦੇ ਬਾਰੇ ਵਿੱਚ ਹਾਂ ਜੀ ਮੇਰੇ ਉਸਤਾਦ ਨੇ ਸਾਨੂੰ ਬੜਾ ਫਖਰ ਹੈ ਇਹਨਾਂ ਤੇ ਉਸਤਾਦ ਅਸੀਂ ਜਦੋਂ ਛੁੱਟੀ ਕਰਦੇ ਆ ਸਾਨੂੰ ਉਸਤਾਦ ਬਹੁਤ ਡਾਂਟਦੇ ਨੇ ਹਾਲਾਂ ਸਾਡਾ ਹੀ ਫਾਇਦਾ ਇਹਦੇ ਵਿੱਚ ਤੇ ਲੇਕਿਨਾ ਉਸਤਾਦ ਜਿਹੜੇ ਨੇ ਸਾਡਾ ਬਹੁਤ ਖਿਆਲ ਰੱਖਦੇ ਨੇ ਤੇ ਸਾਡੀ ਦੁਆਏ ਕਿ ਅੱਲਾਹ ਤਾਲਾ ਸਾਡੇ ਉਸਤਾਦ ਹਰਾਂ ਨੂੰ ਸਿਹਤ ਤੰਦਰੁਸਤੀ ਸਿਹਤ ਤੰਦਰੁਸਤੀ ਦੀ ਲੰਮੀ ਜ਼ਿੰਦਗੀ ਤਾ ਫਰਮਾਏ। ਇਸ ਖਾੜੇ ਦੇ ਬਾਰੇ ਵਿੱਚ ਕੀ ਆਂਦੇ ਹੋ? ਇਹ ਇੰਨਾ ਪੁਰਾਣਾ ਖਾੜਾ ਹੈ। ਤੇ ਇਹਦੇ ਬਾਰੇ ਵਿੱਚ ਕੀ ਆਂਦੇ ਹੋ ਕਿ ਤੁਸੀਂ ਐਹੀ ਖਾੜਾ ਕਿਉਂ ਚੂਜ਼ ਕੀਤਾ ਹੈ? ਔਰ ਖਾੜਾ ਕੋਈ ਨਹੀਂ ਕੋਈ? ਜੀ ਅਸੀਂ ਬਚਪਨ ਤੋਂ ਹੈ ਉਸਤਾਦ ਹਰਾਂ ਕੋ ਲਾ ਰਹੇ ਆਂ। ਇਸ ਵਾਸਤੇ ਅਸੀਂ ਹੋਰ ਕਿਧਰੇ ਗਏ ਨਹੀਂ। ਅੱਛਾ ਜੀ ਆ ਸੁਣਿਆ ਜੀ ਬਚਪਨ ਤੋਂ ਹੀ ਉਹ ਆਂਦੇ ਜੀ ਐਸੇ ਉਸਤਾਦ ਰਾਂ ਕੋਲ ਆ ਰਹੇ ਆ ਔਰ ਸਾਨੂੰ ਬੜਾ ਅੱਛਾ ਲੱਗਦਾ ਹੈ ਇੱਕ ਨੰਨਾ ਮੁੰਨਾ ਪਹਿਲਵਾਨ ਮੈਂ ਚਾਹਾਂਗਾ ਕਿ ਉਹਦੇ ਉਹਦੀ ਜ਼ਰਾ ਜਜ਼ਬਾਤ ਉਹਦੇ ਖਿਆਲਾਤ ਵੀ ਤੁਹਾਨੂੰ ਸੁਣਾਈਏ ਮੇਰੇ ਨਾਲ ਇੱਕ ਨੰਨਾ ਮੁੰਨਾ ਪਹਿਲਵਾਨ ਹੈ ਆਈਏ ਉਹਦੇ ਕੋਲੋਂ ਜਾਣਦੇ ਆ ਜੀ ਅਸਲਾਮ ਅਲੈਕਮ ਵਾਲੇਕਮ ਅਸਲਾਮ ਕੀ ਨਾਮ ਹੈ ਬੇਟਾ ਅਬਦੁਲ ਹਾਦੀ ਵਾਹ ਜੀ ਹਾਦੀ ਪਹਿਲਵਾਨ ਸਾਡੇ ਨਾਲ ਮੌਜੂਦ ਹੈ ਜੀ ਸਾਡੇ ਖਾੜੇ ਚ ਹਾਦੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਪਹਿਲਵਾਨੀ ਦੇ ਬਾਰੇ ਚ ਮੈਂ ਆਪਣੇ ਉਸਤਾਦ ਦਾ ਨਾਮ ਰੋਸ਼ਨ ਕਰਾਂਗਾ ਤੇ ਆ ਜੀ ਮੇਰੇ ਸਾਜੀ ਬਾਬਾ ਸ਼ਾਹਦ ਓ ਵੈਰੀ ਗੁੱਡ ਜੀ ਕਲਾਪਿੰਗ ਹੋਣੀ ਚਾਹੀਦੀ ਏ ਇਸ ਬੱਚੇ ਦੇ ਜਜ਼ਬਾਤ ਵੇਖੋ ਜੀ ਉਹਨੇ ਕਹਿਆ ਜੀ ਮੈਂ ਆਪਣੇ ਉਸਤਾਦ ਦਾ ਨਾਮ ਰੋਸ਼ਨ ਕਰਾਂਗਾ ਪਹਿਲਵਾਨ ਬਣ ਕੇ ਐਡਾ ਪਿਆਰਾ ਨੰਨਾ ਮੁੰਨਾ ਬੱਚਾ ਵੇਖੋ ਜੀ ਹਾਦੀ ਪਹਿਲਵਾਨ ਤੁਹਾਡੇ ਨਾਲ ਮੌਜੂਦ ਹਨ ਆਓ ਅਹੀ ਇੱਕ ਹੋਰ ਪਹਿਲਵਾਨ ਕੋਲੋਂ ਜਾਣਨੇ ਆਂ ਅਸਲਾਮੁਅਲੈਕਮ ਵਾਲੇਕੁਮ ਸਲਾਮ ਕੀ ਨਾਮ ਹੈ ਅਹਿਮਦ ਅਹਿਮਦ ਪਹਿਲਵਾਨ ਜੀ ਅਹਿਮਦ ਪਹਿਲਵਾਨ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਖਾੜੇ ਦੇ ਬਾਰੇ ਵਿੱਚ ਔਰ ਆਪਣੇ ਉਸਤਾਦ ਦੇ ਬਾਰੇ ਵਿੱਚ ਸਰ ਇਹ ਜੁੱਦੋ ਦੇ ਵੀ ਆਏ ਆ ਪਰ ਕੋਈ ਵੀ ਗਲਤ ਕੰਮ ਬਾੜ ਲੜ ਕੇ ਨਾ ਫਿਰਨ ਤੋਂ ਆਈ ਪਿੱਛੇ ਹੋ ਗਏ ਆ ਤੇ ਤੇ ਸਿਹਤ ਸਿਹਤ ਵਗੈਰਾ ਬਣਾਉਂਦਾ ਇੱਕ ਜਜ਼ਬਾ ਪੈਦਾ ਕੀਤਾ ਉਸਤਾਦ ਉਹਨਾਂ ਨੇ ਇੱਥੇ ਆਈਦਾ ਘਰ ਤੋਂ ਵੀ ਵੱਧ ਪਿਆਰ ਮਿਲੀਦਾ ਤੇ ਇੱਕ ਉਸਤਾਦ ਅ ਅਨਸ਼ਾਹ ਅੱਗੇ ਜਾ ਕੇ ਇਹ ਉਸਤਾਦ ਦਾ ਨਾਮ ਰੋਸ਼ਨ ਕਰਾਂਗੇ ਅੱਛਾ ਪਹਿਲਵਾਨ ਜੀ ਤੁਸੀਂ ਤੇ ਬੜੇ ਡੀਸੈਂਟ ਤੇ ਬੜੇ ਮਾਡਲ ਜੇ ਪਹਿਲਵਾਨ ਔਰ ਬੜੇ ਪਿਆਰੇ ਜੇ ਤੁਸੀਂ ਕਿਉਂ ਇਸ ਮਿੱਟੀ ਤੇ ਤੁਸੀਂ ਤੇ ਅੱਜ ਕੱਲ ਜਿਹੜੇ ਬੱਚੇ ਨੇ ਮੰਮੀ ਡੈਡੀ ਬੱਚੇ ਉਹ ਨਜ਼ਰ ਆ ਰਹੇ ਹੋ ਮੈਨੂੰ ਤੇ ਇਸ ਮਿੱਟੀ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਕਿ ਇਸ ਮਿੱਟੀ 'ਚ ਤੁਸੀਂ ਪਹਿਲਵਾਨੀ ਕਰੋ ਸਰ ਇੱਥੇ ਬਹੁਤ ਸਕੂਨ ਹੈ ਇੱਥੇ ਜਦੋਂ ਵੀ ਆਈਦਾ ਇੱਕ ਤੇ ਉਸਤਾਦ ਦੇ ਪਿਆਰ ਦੀ ਵਜ੍ਹਾ ਤੋਂ ਆਈਦਾ ਉਸ ਤੋਂ ਇਲਾਵਾ ਬਾਹਰ ਕੁਝ ਵੀ ਨਹੀਂ ਹੈ ਖਾੜੇ ਦਾ ਹੀ ਮਜ਼ਾ ਹੈ ਹਾਂਜੀ ਤੁਹਾਂ ਗੱਲ ਸੁਣੀ ਹੈ ਜੀ ਇਸ ਬੱਚੇ ਦੀ ਵੀ ਇਸ ਪਹਿਲਵਾਨ ਦੀ ਵੀ ਇਹਦੇ ਜਜ਼ਬਾਤ ਵੀ ਕਿ ਪਹਿਲਵਾਨੀ ਦੇ ਵਿੱਚ ਜੋ ਮਜ਼ਾ ਹੈ ਨਾ ਉਹ ਬਾਹਰ ਮਜ਼ਾ ਨਹੀਂ ਹੈ ਫਿਰ ਸਭ ਤੋਂ ਵੱਡੀ ਉਹਨਾਂ ਗੱਲ ਕੀਤੀ ਕਿ ਉਸਤਾਦ ਰਾਨ ਦੀ ਮੁਹੱਬਤ ਹੀ ਵਜ੍ਹਾ ਤੋਂ ਅਸੀਂ ਬਹੁਤ ਯਾਨੀ ਕਿ ਆਪਣੇ ਸਟੂਡੈਂਟ ਕੋਈ ਵੀ ਹੁੰਦੇ ਨੇ ਬੱਚੇ ਉਹਨਾਂ ਤੇ ਸਖਤੀ ਕਰਨੀ ਆ ਨਹੀਂ ਉਹਨਾਂ ਨਾਲ ਪਿਆਰ ਕਰੋ ਦੋਸਤਾਨਾ ਮਾਹੌਲ ਪੈਦਾ ਕਰੋ ਤੁਹਾਡੀ ਚਾਹਤ ਵਾਸਤੇ ਤੁਹਾਡੀ ਮੁਹੱਬਤ ਵਾਸਤੇ ਉਹ ਤੁਹਾਡੇ ਕੋਲ ਆਣ ਅ ਇੱਥੇ ਮੈਂ ਇੱਕ ਛੋਟਾ ਜਿਹਾ ਕਵਾਂਗਾ ਜੀ ਪਹਿਲਵਾਨ ਸਾਹਿਬ ਦੇ ਜਿਹੜੇ ਸਾਬਜ਼ਾਦੇ ਨੇ ਉਹਨਾਂ ਨੂੰ ਕਹਾਂਗਾ ਕਿ ਇੱਕ ਦੋ ਦਾਅੋ ਮਾਰ ਕੇ ਵਾਹੋ ਹਾਂ ਸਾਨੂੰ ਇੱਥੇ ਆਨ ਕੈਮਰਾ ਕੋਈ ਦਾਅ ਮਾਰੋ ਹਾਂ ਜੀ ਕੋਈ ਇਹ ਵੀ ਵੇਖੀਏ ਲਓ ਜੀ ਤੁਹਾਨੂੰ ਵਹਾਨੇ ਆ ਪਹਿਲਵਾਨੀ ਕਿਵੇਂ ਹੁੰਦੀ ਹੈ ਤੇ ਦਾਅ ਕਿਵੇਂ ਵੱਜਦੇ ਨੇ ਲੋ ਜੀ ਚਿਤ ਕਰੜਿਆ ਜੀ ਇਹਨੂੰ ਚੇਤਾਂ ਦੇ ਦੇ ਜੀ ਲੋ ਜੀ ਇਹਨੂੰ ਚੇਤਾਂਦੇ ਨੇ ਹਾਂਜੀ ਤੁਸੀਂ ਚਿਤ ਹੋ ਗਏ ਹੋ ਜੀ ਹਾਂਜੀ ਚਿਤ ਹੋ ਗਿਆ ਹਾਂਜੀ ਅੱਛਾ ਜੀ ਹੋਰ ਕੀ ਕੀ ਦਾ ਹੁੰਦੇ ਜੀ ਕੋਈ ਦਾਵਾਂ ਦੇ ਨਾਂ ਦੱਸ ਤੁਹਾਡੇ ਵੇਖਣ ਵਾਲਿਆਂ ਨੂੰ ਇੱਕ ਹੁੰਦਾ ਕੁੰਡਾ ਇੱਕ ਹੁੰਦਾ ਖੋਚ ਕੱਢਣਾ ਇੱਕ ਹੁੰਦਾ ਪੁੱਠੀ ਮਾਰਨਾ ਇੱਕ ਹੁੰਦਾ ਮਤੋਬੀ ਮਾਰੀ ਹੈ ਇਹ ਤੋਬੀ ਬਿਮਾਰੀ ਹੈ ਕੁੰਡਾ ਵੀ ਮਾਰ ਕੇ ਵਾਹੋ ਸਾਨੂੰ ਲੋ ਜੀ ਹੁਣ ਕੁੰਡਾ ਵੀ ਮਾਰ ਕੇ ਤੁਹਾਨੂੰ ਵਾਹਨੇ ਆ ਕੈਮਰੇ ਤੋਂ ਸਾਈਡ ਤੇ ਹੋਵੇ ਜੀ ਜਰਾ ਕੁੰਡਾ ਮਾਰੀਏ ਐ ਵੇਖੋ ਜੀ ਕੁੰਡਾ ਐ ਇਹ ਕੀ ਬਾਤ ਹੈ ਜੀ ਇਹ ਕੁੰਡਾ ਵਾਹ ਜੀ ਵਾਹ ਕਲਾਪਿੰਗ ਹੋਣੀ ਚਾਹੀਦੀ ਆ। ਔਰ ਔਰ ਕਿਹੜਾ ਜੀ? ਮੈਂ ਤੁਹਾਨੂੰ ਟਾਕ ਮਾਰ ਕੇ ਖਾਨਾ। ਕੀ ਜੀ? ਟਾਕ। ਟਾਕ। ਇਹ ਟਾਕ ਜੀ ਵੇਖੋ। ਹਾਂ ਜੀ ਇਹ ਜੀ ਮੀਆਂ ਸ਼ਬਾਸ਼ ਸ਼ਰੀਫ ਸਾਹਿਬ ਨੇ ਜਿਹੜੀ ਮਾਰੀ ਸੀ ਪਹਿਲਵਾਨ ਸਾਹਿਬ ਨੂੰ। ਟਾਕ। ਇਹ ਟਾਕ ਵਾਹ ਜੀ ਵਾਹ ਕਲਾਪਿੰਗ ਹੋਣੀ ਚਾਹੀਦੀ ਹੈ ਜੀ। ਇਹਦੀ ਮੈਦ ਇੰਝ ਲੱਗ ਰਿਹਾ ਜਿਵੇਂ ਪਹਿਲਵਾਨਾਂ ਦੀ ਕਮੈਂਟਰੀ ਕਰ ਰਿਹਾ ਵਾ ਪ੍ਰੋਗਰਾਮ ਨਹੀਂ ਬੜਾ ਮਜ਼ਾ ਆ ਰਿਹਾ ਜੇ ਯਕੀਨ ਕਰੋ। ਪਹਿਲਵਾਨ ਸਾਹਿਬ ਬੜਾ ਅੱਛਾ ਲੱਗਿਆ ਜੀ। ਤੁਹਾਡੇ ਨਾਲ ਗੱਲਬਾਤ ਕਰਕੇ ਸਾਡੇ ਨਾਜ਼ਰੀਨ ਨੂੰ ਕੋਈ ਵੇਖਣ ਨੂੰ ਨਵੀਂ ਚੀਜ਼ ਮਿਲੀ ਹੈ ਤੇ ਮੈਂ ਜੀ ਤੁਹਾਡੇ ਵਾਸਤੇ ਇੰਜ ਹੀ ਪ੍ਰੋਗਰਾਮ ਲੈ ਕੇ ਆਵਾਂਗਾ ਮਜ਼ੇਦੇ ਪ੍ਰੋਗਰਾਮ ਗੱਲਾਂ ਮੇਰੇ ਪੰਜਾਬ ਦੀਆਂ ਕਿਉਂਕਿ ਮੈਂ ਖੁਦ ਇੱਕ ਪੰਜਾਬ ਦੀ ਧਰਤੀ ਦਾ ਰਹਿਣ ਵਾਲਾ ਆ ਮੈਂ ਪੁੱਤਰ ਪੰਜਾਬ ਦਾ ਆ ਤੇ ਇੱਥੇ ਨਾਅਰਾ ਲਾਗੇ ਪਾਕਿਸਤਾਨ ਜਿੰਦਾਬਾਦ ਪੰਜਾਬ ਹਾਡਾ ਪੈਂਦਾਬਾਦ